ਇੱਕ ਵਧਾਈ ਦੇਣ ਦਾ ਮਾਰਾ ਹੁਣ ਦੇਖ ਕਹਿੰਦਾ ਮੈਨੂੰ ਸਮਝ ਨਹੀਂ ਆਈ ਹੈ ਲੱਡੂ ਖਾ ਗਿਆ ਆਪ ਪੰਜੀ ਘੁੱਲੂ ਯਾਰ ਨਾ ਆਪਾਂ ਆਹ ਬਣ ਗਿਆ ਸਾਗ ਕਿਹੜਾ ਸਾਗ ਸਾਲੇ ਨੇ ਜਨਾਨੀ ਬਣਾ ਛੱਡਿਆ ਘੰਟਾ ਹੋ ਗਿਆ ਧਰੇ ਨੂੰ ਚਾਹ ਧਰਿਆ ਕੇ ਸਾਗ ਧਰਿਆ ਤੱਤੀ ਕੀਤੀ ਪਈ ਆ ਇੰਨੀ ਤੱਤੀ ਦਾ ਹੋਊਗੀ ਕੱਢ ਕੇ ਲੈਂਦੀ ਆ ਚੱਕ ਲਿਆ ਇਹਨੂੰ ਖਸਮ ਨੂੰ ਇਹਨੂੰ ਜਨਾਨੀ ਬਣਾ ਹਟਿਆ ਆ ਬਣਾ ਲੋ ਆਪਦੀ ਮਾਂ ਮੇਰੇ ਤੋਂ ਨੀ ਬਣਦੀ ਪੱਤੀ ਕਰੀ ਬੈਠਾ ਤੇਰੀ ਮਾਂ ਸਾਰੀ ਪਤੀਲੀ ਉਹ ਚਾਹ ਤਾਂ ਤੱਤੀ ਹੋਊਗੀ ਯਾਰ ਚਾਹ ਤਰੀ ਆ ਉਹਨੇ ਫਰਿੱਜ ਚ ਰੱਖੀ ਆ ਉਹ ਲਿਆ ਯਾਰ ਚਾਹ ਯਾਰ ਉਹ ਲਿਆ ਯਾਰ ਡੰਮ ਦੇ ਮੱਥਾ ਦਾ ਲਿਆ ਓਏ ਆ ਗਿਆ ਬਈ ਆ ਗਿਆ ਉਹ ਭੈਣ ਮਾਰ ਤਾ ਭੈਣ ਚ ਵਾਕਈ ਗੱਲ ਪੱਕੀ ਆ ਤੇਰੀ ਯਾਰ ਚਾਚੇ ਦੇ ਡੋਡੇ ਪਾਏ ਸੀ ਮੈਂ ਚੱਕ ਸਾਰੀ ਠੋਕਦੇ ਮੈਂ ਸਵਾਦ ਹੁਣ ਬਚ ਕੇ ਰਹੀ ਚਾਚਾ ਡਾਂਗ ਫਿਰੂ ਤੇਰੇ ਆ ਕੇ ਓਏ ਚਾਚੇ ਨੂੰ ਦੱਸੂ ਕੌਣ ਲੈ ਚਾਚਾ ਚਾਚਾ ਗਿਣਤੀ ਕਰ ਲੈਂਦਾ ਉਹ ਕਰ ਲੈਂਦਾ ਚਾਚਾ ਗਿਣਤੀ ਪੰਜਵੀਂ ਚਾਚਾ ਦਾ ਚੰਗਾ ਖਾਂਦਾ ਤਾਂ ਹੁਣ ਨਾ ਭੱਜਦੀ ਉਹ ਅਮਲੀ ਚਾਟੇ ਨਾਲ ਭੱਜ ਗਈ ਜੇ ਮਾਲ ਚੰਗਾ ਹੁੰਦਾ ਮੈਨੂੰ ਹੱਥ ਨਾ ਮਚਾਉਣੇ ਪੈਂਦੇ ਸਾਰਿਆਂ ਨੇ ਜਨਾਨੀ ਭਰਾ ਛੱਡਿਆ ਮੈਨੂੰ ਤਾਂ ਤੂੰ ਰੋੜਾ ਬਣਿਆ ਬੈਠਾ ਸਾਰਿਆਂ ਦੇ ਰਾਹ ਚ ਆਹੋ ਕੀ ਗੱਲ ਹੈ ਮੇਰੇ ਸਾਲਿਓ ਥੋਡੀ ਮਾਂ ਨੂੰ ਯਾਰ ਵੇਲੜੋ ਭੈਣ ਚੋਕਾ ਮਦਾ ਚੱਕਾ ਨਹੀਂ ਤੋੜਨਾ ਮੈਨੂੰ ਲੱਗਦਾ ਹਾਂ ਹਾਂ ਸਾਰੇ ਪਾਤੇ ਚਾਹ ਚਾਹ ਪੀਲਾ ਉਧਰ ਮਾਂਜਾ ਨੀ ਮਾਰਦੇ ਵੇਲਰ ਕਿਸੇ ਥਾਂ ਦੇ ਮੇਰੇ ਸਾਲੇ ਡੋਡੇ ਤੁਹਾਨੂੰ ਹੋਰ ਫਿਰਦੇ ਚਾਚਾ ਤੂੰ ਚਾਹ ਪੀ
ਸਾਲਿਓ ਚਾਹ ਕਿੱਥੇ ਹੋਏ? ਉਹ ਚਾਚਾ ਦੋਵੇਂ ਪੀ ਗਏ, ਮੈਂ ਤਾਂ ਆਪ ਇੱਥੇ ਵੀ ਬੈਠਾ। ਤੁਹਾਡੇ ਵੀ ਸਾਰੇ ਵਾਲ ਤੇ ਚਾਹ ਵੀ ਸਾਰੀ ਪੀ ਗਏ। ਆ ਬਾਟੀ ਤੇਰੀ ਮਾਂ ਚਾਚਾ ਮਾਰਤਾ। ਕਦੇ ਰੋਟੀਆਂ ਪਕਾ ਦੋ, ਕਦੇ ਚਾਹ ਬਣਾ ਦੋ, ਚੂੜੀਆਂ ਲਹਿੰਗਾ ਉਹ ਹੀ ਪਵਾ ਦੋ ਮੇਰੇ। ਪਤੀਲੀ ਖਾਲੀ, ਡੋਡੇ ਸਾਰੇ ਵਾਲ ਨੇ। ਉਹ ਚਾਚਾ ਆ ਪੀਲਾ, ਚਾਚਾ ਆ ਪੀਲਾ, ਚਾਚਾ ਆ ਪੀਲਾ ਪੀਲਾ ਕਦੇ ਆ ਪੀਲਾ। ਇਹ ਚੋਦ ਬੇਲੜ ਬੈਠੋ ਤੇ ਚਾਹ ਲੈ ਬੈਠੋ। ਅੱਛਾ ਹਲੇ ਬੈਠੋ ਬੈਠੋ ਤੈਨੂੰ ਕਿਹਾ ਸੀ ਉਹਨਾਂ ਤੋਂ ਇੱਟਾਂ ਆ ਕੇ ਆਇਆ। ਇੱਕ ਤਾਂ ਮੇਰੇ ਸਾਲਿਆ ਜਵਾਕਾਂ ਨੇ ਲਹੂ ਪੀ ਲਿਆ, ਬੜੇ ਪੁੱਠੇ ਪਾਸੇ ਤੁਰ ਪਿਆ ਇਹ, ਜਮਾਂ ਸਾਡੇ ਵਾਲੇ ਕਿੱਤਿਆਂ ਤੇ ਆ ਗਏ ਸਾਡੇ ਵਾਲਿਆਂ ਤੇ। ਇੱਕ ਆ ਸਾਲੇ ਤਾਣੀ ਦੇ ਬੱਗੇ ਵਾਲ ਆਈ ਜਾਂਦੇ ਆ, ਜੇ ਕੋਈ ਮਾੜਾ ਮੋਟਾ ਕੋਈ ਵਿਖ ਗਏ ਇਹਨਾਂ ਦੀ ਰੋਟੀ ਪੱਕਦੀ ਸੌਖੀ ਹੋ ਜੇ। ਆਪਦਾ ਸੋਚੀ ਜਾਈ, ਜਵਾਕਾਂ ਬਾਰੇ ਨਾ ਸੋਚੀ, ਕਿਉਂ ਸ਼ਰਮ ਲਾਈ ਆ ਤੂੰ? ਹੋਰ ਕੀ ਸੋਚਾਂ ਤੁਹਾਡੇ ਬਾਰੇ, ਮੇਰੇ ਸਾਲੇ ਕਮਾ ਕੇ ਤੁਹਾਨੂੰ ਲਿਆਉਣਾ, ਜਿਹੜੇ ਚਾਰ ਡੋਡੇ ਹੁੰਦੇ ਆ ਉਹ ਵੀ ਪਵਾਲ ਕੇ ਪੀ ਜਾਂਦੇ ਆ। ਉਹ ਵੱਡੇ ਨੂੰ ਵਿਆਹ ਦੇ ਅਗਲਾ ਦੇ, ਵੱਡੇ ਨੂੰ ਵਿਆਹ ਦੇ ਨਾਲੇ ਹੋਰ ਉਹਦੀਆਂ ਕਰਤੂਤਾਂ ਹੈਗੀਆਂ ਵਿਆਹ ਕਰਾਉਣ ਵਾਲੀਆਂ। ਤੇਰੀਆਂ ਹੈਗੀਆਂ ਧੌਲੇ ਝਾਟੇ ਦੀਆਂ, ਤੇਰੀਆਂ ਸ਼ਰਮ ਨਹੀਂ ਮੰਨਦਾ, ਸ਼ਰਮ ਨਹੀਂ ਮੰਨਦਾ। ਤੁਹਾਨੂੰ ਦਿਓ ਕੌਣ, ਕੌਣ ਦਿਓ ਤੁਹਾਨੂੰ ਡੋਲਾ? 50 ਕਿੱਲਿਆਂ ਦੇ ਮਾਲਕ ਸੀ, 50 ਕਿੱਲਿਆਂ ਦੇ 1.5 ਕਿੱਲੀ ਰਹਿ ਗਈ, 1.5 ਕਿੱਲੀ ਤੂੰ ਹੀ ਜੜਾਂ 'ਚ ਬੈਠਾ ਸਾਰਿਆਂ ਦੇ, ਤੂੰ ਬਹਿ ਜਾ ਟੈਕ ਕੇ। ਬੱਲਾ ਮਾਰਦਾ ਮੇਰੇ ਨਾਲ, ਜੱਸੀ ਸਾਹ ਚੱਕ ਕੇ ਲਿਆ। ਚਾਚਾ ਜੀ ਫਿਰ ਮੇਰੇ ਬਾਰੇ ਵੀ ਸੋਚ ਲਓ, ਮੈਨੂੰ ਵਿਆਹ ਵੂ ਕਰਾ ਦੋ, ਹੁਣ ਮੇਰੇ ਨਾਲ ਦੇ ਜਵਾਕ ਹੋ ਗਏ। ਤੈਨੂੰ ਬਾਲੀ ਕਾਲੀ ਆ ਵਿਆਹ ਦੀ, ਕੰਮ ਦਾ ਡੱਕਾ ਤੋੜਨਾ ਨੀ, ਹੱਥ ਕਾਸੇ ਨੂੰ ਲਾਉਣਾ ਨੀ, ਇੰਨਾ ਕਿੱਤਿਆਂ ਨੇ ਤੁਹਾਡੇ ਪਿਓ ਮਾਂਜ ਤੇ ਚਿੱਟਾ ਬੰਨ ਲੈਣਾ ਚਾਦਰਾ, ਉੱਤੋਂ ਖਾ ਲੈਣੀ ਨਾਗਣੀ, ਹੈਂ ਜੇ ਪੱਠੇ ਵੱਢਣ ਵੀ ਜਾਣਾ ਤਾਂ ਉਹ ਵੀ ਕੋਈ ਵਿਹੜੇ 'ਚੋਂ ਲੈ ਜਾਂਦੇ ਨਾਲ, ਵੀ ਉਹ ਪੱਠੇ ਵੱਢ ਦੂ ਨਾਲੇ ਆਪ ਲੈ ਜੂ ਨਾਲੇ ਮੈਨੂੰ ਵੱਢ ਦੂ, ਹੈਂ ਕੰਮ ਦਾ ਡੱਕਾ ਨਹੀਂ ਤੋੜਨਾ। ਆ 1.5 ਕਿੱਲੀ ਦੇ ਸਿਰ 'ਤੇ ਤੁਹਾਨੂੰ ਕਿਹੜਾ ਦੇ ਦੂ ਡੋਲੇ ਭਾਲਦੇ ਆ ਡੋਲੇ? ਉਹ ਚਾਚਾ ਇੱਕ ਸਕੀਮ ਲਾਉਣੇ ਆ ਆਪਾਂ, ਉਹ ਆਪਾਂ ਯੂਪੀ ਤੋਂ ਲਾਉਣੇ ਆ, ਉਹ ਨਾਲੇ ਰੋਟੀਆਂ ਪੱਕਣਗੀਆਂ ਆਪਣੀਆਂ, ਨਾਲੇ ਮੇਰਾ ਹੱਥ ਸੁੱਟਣਗੇ ਯਾਰ,
ਕਦੇ ਰੋਟੀਆਂ ਪਕਾ ਦੋ, ਕਦੇ ਚਾਹ ਬਣਾ ਦੋ। ਸਾਰਾ ਦਿਨ ਚੁੱਲ੍ਹੇ ਫੂਕਾ ਮਾਰ ਮਾਰੇ ਰੰਗ ਕਾਲਾ ਹੋ ਗਿਆ ਮੇਰਾ। ਅੱਜ ਪੀ ਵਾਲੀ ਨੈਣਾ, ਤੁਹਾਡੇ ਬਾਟੇ ਤੱਕ ਨਹੀਂ ਛੱਡਣੇ ਗੇ ਜਿਹੜੀਆਂ ਤੂੰ ਗੱਲਾਂ ਕਰਦਾ। ਮੇਰੀ ਸੁਣ ਲਾ ਗੱਲ, ਵਾਲੀਆਂ ਗੱਲਾਂ ਨਾ ਮਾਰੋ, ਸੋਹਰ ਨੂੰ ਦੇਖ ਕੇ ਕਿੱਧਰ ਗਿਆ ਸੰਤਾ? ਚੱਲ ਤੇ ਨਾ ਬੋਲਦਾ, ਉਹਨੂੰ ਡਾਂਗ ਚੱਕ ਕੇ ਪੈ ਗਿਆ, ਸ਼ਰਮ ਆਉਂਦੀ ਹੈ। ਜਾਂ ਪਤਾ ਕਰ ਕੋਈ ਹੋਰ ਨਾ ਚੰਦ ਚੜਾ ਦੇ, ਉਹ ਸੱਚੀ ਨਾ ਗੱਡੀ ਥੱਲੇ ਆ ਜਾਏ ਮੇਰਾ ਸਾਲਾ। ਚੱਲ ਬੱਚਾ, ਨਾ ਭਗਾਈ ਮਾਰਿਆ ਕਰ ਤੂੰ, ਬਥੇਰੇ ਭਜਾਇਆ ਤੈਨੂੰ। ਚੱਲ ਬੱਚਾ ਜਾ ਵੇਖ ਕੇ ਮਾਰਤਾ ਚਾਚੇ ਨੇ ਯਾਰ। ਗੱਲ ਹੋ ਗਈ, ਗੱਲ ਕੀ ਹੋਣੀ? ਡੋਡੇ ਸੀ ਉਹਦੇ ਚਾਚੇ ਦੇ, ਸਾਰੇ ਖਾ ਗਏ ਪਤੰਦਰ ਵਾਲ ਕੇ। ਅੱਛਾ, ਮੈਂ ਤਾਂ ਇਹ ਢੂਹੀ ਦੁਖੀ ਜਾਂਦੀ ਆ। ਠੀਕ ਹਣਾ, ਤਾਂ ਖਾ ਆ ਜਾ ਆ ਜਾ ਭਾਈ, ਆ ਜਾ ਚਾਹ ਕੀ ਜੇ ਬੈਠੀ, ਚਾਹ ਕੀ ਬੈਠੂ। ਬਹੁਤ ਮਾਰੀ ਫਿਰ ਨਾ ਤਾਂ ਮਾਰਿਆ ਦੋ। ਠੀਕ ਆ, ਇੱਕ ਇੱਧਰ ਮਾਰੀ ਤੇ ਇੱਕ ਇੱਥੇ ਮਾਰੀ। ਤੁਸੀਂ ਫਿਰ ਨਾ ਪੰਗੇ ਲਿਆ ਕਰੋ। ਪੰਗੇ ਕਾਹਨੂੰ ਲੈਂਦੇ ਆ, ਤੁਹਾਨੂੰ ਪਤਾ ਤਾਂ ਹੈ ਚਾਚੇ ਦੇ ਸੁਭਾਅ ਦਾ। ਇਹ ਜਾਨ ਨਿਕਲੀ ਜਾਂਦੀ ਹੈ, ਜਾਨ ਤਾਂ ਹੁਣ ਨਿਕਲੂਗੀ, ਡਾਂਗਾਂ ਨਾਲ ਗੁੱਟਿਆ ਅਗਲੇ ਨੇ, ਕੀ ਕਰਕੇ ਯਾਰ। ਛੋਟੇ ਸ਼ੋਰ ਦੀ ਨਾ ਭਮੀਰੀ ਬਣਾਈ ਰੱਖਦੇ ਹਾਂ ਅਸੀਂ। ਵਾਹ ਮਾਰ ਗਿਆ ਫਿਰ, ਮਾਰ ਤਾਂ ਵਾਹਵਾ ਗਿਆ ਯਾਰ, ਪੀੜ ਜੀ ਹੁੰਦੀ ਹੈ ਯਾਰ। ਅੱਛਾ, ਦਿਖਾ ਲੈਣਾ ਸੀਗਾ ਕਿਤੇ, ਇੱਥੇ ਨੱਪੀ ਮਾੜਾ ਜਿਹਾ। ਤੂੰ ਫਿਰ ਕਿੱਥੇ ਪਏਗਾ? ਤੁਹਾਡੇ ਘਰੇ ਪੈ ਜਾਵਾਂਗੇ ਅੱਜ। ਫਿਰ ਮੰਜੇ ਥੋੜੇ ਆ ਸਾਡੇ। ਕਿੰਨੇ ਆ? ਦੋ ਹੀ ਆ। ਤੇ ਫਿਰ ਕੀ ਹੁੰਦਾ, ਇੱਕ ਤਾਂ ਮੈਂ ਪੈ ਜੂੰਗਾ, ਇੱਕ ਤਾਂ ਤੂੰ ਪੈ ਜੀ, ਹੋਰ ਕੌਣ ਪੈਂਦਾ ਉੱਥੇ ਘਰੇ? ਮੰਮੀ। ਇੱਕ ਮੰਜੇ ਤੇ ਕਿਵੇਂ ਪਾਵਾਂਗੇ? ਉਹ ਜਿਵੇਂ ਡੱਬੇ 'ਚ ਬੂਟ ਹੁੰਦੇ ਆ ਉਵੇਂ ਪੈ ਜਾਂਦਾ, ਕੁਛ ਨਹੀਂ। ਜਾ ਜਾ ਓਏ ਯਾਰ, ਓਏ ਮੰਨ ਲੈ, ਆਏ ਨਹੀਂ ਹੁੰਦਾ ਹੁੰਦਾ, ਕੁਛ ਨਹੀਂ ਹੁੰਦਾ। ਉਹ ਨਜ਼ਾਰਾ ਵੇਖਣਾ, ਠੰਡ ਬਹੁਤ ਮਾਲੇ, ਛੱਡ ਉਹ ਠੰਡ ਬਹੁਤ, ਮੈਨੂੰ ਨਹੀਂ ਪਤਾ, ਮੈਂ ਤਾਂ ਜਾਣਾ। ਉਹ ਮੰਨ ਜਾ ਯਾਰ, ਓਏ ਮੰਨ ਜਾ। ਓ ਸੰਤਿਆ, ਤੂੰ ਇੱਥੇ ਬੈਠਾ ਕਮਲ ਮਾਰੀ ਜਾਂਦਾ, ਉੱਧਰ ਚਾਚਾ ਵਿਆਹ ਦੇ ਸੁਪਨੇ ਸਜਾਈ ਜਾਂਦਾ ਆਪਦੇ ਤੇ, ਫਿਰ ਇਸ ਹਿਸਾਬ ਨਾਲ ਆਪਾਂ ਨਹੀਂ ਵਿਆਹੀ ਦੇ ਯਾਰ। ਇਹ ਤਾਂ ਫਿਰ ਮਾੜੀ ਗੱਲ ਚਾਚੇ ਦੀ ਯਾਰ। ਹਾਂ, ਸ਼ਰਮ ਨਹੀਂ ਹੁੰਦੀ ਹੁਣ ਧੌਲੇ ਝਾਟੇ ਨੂੰ? ਲੱਗਦਾ ਮੈਨੂੰ ਕੁਛ ਕਰਨਾ ਪਊ ਯਾਰ। ਚੱਲ ਆ ਘਰੇ ਚੱਲਦੇ ਹਾਂ, ਆਪਾਂ ਕਰਦੇ ਹਾਂ ਕੋਈ ਹੱਲ ਉਹਦਾ, ਕਰਦੇ ਹਾਂ ਗੱਲ ਕੋਈ। ਬਹੁਤ ਦੁਖੀ ਨਹੀਂ, ਖਿੱਚਣਾ ਮੈਨੂੰ ਯਾਰ। ਕੋਈ ਨਹੀਂ ਕੋਈ ਨਹੀਂ, ਕੋਈ ਬਹੁਤ ਦੁਖੀ ਹੁੰਦੀ ਹੈ। ਕੋਈ ਨੀ ਕੋਈ ਨੀ, ਕੁੱਟਾਂਗੇ ਆਪਾਂ ਵੀ। ਕੀ ਕੁੱਟਾਂਗੇ ਯਾਰ, ਉਹ ਬੈਠਾ ਚਾਚਾ ਲੈ ਕੇ ਲੱਤਾਂ ਕੁੱਟੀ ਜਾਂਦਾ ਪਤੰਦਰ ਉਹਦੀਆਂ। ਆ ਗਿਆ ਤੂੰ? ਕੋਈ ਨੀ, ਠੰਡਾ ਰਹਿ ਠੰਡਾ ਰਹਿ। ਮੈਂ ਤਾਂ ਆਖਿਆ ਮਰ ਮੁਰ ਗਿਆ ਹੋਣਾ ਕਿਤੇ, ਜਿਉਂਦਾ ਹੀ ਫਿਰਦਾ ਪਤੰਦਰਾ। ਬਸ ਕਰ ਬਸ ਕਰ, ਆਜੋ ਚਾਚਾ ਲਿਆਇਆ ਘਰੇ, ਸੁਣ ਲਾ ਉਦੋਂ ਕੀ ਕਹੀ ਜਾਂਦਾ ਉਹ। ਕੋਈ ਨੀ ਕੋਈ ਨੀ, ਕੋਈ ਠੰਡਾ ਰਹਿ ਚਾਚਾ। ਆ ਜਾ ਉਰੇ, ਆ ਇੱਥੇ ਬੈਠ, ਇੱਥੇ ਇੱਧਰ ਬਹਿ ਜਾ। ਕੋਈ ਗੱਲ ਨੀ, ਜਿਹੜਾ ਹੋਣਾ ਸੀ ਉਹ ਗਿਆ ਹੋ। ਮੇਰੀ ਸੁਣ ਲਓ ਗੱਲ ਧਿਆਨ ਨਾਲ, ਮੈਂ ਇੱਕ ਵਿਆਹਤ ਬਣਾਈ ਹੈ ਵੀ ਕਿਉਂ ਨਾ ਮੈਂ ਵਿਆਹ ਕਰਾ ਲਾਂ, ਨਾਲੇ ਤਾਂ ਤੁਹਾਡੀ ਰੋਟੀ ਪੱਕਦੀ ਹੋਜੂ ਤੇ ਨਾਲੇ ਆ ਜਵਾਕ ਸੌਖਾ ਹੋਜੂ। ਚਾਚਾ ਯਾਰ ਤੂੰ ਨਾ ਐਂ ਕਰ, ਆਪਦੇ ਵਿਆਹ ਨੂੰ ਛੱਡ, ਤੂੰ ਮੇਰਾ ਕਰਵਾ ਦੇ, ਉਹ ਨਾਲੇ ਇਹ ਸੌਖੇ ਹੋ ਜਾਣਗੇ।
ਚਿੱਟੇ ਵਾਲਾ ਪਿਆ ਦਾੜੀ ਤੇਰੇ ਉਹ ਇਹ ਤਾਂ ਰੰਗ ਹੋ ਜਾਣਗੇ ਇਹ ਮੋਗੇ ਚੋਂ ਇੱਟ ਨਹੀਂ ਨਿਕਲਣੀ ਹਜੇ ਮੇਰੀ ਸੁਣੋ ਗੱਲ 50 ਕਿੱਲਿਆਂ ਵਾਲੇ ਸਰਦਾਰ ਵੱਜਦੇ ਸੀ ਆਪਾਂ ਸਰਦਾਰ 50 ਕਿੱਲਿਆਂ ਵਾਲੇ ਤੇ ਅੱਜ ਪੂਰੇ ਹਲਕੇ ਦੇ ਵਿੱਚ ਫੂਤੂ ਹੋਈ ਪਈ ਹੈ ਵੀ ਜਿਹੜੇ ਉਹਨਾਂ ਦੇ ਪੋਤਰੇ ਆ ਡੋਡੇ ਖਾਂਦੇ ਆ ਨਸ਼ਾ ਕਰਦੇ ਆ ਕੋਈ ਨਹੀਂ ਦਿੰਦਾ ਤੁਹਾਨੂੰ ਡੋਲੇ ਤੁਸੀਂ ਤਾਂ ਕਿਸੇ ਦੇ ਦਿਹਾੜੀ ਵੀ ਨਹੀਂ ਜਾਂਦੇ ਪਤੰਦਰੋ ਕੀ ਕਰੋਗੇ ਆਹ ਸੋ ਕੰਧ ਨਹੀਂ ਨਿਕਲੀ ਕੰਧ ਆ ਘਰ ਦਾ ਬਨੇਰਾ ਤੱਕ ਨਹੀਂ ਬਣਿਆ ਬਨੇਰਾ ਗੱਲਾਂ ਕਰਦੇ ਆ ਡੋਲਿਆਂ ਦੀਆਂ ਉਹ ਚਾਚਾ ਹੁਣ ਸਰੀਕਾਂ ਦਿਹਾੜੀਆਂ ਦੇ ਸੋਹਣੇ ਲੱਗਦੇ ਆ ਸੀ ਉਹ ਸਰੀਕਾਂ ਦੇ ਦਿਹਾੜੀ ਨਹੀਂ ਜਾਣਾ ਤਾਂ ਮੇਰੇ ਸਾਲਿਓ ਨਰੇਗਾ 'ਚ ਜਾ ਵੜੋ ਉਹ ਤਾਂ ਕਿਸੇ ਸਰੀਕ ਦੀ ਨਹੀਂ ਉਹ ਤਾਂ ਆਉਂਦਾ ਹੀ ਨਹੀਂ ਉਹ ਪੈਸੇ ਨਹੀਂ ਆਉਂਦੇ ਕਿਉਂ ਉਹ ਨਰੇਗਾ 'ਚ ਤਾਂ ਕੰਮ ਕਰਨ ਵਾਲੇ ਬੰਦੇ ਦੀ ਹਾਜ਼ਰੀ ਨਹੀਂ ਲੱਗਦੀ ਉਹਦੇ 'ਚ ਤਾਂ ਬੰਦੇ ਹੋਰ ਕੰਮ ਕਰਦੇ ਆ ਹਾਜ਼ਰੀਆਂ ਘਰੇ ਬੈਠਣ ਦੀਆਂ ਆਪਦੇ ਬੰਦਿਆਂ ਦੀਆਂ ਹਾਜ਼ਰੀਆਂ ਲਾਈ ਜਾਂਦੀਆਂ ਪੰਚਾਇਤਾਂ ਕੀ ਪਤਾ ਤੈਨੂੰ ਉਹ ਚੁੱਪ ਕਰ ਹੱਥ ਨਾ ਪਹੁੰਚੇ ਥੂਹ ਕੌੜੀ ਕੰਮ ਆਪ ਨਹੀਂ ਕਰਨਾ ਪੰਚਾਂ ਸਰਪੰਚਾਂ ਨੂੰ ਬਦਨਾਮ ਕਰਦਾ ਮਾਰੂ ਕੰਨ ਤੇ ਮੇਰੇ ਸਾਲਿਆਂ ਦੇ ਚਾਚਾ ਤੂੰ ਗੱਲਾਂ ਨਹੀਂ ਸੁਣਿਆ ਕਦੇ ਪਿੰਡ 'ਚ ਉਹ ਵੇਖ ਨਾਲ ਦੇ ਪਿੰਡ ਹੋਈ ਆ ਇਹ ਗੱਲ ਸੌ ਹੱਥ ਰੱਛਾ ਸਿਰੇ ਤੇ ਗੰਢ ਤੁਸੀਂ ਕੰਮ ਕਾਰ ਕੋਈ ਕਰਨਾ ਜਾਂ ਨਹੀਂ ਪਹਿਲਾ ਆਪਸ਼ਨ ਦਿਹਾੜੀ ਜਾਓ ਚਾਚਾ ਵੀ ਨਾ ਜਰਦਾ ਨੀ ਵਿਹਲੇ ਬੈਠਿਆਂ ਨੂੰ ਕੀ ਪਤਾ ਚਾਚੇ ਨੇ ਹੋਰ ਕਿਤੇ ਵੀ ਨੱਪੇ ਹੋਣ ਚਾਚੇ ਤੇ ਟਿਕਾਣੇ ਇਹੋ ਜਿਹੇ ਆ ਮਾਰਦੇ ਆ ਕਿਤੇ ਘਾਹ ਪਰੋਲੇ 'ਚ ਹੱਥ ਪਤਾ ਚਾਚਾ ਹਿੱਲਿਆ ਫਿਰਦਾ ਕੀ ਪਤਾ ਕੀ ਕਰਾਊਗਾ ਕੁਛ ਨਹੀਂ ਫੜਦਾ ਉਹ ਕੀ ਕਰੀ ਜਾਂਦੇ ਇੱਥੇ ਆਓ ਇੱਧਰ ਹੁਣ ਕੁਛ ਨਹੀਂ ਹੁੰਦਾ ਨਹੀਂ ਯਾਰ ਦੇਖੀ ਜਾਂਦਾ ਉਹ ਨਹੀਂ ਯਾਰ ਬਈ ਲੈ ਐ ਕਰੋ ਇਹਨੂੰ ਪਾ ਇੱਥੇ ਵਿਛਾ ਕੇ ਲੰਮਾ ਪਾ ਅੱਜ ਵਾਹਵਾ ਲੱਗ ਗਈਆਂ ਇਹਦੀ ਮਾਲਸ਼ ਕਰੋ
ਇੱਥੇ ਵਿਛਾ ਪਤਾ ਨਹੀਂ ਮੈਂ ਕੀ ਕਰੂੰ ਚਾਚਾ ਕੱਟਾ ਹੀ ਮਿਲਿਆ ਚਾਚਾ ਵਿਛਾਲਾ ਇਹ ਆ ਵਿਛਾਲਾ ਨਾਲ ਓਏ ਤਾਂ ਕਦੋਂ ਖਰਾਬ ਕਰਨੀ ਆ ਤੂੰ ਕੌਣ ਚਾਚੀ ਵੀ ਹੈ ਨਹੀਂ ਘਰੇ ਪੈ ਇੱਥੇ ਖੜ ਜਾ ਬਾਟੀ ਰੱਖ ਦੇ ਸਿੱਧਾ ਪਵਾਂਗੇ ਟੇਡਾ ਪਵਾਂ ਲੱਤਾਂ ਕਿੱਥੇ ਵੱਜ ਗਿਆ ਇੱਥੇ ਉਵੇਂ ਪਏ ਪਏ ਉਵੇਂ ਮਾਰਤਾ ਚਾਚਾ ਓਏ ਤੇਰੇ ਜਮਾਂ ਮਾਰਤਾ ਲੈ ਫੜ ਛੁਰਾ ਮਲੇ ਦੇ ਉਹ ਸਿਰ ਚ ਪਿਆ ਸਿਰ ਚ ਮਲੀ ਆ ਨਾ ਇੱਥੇ ਮਲ ਤੇਰੇ ਪਿਓ ਦੇ ਕਿੱਧਰ ਮਲਤਾ ਲਾ ਚੱਕ ਦੇ ਕੀ ਹੈਗਾ ਸੀ ਲੱਤ ਮਾਰ ਲੱਗਿਆ ਨੀ ਸੋਚਿਆ ਠਾਠ ਦਿਨ ਮਾਰੀ ਮੇਰੇ ਉਦੋਂ ਚੱਜ ਦੇ ਕੰਮ ਕਰ ਲਿਆ ਕਰੋ ਨਾ ਲੱਤਾਂ ਖਾਓ ਚਾਚਾ ਆਪਾਂ ਐ ਕਰਦੇ ਆ ਭਈਆ ਰਾਣੀ ਲੈ ਆਉਂਦੇ ਤਾਂ ਇਹਦੇ ਹੱਥ ਛੁੱਟ ਜਾਣਗੇ ਉਹ ਨਾਲੇ ਤੇਰਾ ਸਰੀ ਚੱਲੂਗਾ ਤੇ ਨਾਲੇ ਅਸੀਂ ਕੀ ਹੋਏ ਉਹ ਰੋਟੀ ਰੋਟੀ ਖਾ ਲਿਆ ਕਰਾਂਗੇ ਚਾਚਾ ਕਿਉਂ ਗੁੱਸਾ ਕਰਦਾ ਕਿਉਂ ਨੱਤ ਮਾਰੀ ਆ ਤੁਹਾਡੇ ਭਈਆ ਰਾਣੀ ਭਈਆ ਰਾਣੀ ਜਿਹੜਾ ਕਿਹੜਾ ਭਈਆ ਰਾਣੀ ਉਹ ਯਾਰ ਇਹਦੇ ਤਾਂ ਹੱਡ ਛਡਾਉਣੇ ਆ ਨਾ ਆਪਾਂ ਲੈ ਆਓ ਮਿਲਦੀ ਆ ਤਾਂ ਮੇਰੀ ਸੁਣੋ ਗੱਲ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਤਾਂ ਹੀ ਤੁਹਾਡੇ ਲੱਤਾਂ ਪਿੰਗਾ ਤੁਸੀਂ ਦੋਨੇ ਜਾਣੇ ਹੁਣ ਜਾਓ ਉੱਥੇ ਭੱਠੇ ਤੇ ਜਾ ਕੇ ਆਓ ਇੱਟਾਂ ਦਾ ਕਹਿ ਕੇ ਆਓ ਉਹਨਾਂ ਨੂੰ ਆਹ ਕੰਦ ਕੱਢਣੀ ਹੈ ਮੈਂ ਨਹੀਂ ਜਾਂਦਾ ਚਾਚਾ ਮੇਰੇ ਤੋਂ ਨਹੀਂ ਜਾਈਦਾ ਕਿਉਂ ਨਾ ਹੋਰ ਕੌਣ ਜਾਊ ਓਏ ਉਹ ਚਾਚਾ ਪਿੰਡ ਮੇਲਾ ਲੱਗਿਆ ਅੱਛਾ ਜਾਂਦੇ ਆ ਅਸੀਂ ਅਖਾੜਾ ਆਇਆ ਉੱਥੇ ਅਣਖੀਲੇ ਦਾ ਅਣਖੀਲੇ ਦਾ ਅਖਾੜਾ ਆਇਆ ਉਹ ਨਾਲੇ ਹੱਥ ਨਾਲ ਇੰਤਜ਼ਾਮ ਕਰ ਲਾਂਗੇ ਪੈਗ ਪੁੱਗ ਦਾ ਤੇ ਭੱਠੇ ਤੇ ਕਦੋਂ ਜਾਓਗੇ ਉਹ ਕੱਲ ਨੂੰ ਜਾ ਜੂ ਆਉਣਗੇ ਜਵਾਕ ਚਾਚਾ ਉਹ ਯਾਰ ਕੋਈ ਗੱਲ ਨਹੀਂ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਐਂ ਕਰੋ ਦੋਨੇ ਜਾਣੇ ਨਾ ਅਖਾੜੇ ਤੇ ਜਾਓ ਸ਼ਾਮ ਦਾ ਇੰਤਜ਼ਾਮ ਕਰਦਾ ਮੈਂ ਆਪਣੇ ਤਿੰਨ ਦਿਨ ਵਧੀਆ ਲੰਘ ਜਾਣਗੇ ਬਾਕੀ ਫੇਰ ਵੇਖਾਂਗੇ ਰੌਣਕ ਮੇਲਾ ਚਾਚਾ ਗੱਲ ਸੋਲਾ ਸੰਤਿਆ ਦੇਖ ਲਾ ਕੀ ਕਰਦੇ ਉਹ ਚਾਚਾ ਚਾਚਾ ਕੋਈ ਗੱਲ ਨਹੀਂ ਇਹਨੂੰ ਜਾਇਆ ਆਉਣ ਦੇ ਯਾਰ ਚੱਲ ਠੀਕ ਆ ਬਾਈ ਬੰਤੇ ਤੂੰ ਜਾਇਆ ਇਹਨੂੰ ਲੈ ਜਾਈ ਵਿਚਾਰੇ ਨੂੰ ਨਾਲ ਹੀ ਯਾਰ ਤੁਸੀਂ ਤੇ ਛੋਟਾ ਸਾਰਾ ਨਾਲ ਇੰਤਜ਼ਾਮ ਕਰੂੰਗਾ ਮੈਂ ਉਹ ਚੱਲ ਬਾਈ ਆ ਚਲੀਏ ਐਵੇਂ ਬਾਹਰ ਸੋਚਿਆ ਕਰ ਤੂੰ ਐਂ ਕਰ ਉਹ ਸੋਚਣਾ ਤਾਂ ਕੀ ਕਰਾਂ ਮੈਨੂੰ ਫਿਕਰ ਮੇਰੀ ਗੱਲ ਸੁਣ ਚਾਚਾ ਆਹ ਫੜ ਮੋਚਣਾ ਤੇ ਆਹ ਫੜ ਸ਼ੀਸ਼ਾ ਆਹ ਜਿਹੜਾ ਤੁਹਾਨੂੰ ਲੱਗਦੇ ਨਾ ਚਿੱਟੇ ਚਿੱਟੇ ਜੇ ਵਿੱਚ ਮੈਂ ਕਹਿੰਦਾ ਸਾਰੇ ਹੀ ਪੱਟਦੇ ਉਹ ਇਹ ਨਾ ਹੋਵੇ ਆਹ ਸਾਰੇ ਚਿੱਟੇ ਪੱਟਦੇ ਮੁੜ ਕੇ ਦਾੜੀ ਦੇ ਰਵੇ ਨਾ ਕੁਛ ਚੱਲ ਚੰਗਾ ਚਾਚਾ ਯਾਰ ਤੂੰ ਕੋਈ ਨਾ ਤੂੰ ਦਾੜੀ ਤੂੰ ਪੱਟ ਵਾਲ ਆਹ ਮੁੱਛ ਮਰੋੜ ਕੇ ਰੱਖ ਪੂਰੀ ਐ ਭੈਣ ਜੋ ਭਈਆ ਰਾਣੀ ਲਿਆਵਾਂਗੇ ਤੈਨੂੰ ਘੈਂਟ ਜੀ ਉਹ ਨਾਲੇ ਤੂੰ ਖਾ ਲਿਆ ਕਰ ਰੁੱਟ ਗਾ ਚੱਲ ਜਾ ਤੂੰ ਹੱਥ ਚੰਗਾ ਚੰਗਾ ਚਾਚਾ ਆ
ਤਿੱਤਰੀ ਕਮਾਦੋਂ ਨਿਕਲੀ, ਉਹ ਬੱਗੀ ਤਿੱਤਰੀ ਕਮਾਦੋਂ ਨਿਕਲੀ, ਤੇ ਉੱਡਦੀ ਨੂੰ ਬਾਜ ਪੈ ਗਿਆ, ਬਾਜ ਪੈ ਗਿਆ। ਉਹ ਬੱਗੀ ਤਿੱਤਰੀ ਕਮਾਦੋਂ ਨਿਕਲੀ, ਓਏ ਬੱਗੀ ਤਿੱਤਰੀ, ਉਹ ਬੱਗੀ ਤਿੱਤਰੀ ਕਮਾਦੋਂ ਨਿਕਲੀ, ਉਹ ਬੱਗੀ ਤਿੱਤਰੀ ਕਮਾਦੋਂ ਨਿਕਲੀ, ਤੇ ਉੱਡਦੀ ਨੂੰ ਬਾਜ ਪੈ ਗਿਆ ਜਿੰਦੇ ਨੇਰੀਏ। ਚਾਚਾ ਦਾ ਰੌਣਕ ਹੀ ਲਾਈ ਬੈਠਾ ਅੱਜ। ਬਾਜ ਪੈ ਗਿਆ ਨੀ ਜਿੰਦੇ ਨੇਰੀਏ। ਚਾਚਾ ਉੱਡਦੀ ਨੂੰ ਬਾਜ ਪੈ ਗਿਆ। ਉਹ ਕਿਵੇਂ ਕੰਮ ਡਿੱਗਦੀ ਆ? ਓ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ। ਕਿਵੇਂ ਕੰਮ ਡਿੱਗਦੀ ਆ? ਤੈਨੂੰ ਕਿਹਨੇ ਆਖਿਆ ਕੰਧ ਡਿੱਗਦੀ ਹੈ? ਤੇ ਫਿਰ ਲੱਤਾਂ ਕਾਹਨੂੰ ਲਾਈਆਂ, ਸਿੱਧੀਆਂ ਕਰ ਮੜ ਗਈਆਂ? ਕਰਦਾ ਸਿੱਧੀਆਂ, ਕੰਧ ਤਾਂ ਨਹੀਂ ਡਿੱਗਦੀ ਪੁੱਤ। ਆ ਛੱਤ ਤੇ ਜੇ ਨਾ ਮਿੱਟੀ ਲਾਈ ਤੁਸੀਂ, ਤੇ ਇਹ ਤੇਰੀ ਮਾਂ ਇਹ ਜ਼ਰੂਰ ਡਿੱਗੂਗੀ। ਓ ਜਾ ਚਾਚਾ, ਇਹਨੂੰ ਨੀ ਕੁਛ ਹੁੰਦਾ ਹੁੰਦਾ। ਹੁੰਦਾ ਨੀ ਇਹਨੂੰ ਕੁਛ, ਗੱਲ ਸੁਣ। ਹਾਂ ਕੀ ਆ, ਕਰਕੇ ਆਇਆ ਤੂੰ ਫਿਰ? ਓ ਮੈਂ ਕੀ ਕਰਕੇ ਆਉਣਾ ਚਾਚਾ ਜੀ, ਤੇਰੇ ਵਾਸਤੇ ਆ ਲੈ ਕੇ ਆਇਆ ਮੈਂ। ਉਹ ਇਹ ਤਾਂ ਜਮਾ ਹੀ ਛੋਟਾ ਜਿਹਾ। ਉਹ ਚਾਚਾ ਖਾਣ ਵਾਸਤੇ ਆ ਇਹ। ਖਾਣ ਵਾਸਤੇ ਆ ਤੇ ਹੋਰ? ਅੱਛਾ ਚੰਗਾ, ਫਿਰ ਇੱਕ ਇੱਕ ਲੈ ਲਓ। ਉਹ ਤਾਂ ਹੈ ਹੀ ਇੱਕ, ਤੇਰੇ ਵਾਸਤੇ ਲਿਆਂਦਾ ਇਹ। ਅਗਰ ਦੂਜਾ ਨੂੰ ਨੀ ਦੇਣਾ? ਓਏ ਉਹ ਆ ਗਏ ਚਾਚਾ ਜੀ। ਆ ਗਏ? ਹਾਂ ਆ ਗਏ ਆ ਗਏ। ਇਹਨਾਂ ਨੇ ਆ ਜਾਓ ਆ ਜਾਓ, ਲੱਗਦਾ ਤੁਰਦੇ ਤਾਂ ਉਹੀ ਹੈ। ਆ ਕਿਵੇਂ ਆ? ਕਰਤਾ ਦਿੱਤਾ, ਲਿਆਓ ਕੁਛ ਖਾਣਾ ਪੀਣਾ ਹੱਥ ਨੂੰ ਹੋਣ ਵਾਲੀ ਇੰਤਜ਼ਾਮ। ਅਸੀਂ ਆਪਦਾ ਕਰਤਾ, ਤੂੰ ਆਪਦਾ ਤੁਸੀਂ ਤਾਂ ਇੰਤਜ਼ਾਮ ਕਰ ਲਿਆ, ਤੇ ਅਸੀਂ ਵੀ ਕਰਨਾ ਸੀ, ਸਾਡਾ ਵੀ ਕੋਈ ਕਰ ਦਿਓ, ਕਿ ਫਿਰ ਸਾਨੂੰ ਆਪ ਨੂੰ ਕਰਨਾ ਪਊ ਹੁਣ। ਮੇਰੇ ਤੋਂ ਨਹੀਂ ਹੁੰਦਾ, ਤੁਸੀਂ ਆਪ ਹੀ ਕਰ ਲਓ। ਫਿਰ ਮੇਰੀ ਸੁਣ ਚਾਚਾ ਗੱਲ, ਉਹ ਇਹਨਾਂ ਨੇ ਤਾਂ ਨਹੀਂ ਕੀਤਾ ਗਾ, ਮੈਂ ਇਹਨਾਂ ਨੂੰ ਨਾਲ ਲੈ ਕੇ ਜਾਂਦਾ ਗਾ, ਤੇ ਮੈਂ ਕਰਦਾ ਕੋਈ ਇੰਤਜ਼ਾਮ, ਤੂੰ ਐਂ ਕਰ, ਸਮਝ ਗਿਆ ਨਾ? ਤੁਸੀਂ ਜਾਓ। ਹਾਂ ਚਲ ਜਾਓ। ਚਲੋ ਠੀਕ ਆ, ਚੱਲ ਗਏ ਯਾਰ। ਹੁਣ ਤੈਨੂੰ ਮੈਂ ਇੱਕ ਵਾਰੀ ਹੋਰ ਦੱਸਦਾ, ਖਾਣ ਵਾਸਤੇ ਆ ਇਹ। ਮੇਰੇ ਸਾਰੇ ਅਨਾਜ ਲਾਇਆ ਮਾਂ ਕਹਿੰਦਾ ਹੁੰਦਾ ਸੀ, ਗੁਰਨਾ ਰੋਟੀ ਖਾਧੀ ਹੋਵੇ ਤੜਕੇ ਜੰਗਲ ਪਾਣੀ ਐਂ ਆਉਂਦਾ ਜਿਵੇਂ ਬੋੜ ਤੋਂ ਬਿੱਲਾ ਟੈਕਦਾ ਹੁੰਦਾ। ਭੁੱਖ ਵੀ ਬੜੀ ਲੱਗੀ ਸੀ। ਕਿਆ ਕਹਿ, ਥਾਲ ਸਬਜ਼ੀ ਬਣਾ ਲਾ, ਕਹੇ ਗੋੜੀ ਲਿਆ।
ਇੱਕ ਦੋ ਤਿੰਨ ਚਾਰ ਪੰਜ ਸੱਤ ਅੱਠ ਨੌ ਦਸ ਗਿਆਰਾਂ ਚਲੋ 12 ਬੱਕਰੀਆਂ ਸੀ, ਇੱਕ ਕਿੱਧਰ ਗਈ? ਮੈਨੂੰ ਤਾਂ ਲੱਗਦਾ ਕੋਈ ਦੇ ਗਿਆ ਦਾਣੇ ਮਲਣਾ। ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਬਾਰਾਂ ਤੇਰਾਂ ਹੈਂ ਵੱਧ ਕਿਵੇਂ ਗਈ ਹੁਣ? ਵੱਧ ਗਈ ਭੈਣ ਚੋਂ, ਪਹਿਲਾਂ ਘੱਟ ਗਈ। ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਗਿਆਰਾਂ ਮਾਲ ਹੈ, ਕਿਤੇ ਗਿਆਰਾਂ ਕਿਤੇ ਤੇਰਾਂ, ਬੱਕਰੀਆਂ 12 ਕਿਤੇ ਗਿਆਰਾਂ ਕਿਤੇ ਤੇਰਾਂ। ਮੈਨੂੰ ਲੱਗਦਾ ਕੋਈ ਦੇ ਗਿਆ ਦਾਣੇ। ਕਦੇ ਗਈ ਕਿੱਧਰ? ਮੈਨੂੰ ਤਾਂ ਲੱਗਦਾ ਬਈ ਕਿਸੇ ਨੇ ਪਾਲੀ ਪਤੀਲੀ ਜਾਂ ਤੇਰੀਆਂ। ਉਹਦੇ ਨਾਲ ਦੀ ਘੱਟਾ ਇੱਕ ਆਏ ਮੇਰੀ ਰਾਣੋ। ਇਹ ਮੈਨੂੰ ਲੱਗਦਾ ਜਿਹਦਾ ਮੈਂ ਨਾਂ ਰਾਣੋ ਰੱਖਿਆ ਸੀ ਨਾ, ਰਾਣੋ ਉਹ ਲੈ ਗਿਆ ਬਈ, ਮੇਰੀ ਰਾਣੋ ਲੈ ਗਿਆ। ਰਾਣੋ ਮੇਰੀ ਇੰਨੀ ਫੀਵੀ ਚਾਹ ਚੂ ਪਿਆ ਦੇ। ਉਹ ਆ ਗਿਆ ਬਈ, ਰੁਕ ਜਾ ਰੁਕ ਜਾ, ਆ ਗਿਆ ਬਣੀ ਜਾਂਦੀ ਆ। ਸਰੀਰ ਜਿਹਾ ਟੁੱਟ ਹੀ ਜਾਂਦਾ। ਚਾਚੇ ਨੇ ਉੱਠ ਕਰਨਾ। ਉਹ ਕੋਈ ਨਾ ਚਾਚੇ ਨੂੰ ਪੈ ਦਾਂਗੇ ਚਾਹ, ਕੋਈ ਨਾ, ਕੁਛ ਨੀ ਬੋਲਦਾ ਚਾਚਾ ਆਪਣਾ। ਲਿਆ ਲਿਆ ਠਾਰ ਕੇ ਲਿਆਈ ਬਾਟੀ ਚ ਪਾ ਕੇ। ਉਹ ਪਿਓਵਾ ਵਾਲਾ ਤਾਂ ਆ ਜਾਂਦੇ, ਪੇਟੀ ਕੀ ਅੱਗ ਲੱਗੀ ਹੈ ਤੈਨੂੰ ਹੁਣ? ਹਾਂ ਹਾਂ, ਕੋਈ ਕੰਮ ਧੰਦਾ ਕਰਾਂਗੇ। ਉਹ ਕੰਮ ਧੰਦੇ ਨੂੰ ਤੂੰ ਬੜੇ ਕਸੀਦੇ ਤੋਰਨੇ ਆ, ਇੱਥੇ ਬਹਿ ਕੇ ਤੂੰ ਤੇ ਫੁੱਕੇ ਹੀ ਮਾਰਨੀਆਂ। ਚਾਹ ਚੂ ਲਿਆ ਯਾਰ, ਚਾਚਾ ਵੀ ਉੱਠਣ ਵਾਲਾ ਹੋਊਗਾ। ਲਿਆਉਣਾ ਲਿਆਉਣਾ, ਕੀ ਅੱਗ ਲੱਗੀ ਏਡੀ ਜਲਦੀ? ਅੱਗ ਤਾਂ ਲੱਗੀ ਪਈ, ਬੁਝਣ ਵਾਲੀ ਵੀ ਹੋ ਗਈ। ਉੱਥੇ ਬੈਠਾ ਚੁੱਲ੍ਹੇ ਤੇ ਤੜਕੇ ਦਾ ਵੇਖ ਆ, ਕਿਤੇ ਕੱਲਾ ਕੱਲਾ ਹੀ ਨਾ ਖਾਈ ਜਾਂਦਾ ਹੋਵੇ। ਗੱਲ ਤਾਂ ਤੇਰੀ ਠੀਕ ਆ, ਮੈਨੂੰ ਲੱਗਦਾ ਆ ਉਹਦੇ ਲੱਛਣ ਆਏ ਜੇ। ਉਹ ਕਹਿੰਦੇ ਲਿਆ ਚਾਹ ਪਾ ਕੇ ਲਿਆ ਯਾਰ। ਬਸ ਆ ਗਿਆ ਬਈ, ਪਾਈ ਹੈ ਨਾ ਭਾਂਡਿਆ ਚ ਹੀ। ਨਿਗਾਹ ਮਾਰ ਕੇ ਆ ਇੱਕ ਵਾਰੀ, ਮੈਨੂੰ ਲੱਗਦਾ ਬਾਟੀਆਂ ਹੀ ਖੜਕਾਈ ਜਾਂਦਾ ਉਹ। ਇੰਨਾ ਟਾਈਮ ਲਾਇਆ ਨਾਲ ਹੀ ਤਾਂ ਖਾਣ ਲੱਗ ਗਿਆ ਸੀ ਤੂੰ ਵੀ ਉਹਦੇ? ਨਹੀਂ 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 ਨਹੀਂ, ਵਿੱਚ ਘੋਲਿਆ ਬਹੁਤ ਇਹਦੇ। ਘੋਲਿਆ ਤਾਂ ਮੈਨੂੰ ਦਿੱਤੀ ਜਾਂਦਾ। ਰਾਤ ਤਾਂ ਫਿਰ ਪੂਰਾ ਟੇਸਟੀ ਸੀ ਹੈਂ? ਰਾਤ ਫਿਰ ਟੇਸਟੀ ਬਣਾਇਆ ਕਿ ਨਹੀਂ ਜੀ? ਫਿਰ ਨਹੀਂ ਆ ਤਾਂ ਪੱਤਰਾਂ ਸੀ ਕੇ ਪੱਕਰੀ ਸੀ ਪੈਰ ਚੁੱਕਣੀ ਮੁਰਗਾ ਲੈ।
ਪੜਿਆ ਤਾਂ ਮੇਰਾ ਸਾਰਾ ਸਵਾਲ ਸੀ, ਮਿਰਚਾਂ ਹੋ ਰਹੇਗਾ ਤੇਜ਼ ਸੀ। ਅੱਛਾ ਕੀ ਕਰੀਏ ਪਿਆ, ਨਹੀਂ ਇਹ ਤਾਂ ਕੋਈ ਗੱਲ ਨਹੀਂ, ਅੱਜ ਤਾਂ ਕਰਦੇ ਆ ਪਤਾ ਮੇਰੇ ਸਾਲਾ, ਵੇਖੀਏ ਕੀ ਕਰਦੇ ਆ, ਤੋੜਦੇ ਆ ਡੱਕਾ ਕੇ ਨਹੀਂ ਮੇਰੇ ਸਾਲੇ ਇਹਨਾਂ ਨੇ। ਤੁਸੀਂ ਚਾਰ ਤਾਂ ਚੰਦ ਮੰਜਾ ਵੇਚ ਤਾਂ ਨੀ ਦਿੱਤਾ ਕਿਤੇ? ਨਹੀਂ ਨਹੀਂ, ਵੇਚਣਾ ਕਾਹਦੇ ਵਾਸਤੇ, ਆਪਾਂ ਨੂੰ ਕੀ ਲੋੜ ਆ ਵੇਚਣ ਦੀ? ਨਹੀਂ ਨਹੀਂ ਚਾਚਾ, ਇੱਥੇ ਹੋਊਗਾ ਕਿਤੇ ਲੈ ਗਿਆ ਕੋਈ ਵਾਹਣ ਵੂਣ ਵਾਲਾ ਕੋਈ। ਮੈਨੂੰ ਲੱਗਦੀ ਜਿਹੜਾ ਤੁਸੀਂ ਰਾਤ ਖਵਾਇਆ ਮੰਜਾ ਵੇਚ ਕੇ ਖਵਾਇਆ ਮੈਨੂੰ। ਓ ਨਹੀਂ ਨਹੀਂ ਚਾਚਾ, ਉਹ ਅੰਦਰ ਰੱਖਦਾ ਹੀ ਤਰੇਲ ਬਾਲੀ ਸੀ ਰਾਤ। ਚੱਬ ਚੱਕ ਕੇ ਲਿਆ ਮੰਜਾ, ਮੈਂ ਲਾਉਣਾ। ਮੈਂ ਜਾਣਾ ਖੇਤਾਂ ਨੂੰ, ਅੱਜ ਆਪਣੀ ਪਾਣੀ ਦੀ ਵਾਰੀ ਆ। ਕੋਈ ਕੋਈ ਗੱਲ ਨਹੀਂ ਚਾਚਾ, ਮੈਂ ਜਾਇਆਂ ਵਾ। ਨਹੀਂ ਮੈਂ ਜਾਂਦਾ ਉੱਥੋਂ ਦੁਕਾਨ ਤੋਂ ਹੀ ਲੈ ਲੂੰਗਾ ਤੇਜ਼ਾਬ ਦਾ ਕੈਪੂ। ਹਾਂ ਤੂੰ ਦੁਕਾਨ ਤੋਂ ਲੈਣੀ, ਨਾਲੇ ਉਹ ਕਹੀ ਲੈਣੀ ਚਾਚਾ ਯਾਰ, ਕਹੀ ਵੀ। ਹਾਂ ਕਹੀ ਮੈਂ ਲੈ ਕੇ ਜਾਊਂਗਾ। ਕਹੀ ਤਾਂ ਨਹੀਂ ਵੇਚਦੀ ਹੋਏ, ਉਹ ਤਾਂ ਪਈ ਆ। ਗੱਲ ਸੁਣੋ, ਆਟਾ ਹੈਗਾ, ਆਟਾ ਲੈ ਕੇ ਦੁਕਾਨ ਤੇ ਜਾ। ਕੋਈ ਨੀ ਕੋਈ ਨੀ ਚਾਚਾ, ਕਰਦੇ ਅਰੇਂਜਮੈਂਟ ਆਟੇ ਦਾ। ਅਸੀਂ ਭੇਜ ਦਾਂਗੇ ਆਟੇ, ਆ ਜਾਂਦੇ ਰੋਟੀ ਲੈ ਕੇ ਵੀ। ਅਸੀਂ ਪਰਵਾਹ ਨਾ ਕਰੀ ਚਾਚਾ, ਆ ਜਾਂਦੇ ਅਸੀਂ। ਬੜਾ ਤੰਗ ਕੀਤਾ ਮੈਂ, ਪਤਾ ਲੱਗ ਜਾਂਦੇ ਕਿਹੜੇ ਆ। ਭੈਣ ਚੋ 12 ਬੱਕਰੀਆਂ ਸੀ, 11 ਕਿਵੇਂ ਰਹੇਗਾ, ਮੈਨੂੰ ਇਹ ਸਮਝ ਨਹੀਂ ਆਉਂਦੀ। 5 ਵਾਰੀ ਗਿਰ ਲੀਆਂ ਭੈਣ ਚੋ, 11 ਹੀ ਗਿਆ। ਕੋਈ ਨੀ, ਮੈਨੂੰ ਬਹੁਤ ਤੰਗ ਕੀਤਾ। ਕਿਵੇਂ ਸੁਬਿਆ, ਕਿਵੇਂ ਸੌ ਸਾਈ ਹੋਇਆ ਹੋਣਾ ਬਾਈ? ਮੇਰੇ ਕੋਲ 12 ਬੱਕਰੀਆਂ ਏ। ਅੱਛਾ, 5 ਵਾਰੀ ਗਿਣ ਲਗਾ, 11 ਰਹੇਗਾ। ਮੈਂ ਸ਼ੱਕਾ ਤੁਹਾਡੇ ਸੋਹਰਾਂ ਤੇ। ਉਹ ਨਹੀਂ ਸੁਬਿਆ, ਕਾਹਨੂੰ ਸਾਡੇ ਸੋਹਰ ਇੰਨੀ ਜੋਗੇ ਹੈ ਨੀ। ਤੁਹਾਡੇ ਸੋਹਰ ਇੰਨੇ ਚੰਗੇ ਵੀ ਹੈ ਨੀ ਬਾਈ। ਸਾਡੇ ਸੋਹਰ ਇੰਨੀ ਜੋਗੇ ਹੈ ਨੀ, ਇਹ ਮੈਨੂੰ ਕਿਸੇ ਨਸ਼ੇੜੀਆਂ ਦਾ ਕੰਮ ਲੱਗਦਾ। ਤੁਹਾਡੇ ਤਾਂ ਕੁਝ ਖਾਂਦੇ ਨਹੀਂ, ਤੁਹਾਡੇ ਨਹੀਂ ਕੁਝ ਖਾਂਦੇ। ਟੀਕੇ ਟੂਕੇ ਲਾਉਣ ਵਾਲਿਆਂ ਦਾ ਕੰਮ ਲੱਗਦਾ ਸੁਬਿਆ। ਪਰ ਸੁਬਿਆ ਰਾਤ ਬੱਕਰੀ ਚੋਰੀ ਹੋਈ ਆ। ਹਾਂ ਬਾਈ, ਰਾਤ ਹੀ ਹੋਈ ਆ ਰਾਤ। ਸੁਬਿਆ ਸਾਡਾ ਮੰਜਾ ਵੀ ਚੱਕਿਆ ਗਿਆ ਬਾਈ। ਮੰਜੇ ਦਾ ਮੈਨੂੰ ਪਤਾ ਨੀ, ਪਰ ਮੈਂ ਤੁਹਾਨੂੰ ਦੱਸਦਾ ਵਾ, ਭੈਣ ਗੱਲ ਤੂੰ ਜਿਵੇਂ ਬੱਕਰੀ ਤੁਹਾਡੇ ਘਰੇ ਹੋਈ ਤੇ ਮੈਂ ਗੱਲ ਕਰ। ਬਾਈ ਸੁਬਿਆ ਕਰ ਖੁੱਲਾ ਪਿਆ, ਤੂੰ ਜਾ ਕੇ ਦੇਖ ਲਾ, ਸਾਡੇ ਸੋਹਰ ਇੰਨੀ ਜੋਗੇ ਲੱਗਦੇ। ਤੁਹਾਡੇ ਸੋਹਰ ਦਾ ਮੈਨੂੰ ਪਤਾ ਕਿੰਨੇ ਕੁ ਚੰਗੇ ਆ, ਪਤਾ ਮੈਨੂੰ ਯਾਰ। ਉਹ ਵੀ ਨਾ ਤਾਂ ਮੇਰੇ ਸਾਲਿਆਂ ਨੇ ਇਹਨਾਂ ਨੇ ਨਾ ਚੰਦ ਚੜਾਇਆ ਲੱਗਦਾ, ਮੰਜਾ ਵੀ ਮੇਰੇ ਸਾਲਿਆਂ ਨੇ ਇਹਨਾਂ ਨੇ ਵੇਚਿਆ ਹੋਣਾ। ਚੱਲ ਦੇਖਦੇ ਆ, ਕੋਈ ਨੀ, ਅੱਜ ਹਵਾ ਹੀ ਬਾਲੀ ਚੱਲਦੀ ਆ, ਚਾਂਦ ਰਹੇ ਹੋਏ ਟਾਈਮ। ਕਹਿ ਪਾਤਾ ਰੋੜੀ ਲਿਆਉਣੇ ਆ ਬਾਬਾ ਜੀ, ਆਉਂਦਾ ਨੀ ਚਲਾਣਾ ਲਿਆ ਫਿਰ ਭੈਣ ਹੀ ਆਉਣ ਨੂੰ ਆ। ਬਾਬਾ ਤੂੰ ਗਾਲ ਕੱਢਦਾ? ਉਹ ਨਹੀਂ ਪਾਤਾ, ਮੈਂ ਤਾਂ ਵੈਸੀ ਗੱਲ ਕਰਦਾ ਸੀ, ਲੈ ਕਾਹਦੇ ਵਾਸਤੇ ਜਦੋਂ ਆਉਂਦਾ ਨੀ ਸਿੱਖ ਸੁੱਖ ਲੈ ਨੂੰ। ਬਾਬਾ ਜੀ ਸਿਖਾਈ ਦੋ। ਹੈਂ, ਸਿਖਾ ਦਿੰਦੇ ਆ ਭਗਤਾ, ਲਿਆ ਹੱਥ ਦਿਖਾ।
ਬਾਬਾ ਕੀ ਹੱਥ ਦੇਖੀ ਜਾਂਦਾ ਹੱਥ ਯਾਰ ਤੇਰਾ ਜਹਾਜ ਦੀ ਵਾਰੀ ਵਾਲਾ ਲੱਗਦਾ ਉਹ ਕਿਉਂ ਗੱਪ ਮਾਰਦਾ ਪਰ ਹੋਰ ਜਾਣ ਦੇ ਬਾਬਾ ਨਹੀਂ ਨਹੀਂ ਭਗਤਾ ਚੱਲ ਚੰਗਾ ਉਹ ਬੈਠੇ ਲੱਗਦੇ ਆ ਭਗਤਾ ਚ ਉਹਨਾਂ ਕੋਲੇ ਜਾ ਕੇ ਆਉਣੇ ਆ ਥੱਕੇ ਬਹੁਤ ਪਏ ਆ ਬਹੁਤ ਲੰਮਾ ਸਫ਼ਰ ਕੱਟ ਕੇ ਆਏ ਆ ਮਸਾ ਹੀ ਕਰ ਦਿੱਤਾ ਮੈਨੂੰ ਕਿਵੇਂ ਨਾਥਾ ਠੀਕ ਆ ਭਗਤਾ ਤੂੰ ਦੱਸ ਠੀਕ ਹੈ ਤੂੰ ਮੈਨੂੰ ਐਂ ਦੱਸ ਢਿੱਡ ਕਿਵੇਂ ਲੀਹਾਂ ਵਾਲੇ ਕੱਦੂ ਵਾਂਗੂ ਕੱਢਿਆ ਬਸ ਤੁਹਾਡੇ ਵਰਗੇ ਭਗਤਾਂ ਦੀ ਸਾਡੇ ਵਰਗੇ ਭਗਤਾਂ ਦੀ ਕੀ ਕਿਰਪਾ ਰਹਿੰਦੀ ਹੈ ਆਪਣੇ ਤੇ ਬਾਬਾ ਕੋਈ ਕੰਮ ਕਾਰ ਕਰ ਲਿਆ ਕਰੋ ਨਾਈਆਂ ਦੇ ਕੱਟੇ ਵਰਗੀ ਦੇਹ ਪਈ ਹੈ ਤੇ ਕੰਮ ਹੀ ਕਰਦੇ ਆ ਭਗਤਾ ਹੋਰ ਕੀ ਅਸੀਂ ਐਵੇਂ ਤਾਂ ਚੋਲਾ ਪਾਇਆ ਕੀ ਆ ਬਾਬਾ ਇਹਦੇ ਚ ਇਹਦੇ ਚ ਬਹੁਤ ਕੁਛ ਆ ਭਗਤਾ ਅੱਛਾ ਹਾਂ ਦਈਏ ਤੈਨੂੰ ਕੋਈ ਗਿੱਦੜ ਸਿੰਘ ਜੀ ਮੈਂ ਚੇਲਿਆਂ ਨੂੰ ਦੇ ਦਿੰਦਾ ਗਿੱਦੜ ਸਿੰਘ ਜੀ ਹੈ ਸੰਤਾਂ ਦੀ ਸੂਬੇ ਸੂਬੇ ਕੀ ਹਾਲ ਹੈ ਠੀਕ ਆ ਬਾਈ ਤਕੜਾ ਹਾਂ ਤਕੜਾ ਹੀ ਆ ਚਾਹ ਪੀਏਗਾ ਬਾਈ ਚਾਹ ਨੂੰ ਜੀ ਨਹੀਂ ਕਰਦਾ ਨਹੀਂ ਪੀਲਾ ਯਾਰ ਸੁਬਿਆ ਪੀਲਾ ਪੀਲਾ ਲੈ ਚਾਹ ਪੀਲਾ ਫੜ ਲੈ ਪੀਲਾ ਠੰਡਾ ਰਹਿ ਕਰ ਤੂੰ ਮੜਾ ਜਾ ਠੰਡਾ ਤਾਂ ਬਾਈ ਮੈਂ ਹੈ ਮੈਂ ਤਾਂ ਪੀਉ ਮੈਨੂੰ ਐ ਦੱਸੋ ਯਾਰ ਮੇਰੀ ਬੱਕਰੀ ਚੱਕੀ ਗਈ ਰਾਤ ਭੈਣ ਚ ਇਹਦੀ ਬੱਕਰੀ ਕਿਹੜੀ ਚੱਕੀ ਗਈ ਕਾਲੀ ਜੀ ਸੀ ਤੈਨੂੰ ਕੀ ਪਤਾ ਬਾਈ ਕਾਲੀ ਸੀ ਉਹ ਤੇਰੀਆਂ ਸਾਰੀਆਂ ਬੱਕਰੀਆਂ ਨੇ ਕਾਲੀਆਂ ਹਾਂ ਬੱਕਰੀ ਦੇ ਮੈਂ ਚਾਹ ਤੂੰ ਬਾਅਦ ਚ ਪੀ ਪਹਿਲਾਂ ਤੂੰ ਤਲਾਸੀ ਲੈ ਲਾ ਸਾਡੀ ਉਹ ਜਾ ਦੇਖ ਕੇ ਆ ਜਾ ਉਧਰ ਆ ਜਾ ਮਿਲਿਆ ਕੁਛ ਤੈਨੂੰ ਅੰਦਰੋਂ ਉਹ ਕਿਹੜਾ ਬੈਠਾ ਉਹ ਛੋਟਾ ਸਾਡਾ ਚਾਚਾ ਪੜੀ ਜਾਂਦਾ ਉਹ ਚਾਹ ਧਰਦਾ ਉਹ ਚਾਹ ਬਣਾਈ ਬੈਠੇ ਆ ਉਹ ਚਾਹ ਤਾਂ ਮੈਨੂੰ ਪਤਾ ਚਾਹ ਬਣਾਈ ਬੈਠਿਆ ਉਹ ਨਹੀਂ ਨਹੀਂ ਚਾਚਾ ਡੋਲੂ ਚ ਕੀ ਉਹ ਡੋਲੂ ਚ ਪਾਣੀ ਆ ਚਾਚਾ ਪਾਣੀ ਆ ਇੱਥੇ ਤਾਂ ਵੇਖਿਆ ਹੁੰਦਾ ਵੇਖ ਲਾ ਤੂੰ ਵੇਖ ਲਾ ਜਾ ਜਿਵੇਂ ਤੇਰੀ ਬੱਕਰੀ ਅਸੀਂ ਨਾਪੀ ਦਿੱਤੀ ਹੁੰਦੀ ਆ ਓਏ ਹੈ ਨੀ ਚਾਚਾ ਇੱਧਰ ਕਿੱਧਰ ਵੜਦਾ ਫਿਰਦਾ ਤੂੜੀ ਖਲਾਰ ਦੇਗਾ ਭੈਣ ਪਸ਼ੂਆਂ ਨੂੰ ਕੌਣ ਜੋਗਰੀ ਇੱਕ ਹੈ ਇੱਥੇ ਆ ਤੁਸੀਂ ਮੈਨੂੰ ਵਾਰਨ ਨਹੀਂ ਦਿੰਦੇ ਯਾਰ ਓਏ ਪਸ਼ੂ ਹੈ ਨੀ ਬਾਈ ਬੱਕਰੀ ਇੱਥੇ ਓ ਚਾਚਾ ਚਾਚਾ ਬਿੱਲੀ ਸੂਈ ਆ ਉੱਥੇ ਚੱਲ ਉੱਥੇ ਬੈਠ ਜਾ ਕੇ ਜਾ ਉੱਥੇ ਬਿੱਲੀ ਸੂਈ ਆ ਬਹਿ ਜਾ ਤੂੰ ਮਾੜਾ ਯਾਰ ਅਸੀਂ ਦੱਸ ਤੇਰੀ ਬੱਕਰੀ ਚੱਕ ਕੇ ਕੀ ਲੈਣਾ ਮੈਂ ਨਿੱਕਰ ਪਾਈ ਆ ਭਾਈ ਉਹ ਨਿੱਕਰ ਭੁੱਲ ਜਾਂਦਾ ਨਾ ਪਾਉਣੇ ਮੈਂ ਕਾੜੀ ਕਾੜੀ ਜਿੱਦੀ ਵਾਰਾ ਕਿਤੇ ਇਹ ਨਾ ਹੋਵੇ ਚਾਚਾ ਕਿਤੇ ਨਿੱਕਰ ਨਿੱਕਰ ਦੇ ਬਹਾਨੇ ਦੇ ਵਿੱਚ ਕਿਤੇ ਫੇਰ ਹੱਥ ਬਸ ਚਾਚਾ ਤੁਸੀਂ ਬੱਕਰੀ ਦੱਸ ਅਸੀਂ ਕੀ ਕਰਨੀ ਆ ਤੂੰ ਦੇਖ ਲਿਆ ਨਾ ਚਾਰੇ ਪਾਸੇ ਨਹੀਂ ਚਾਚਾ ਲੈ ਇਹਦਾ ਢਿੱਡ ਦਿਖਾ ਲੈ ਦਿਖਾ ਢਿੱਡ ਚਾਚੇ ਨੂੰ
ਬੱਚਾ ਹੋਣ ਵਾਲਾ ਹੌਲੀ ਚਾਹ ਪੀ ਸੰਗ ਚ ਨਾ ਲੱਗ ਜੇ ਕਿਤੇ ਮੈਂ ਪੰਜ ਵਾਰੀ ਬੱਕਰੀਆਂ ਗਿਣ ਲਈਆਂ ਮੇਰੀ ਸੁਣ ਲਾ ਗੱਲ ਤੇਰੀ ਅਸੀਂ ਬੱਕਰੀ ਨੀ ਚੱਕੀ ਬੱਕਰੀਆਂ ਅਸੀਂ ਚੱਕ ਲਾਂਗੇ ਮੇਰੀ ਸੁਣ ਲਾ ਗੱਲ ਤੇ ਗੱਲ ਜਾ ਨਾ ਪਾਇਆ ਵਾਲਾ ਉੱਚੀ ਜਿਹਾ ਘੱਟ ਬੋਲ ਸਾਡਾ ਬਲੱਡ ਬਹੁਤ ਵੱਧਦਾ ਤੈਨੂੰ ਮੈਂ ਦੱਸਦੀ ਗੱਲ ਠਾਣੇ ਲਗਾਉਂਗਾ ਠੀਕ ਆ ਨਾ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਨੀ ਮੈਂ ਕਰੂ ਭੈੜੀ ਤੁਹਾਡੇ ਨਾਲ ਗੱਲ ਸੁਣ ਲਾ ਬੱਕਰੀ ਬੱਕਰੀ ਅਸੀਂ ਨਹੀਂ ਚੱਕੀ ਫੇਰ ਤੁਸੀਂ ਕੀ ਕਰ ਦੋਗੇ ਤੁਸੀਂ ਬੱਕਰੀਆਂ 12 ਸੀ ਮੇਰੇ ਕੋਲ ਅੱਛਾ ਮੈਂ 10 ਵਾਰੀ ਗਿਣ ਲਈਆਂ ਭੈਣ ਚ 11 ਹੀ ਰਹਿ ਗਈਆਂ 11 ਰਹਿ ਗਈਆਂ ਮੈਂ ਸੁਣਿਆ ਬਾਬਾ ਹੱਥ ਤੇ ਫੋਟੋ ਆ ਜਾਂਦੀ ਹੈ ਬੰਦੇ ਦੀ ਆ ਜਾਂਦੀ ਹੈ ਭਗਤਾ ਵੇਖ ਲੈਂਦੇ ਆ ਬਾਬਾ 10 ਫੇਰ ਬਾਬਾ ਜਰਦਾ ਲੱਗਾ ਸੀ ਕਲੀ ਪੂੰਜ ਲਈ ਨਹੀਂ ਰੱਖੂ ਨਹੀਂ ਇਹ ਕੰਮ ਵੀ ਕਰ ਲੈਣਾ ਹੈ ਲੈ ਭਗਤਾ ਮੇਰੇ ਹੱਥ ਤੇ ਹੱਥ ਰੱਖ ਕੇ ਨਾ ਮੇਰੇ ਹੱਥ ਤੇ ਨਾ ਉਹਨਾਂ ਦੀ ਫੋਟੋ ਛਪ ਜੂ ਜਿਹਨੇ ਤੇਰੀ ਬੱਕਰੀ ਚੱਕੀ ਆ ਬਾਬਾ ਮੇਰੀ ਬੱਕਰੀ ਢਹਿ ਜੇ ਹਾਂ ਬਾ ਫੇਰ ਭਾਵੇਂ ਤੂੰ ਹੀ ਲੈ ਜੀ ਪਰ ਮੈਂ ਲੰਬ ਗੜ ਤੋਂ ਕੁੱਟ ਕੁੱਟ ਸਾਲਿਆਂ ਦੀ ਕੋਈ ਗੱਲ ਨੀ ਭਗਤ ਹਾਂ ਬਹੁਤ ਅੱਕਿਆ ਪਿਆ ਮੈਂ ਘਰ ਵਾਲੀ ਕਹਿੰਦੀ ਤੇ ਬੱਕਰੀ ਆਪ ਵੇਚਤੀ ਮੈਨੂੰ ਕਹਿੰਦੀ ਤੂੰ ਬੱਕਰੀ ਵੇਚਤੀ ਕੋਈ ਗੱਲ ਨੀ ਹੁਣੇ ਪਤਾ ਲੱਗ ਜਾਂਦਾ ਭਗਤ ਹਾਂ ਬਾਬਾ ਤੂੰ ਤਾਂ ਪਲੂਸਣ ਚ ਲੱਗ ਗਿਆ ਮੈਨੂੰ ਦੱਸਦਾ ਭਗਤ ਦੱਸਦਾ ਬੰਦਾ ਮੈਂ ਅੰਤਰ ਧਿਆਨ ਅੰਤਰ ਧਿਆਨ ਤਾਂ ਹੋ ਜਾਂਦੇ ਭਗਤ ਬਾਬਾ ਅੰਤਰ ਜਾਮੀ ਕਿਤੇ ਇਹ ਮੈਨੂੰ ਤਿੰਨ ਬੰਦੇ ਦਿਸੀ ਜਾਂਦੇ ਅੱਛਾ ਜੀ ਤਿੰਨ ਭਰਾ ਠੀਕ ਆ ਬਾਬਾ ਇੱਕ ਹੋਰ ਆ ਛੜਾ ਜਾ ਉਹਨਾਂ ਨਾਲ ਉਹਦੀ ਫੋਟੋ ਛਪ ਜੂ ਆਪਣੇ ਠੀਕ ਆ ਵੇਖ ਲਾ ਬਾਬਾ
ਤੂੰ ਤਾਂ ਕਮਾਲ ਹੀ ਕਰਤੀ। ਇਹ ਸਾਲਾ ਬਿੱਜੂ ਜਾ ਉਹਨਾਂ ਦਾ ਵਿਚਾਲੜਾ ਲੱਗਦਾ ਮੈਨੂੰ। ਇਹ ਭਗਤਾ ਹੁਣ ਤੂੰ ਜਾਣੇ। ਕੋਈ ਗੱਲ ਨੀ ਬਾਬਾ, ਚੱਲ ਕੋਈ ਗੱਲ ਨੀ ਬਾਬਾ, ਜਾਣਾ ਮੈਂ ਵੇਹਦਾ ਪੈਂਤਰਾ ਇਹਨਾਂ ਕੱਸਦਾ ਪੈਂਤਰਾ ਮੈਂ ਬਹੁਤ। ਤੇਰੀ ਸੇਵਾ ਹੁਣ ਭਗਤਾਂ ਨੂੰ ਸੇਵਾ ਬਾਬਾ, ਮੇਰੀ ਬੱਕਰੀ ਦੇ ਇੱਥੇ ਆ ਜਾਂਦੇ ਬਈ, ਪਤਾ ਤਾਂ ਕਰਨ ਦੇ ਵੀ ਉਹੀ ਆ ਬੰਦੇ। ਇੱਧਰ ਬੱਕਰੀ ਦੇ ਤੂੰ ਮੈਂ ਟੈਨਸ਼ਨ ਕੀ ਰੱਖਦਾ। ਕੋਈ ਗੱਲ ਨੀ ਭਗਤ, ਮੀਟ ਮੂਟ ਖਾ ਲੈਂਦੇ ਬਾਬਾ, ਫਿਰ ਬਾਬਾ ਕਾਹਦਾ ਤੂੰ। ਮੈਨੂੰ ਲੱਗਦਾ ਮਸਾਂ ਬਚਿਆ ਜੱਪ। ਹਾਂ ਬਈ ਸੰਤੇ ਦੇ ਬਾਬਾ ਹੀ ਕਿਉਂ ਤੁਰੇ ਤੇ ਆਪਣੇ ਘਰ ਨੂੰ। ਹਾਂ ਓਏ ਅਲਕ ਨਰੰਜਨ ਮੇਰਾ ਰੱਖੋ। ਜੈ ਸੰਤਾਂ ਦੀ, ਓ ਜੈ ਬਾਬੇ ਦੀ, ਜੈ ਹੋ, ਜੈ ਹੋ ਬਾਬੇ ਦੀ, ਜੈ ਹੋ। ਕਿਵੇਂ ਹੋ ਭਗਤ? ਚੰਗੇ ਬਾਬਾ ਤੇਰੇ ਭਗਤ ਚੰਗੇ। ਹੋਰ ਬਾਬਾ ਅੱਗ? ਕੋਈ ਗੱਲ ਨੀ ਬਾਬਾ, ਤੇਰੇ ਵਾਸਤੇ ਲਾਈ ਸੀ ਅਸੀਂ। ਬਾਬਾ ਜੀ ਚਾਹ ਛਕੋ। ਕੀ ਗੌਰ ਜੀ ਨਾਲ ਵੇਖੀ ਇਹਨਾਂ ਬਾਬਾ ਸੱਪ? ਬਾਬਾ ਚੋਈ ਕਿਉਂ ਬਾਹਰ ਆ ਗਿਆ ਬਾਬਾ? ਵੇਖੀ ਛੱਡਣਾ ਤਾਂ ਇੱਥੇ ਕਿਤੇ ਦਰਜੇ ਯਾਰ। ਕੋਈ ਨੀ ਬਾਬਾ, ਯਾਰ ਸਾਨੂੰ ਇੱਕ ਗੱਲ ਦੱਸ, ਤੇਰੇ ਕੋਲ ਕੱਦ ਵਧਾਉਣ ਵਾਲੀ ਦਵਾਈ ਹੈਗੀ ਆ? ਹਾਂ ਭਗਤਾ ਦੇਖ ਲਿਆ ਵਧਾਉਣਾ। ਵਧਾਉਣਾ ਕਿਸੇ ਦਾ ਹੈਂ? ਹਾਂ ਤੇ ਦੱਸਾਂਗੇ ਤੈਨੂੰ ਬਾਬਾ ਬਾਅਦ ਚ ਅਸੀਂ। ਕੋਈ ਗੱਲ ਨੀ, ਹਾਂ ਸਾਰਾ ਕੁਛ ਹੈਗਾ। ਕਿਵੇਂ ਅੱਜ ਬਾਬਾ ਇੱਧਰ ਫੇਰਾ ਪਾਇਆ ਤੁਸੀਂ? ਬਸ ਪਰਮਾਤਮਾ ਨੇ ਭੇਜ ਕੇ ਤੁਹਾਡੇ ਕੋਲੇ। ਪਰਮਾਤਮਾ ਦਾ ਫਿਰ ਸਾਡੇ ਕੋਲੇ ਬੰਦੇ ਆਈ ਭੇਜਦਾ ਬਾਬਾ। ਹੁਣ ਤੈਨੂੰ ਕੀ ਆ ਕੇ ਗਿਆ? ਇੱਕ ਪਹਿਲਾਂ ਆ ਕੇ ਗਿਆ। ਅੱਛਾ, ਹਾਂ ਰੋਟੀ ਪਾਣੀ ਛਕਾਇਆ ਨੂੰ ਚੰਗਾ? ਠੀਕ ਆ, ਵਧੀਆ ਖਾ ਕੇ ਗਿਆ। ਖਾਣਾ ਬਾਬਾ ਕੁਛ ਨਾਲ ਮਾੜਾ ਮੋਟਾ? ਤੁਹਾਡੇ ਕੋਲ ਕੀ ਆ ਹੁਣ? ਕੀ ਦੱਸੀਏ ਬਾਬੇ ਨੂੰ ਕੀ ਆ ਸਾਡੇ ਕੋਲ? ਚਾਹ ਪੀਓ ਪਹਿਲਾਂ। ਚਾਹ ਪੀ ਬਾਬਾ, ਪਹਿਲਾਂ ਚਾਹ ਪੀ ਤੂੰ, ਘੱਟ ਭਾਰ ਬਾਬਾ ਦੀ ਪਹਿਲਾਂ ਚਾਹ ਦੀ, ਫਿਰ ਦੱਸੀਏ ਅੱਜ ਹੈ ਕੀ। ਸਵਾਲ ਆ ਨਾ ਬਗਲੀ ਚ ਬਹੁਤ ਕੁਛ ਆ, ਆਟਾ ਉਟਾ ਵੀ ਲੱਗਦਾ ਬਾਬੇ ਕੋਲੇ ਹੈ ਨਾ ਬਾਬਾ? ਫਿਰ ਆਟਾ ਲੈਣ ਆਇਆ ਹੈ। ਹੋਰ ਭਗਤਾ ਚਾਹ ਪੀ? ਕੋਈ ਚਾਹ ਪੀ ਬਾਬਾ, ਕੋਈ ਗੱਲ ਨੀ, ਖੈਰ ਤੈਨੂੰ। ਪ੍ਰਸ਼ਾਦਾ ਛਕੂਗੇ ਬਾਬਾ? ਫਿਰ ਬਾਬਾ ਐਂ ਕਰ, ਆਟਾ ਲੈਣਾ ਨਾ ਫਿਰ ਤੂੰ, ਫਿਰ ਅੰਦਰ ਪੀਪੀ ਪਈ ਹੈ ਬਾਬਾ ਯਾਰ, ਉਹਦੇ ਚ ਪਾਇਆ ਸਾਡਾ ਯਾਰ, ਸਰੀਰ ਟੁੱਟੀ ਜਾਂਦਾ ਤੜਕੇ ਦਾ। ਬਾਬਾ ਦਾਸ ਨੂੰ ਰੱਖੋ ਚਰਨਾਂ ਚ, ਐਸੀ ਗੁਰਵਿਦਿਆ ਦੋ ਹੋ ਗਈ ਇਹਨਾਂ ਨੂੰ, ਮੈਂ ਭਰਜਾਈ ਦੇਣਾ ਇਹਨਾਂ ਨੂੰ, ਭਰਜਾਈ ਦੇਣੀ। ਹੋਰ ਇਹ ਤਾਂ ਲਿਆਉਣ ਜੋਗੇ ਹੈ ਨੀ ਗੇ, ਫਿਰ ਮੈਨੂੰ ਹੀ ਕਰਨਾ ਪੈਣਾ। ਬਾਬਾ ਜੂਮ ਕਰ ਕਰ ਵਹਿੰਦਾ ਬਾਬਾ, ਇਹ ਕਿਹੜਾ ਐਪਲ ਦਾ ਫੋਨ? ਤੁਸੀਂ ਜੇਟ ਲੱਗਦੇ ਆ ਦਿਖਾਈ ਦੇ ਬਾਬਾ, ਮਾਰੀ ਜਾਂਦਾ ਬਾਬਾ ਜੀ, ਪੈਸੇ ਬਣਾਉਣ ਦਾ ਮਾਰਾ। ਤੂੰ ਆਏ ਕਰ, ਤੂੰ ਆਟਾ ਲੈ ਤੇ ਤੁਰਦਾ ਬਣੇ।
ਅਸੀਂ ਪਹਿਲਾਂ ਹੀ ਇੱਕ ਬਾਬਾ ਖਵਾ ਕੇ ਬੰਦ ਬੰਦ ਰਹਿਣ ਤੇ ਪੰਦਰਾਂ ਤੇ ਵੇਖ ਲੈਣਗੇ ਬੰਦ ਰਹਿਣ ਤੇ ਪੰਦਰਾਂ ਤੈਨੂੰ ਮੈਂ ਕੱਲ੍ਹ ਦਾ ਦੱਸੂੰਗਾ ਠੀਕ ਆ ਹਾਂ ਬਾਬਾ ਠੀਕ ਆ ਠੀਕ ਆ ਆਟਾ ਅੰਦਰੋਂ ਪਾਲਾ ਬਾਬਾ ਆਹ ਰਸੋਈ ਆ ਹਾਂ ਰਸੋਈ ਆ ਪਾਪ ਲੱਗੀ ਜਾਵੇ ਸਾਨੂੰ ਪਾਪ ਲੱਗੀ ਆ ਮਾਰਦਾ ਭੈਣ ਮਾ ਜਾ ਨੇ ਉਹ ਆਟਾ ਲਾਇਆ ਨਾਲੇ ਤੇਰੀ ਜੁੱਤੀ ਰਹਿ ਗਈ ਛੱਡੀ ਸਾਨੂੰ ਜੁੱਤੀ ਰੱਖੋ ਆਟਾ ਤੁਸੀਂ ਮੇਰੇ ਸਾਲੇ ਨੇ ਬੜਾ ਭਿਆਇਆ ਦੋ ਸਾਥੀ ਜੁੱਤੀ ਬਣ ਗਈ ਨਾਲੇ ਆਟਾ ਨਾਲੇ ਆਟਾ ਬਣ ਗਿਆ ਹੱਥਾਂ ਦਾ ਅੰਤਿਮ ਉਹਨੂੰ ਚੱਕੀ ਸੰਤੇ ਵੀ ਯਾਰ ਆਹ ਆਹ ਚੱਲ ਚੱਕ ਕੇ ਮਾਰਦਾ ਓਏ ਚੱਕੋ ਯਾਰ ਓਏ ਆਟੇ ਦਾ ਤਾਂ ਇੰਤਜ਼ਾਮ ਹੋ ਗਿਆ ਆਟੇ ਦਾ ਇੰਤਜ਼ਾਮ ਵੀ ਆਪਾਂ ਜੁੱਤੇ ਵੀ ਰੱਖ ਲਈ 200 ਦੀ ਚਾਚੇ ਨੂੰ ਰੋਟੀ ਭੇਜਣੀ ਹੋਊਗੀ ਪਹਿਲਾਂ ਤਾਂ ਜੁੱਤੀ ਚੱਕ ਅੰਦਰ ਸਾਂਭ ਫਿਰ ਨਾ ਰੋਟੀ ਬਣਾ ਚਾਚੇ ਵਾਸਤੇ ਉਹ ਵੀ ਆਉਣ ਵਾਲਾ ਨਾ ਹੋਵੇ ਕਿਤੇ ਯਾਰ ਫਿਰ ਰੋਟੀਆਂ ਭਾਲੂਗਾ ਚੱਲ ਸਾਂਭਦਾ ਮੈਂ ਕੋਈ ਨਾ ਉਹ ਬਾਬੇ ਦੀ ਬਗਲੀ ਜੀ ਸਾਂਭਦੀ ਪਹਿਲਾਂ ਉਹ ਕਿਸੇ ਖੂੰਜੇ ਲਾ ਬਾਬਾ ਹੋਰ ਨਾ ਚਾਦਰੀ ਬਣੀ ਇੱਕ ਉੱਤੇ ਲੈਣ ਨੂੰ ਮੈਨੂੰ ਲੱਗਦਾ ਇਹਦੇ ਨਾਲ ਵੀ ਮੇਰੇ ਵਾਲੀ ਹੋਈ ਪੁੱਛਦੇ ਆ ਬਾਬੇ ਨੂੰ ਆਇਆ ਬਾਬਾ ਲੇਟ ਤਾਂ ਨੀ ਹੋ ਗਏ ਕਿਤੇ ਬੰਦੇ ਬਣ ਜੋ ਵਾਰੀ ਸਾਡੀ ਆ ਉਹ ਸਾਡਾ ਰਹਿੰਦਾ ਲੱਗ ਜਾਣ ਦੇ ਛੋਟੀਆਂ ਕਾਹਦੀਆਂ ਵਾਰੀਆਂ ਛੋਟੇ ਰਨ ਨੀ ਕੰਨੀ ਕੀ ਕਰਨਾ ਉੱਥੇ ਕਣਕ ਲੈ ਜੀ ਗੱਟਾ ਕਰੋ ਇਹ ਗੱਲ ਨੀ ਬਣਦੀ ਸਰਦਾਰਾ ਸਾਡੀ ਵਾਰੀ ਆ ਬਾਈ ਅਸੀਂ ਪਾਣੀ ਆਉਂਦਾ ਲਾਵਾਂਗੇ ਕਿਹੜਾ ਵਾਰ ਮੈਂ ਯਾਰ ਤੇਰੇ ਨਾਲ ਤੈਨੂੰ ਵਾਰ ਨਾ ਤੁਸੀਂ ਮਲਾਉਂਦੇ ਤੈਨੂੰ ਵਾਰ ਨਾ ਵੱਡੇ ਆਉਂਦੇ ਕਿਹੜੀ ਵਾਰੀ ਆ ਕੰਨ ਨੀ ਕੰਨ ਨਹੀਂ ਆ ਜਾਂਦਾ ਤੂੰ ਤੇ ਕਿਉਂ ਮੂੰਹ ਚਾਹਤੇ ਇਹਦਾ ਮਾਰ ਤੈਨੂੰ ਖਾਉਂ ਖੜਿਆ ਦੇ ਇਹਦਾ ਮਾਰ ਖਾਉਂ ਖੜਿਆ ਤੈਨੂੰ ਚੱਲ ਮਾਰ ਖਾ ਦੇ
ਚੱਲ ਪਰੇ ਇੰਨੀ ਅਸੈਂਬਲੀ ਨੇ ਕਰਾਉਣੀ ਸੀ ਹੁਣ ਅੱਖ ਚ ਪਾਇਆ ਨੀ ਰੜਕਦਾ ਵੇਖੀ ਤੇ ਤੀਰ ਰੰਗ ਸਿੱਧੇ ਹੋ ਜਾਣਗੇ ਲਾ ਕੇ ਜਰਦਾ ਰੋਹ ਮਾਰਦੇ ਤੀਜੇ ਕ ਦਿਨ ਆ ਚੱਲ ਗਿਆ ਆਪਾਂ ਇਹਨਾਂ ਤੋਂ ਕੀ ਲੈਣਾ ਹੁਣ ਨੀ ਰੜਕਦੇ ਅੱਖ ਚ ਪਾਏ ਬਹੁਤ ਇਹਨਾਂ ਨੇ ਸਤਾਇਆ ਸੀ ਮੈਂ ਆਖਿਆ ਸੀ ਯਾਰ ਕਿਤੇ ਦਾ ਇਹਨਾਂ ਤੇ ਮੇਰੇ ਸਾਲੇ ਨੇ ਲਾਤੀ ਮਾਰ ਕੇ ਯਾਰ ਜੇ ਜਵਾਕਾਂ ਨੂੰ ਦੱਸਦਾ ਤਾਂ ਉਹਨਾਂ ਨੇ ਤਾਂ ਛੱਡਣਾ ਨਹੀਂ ਨਾ ਉਹ ਤਾਂ ਚੜ੍ਹਦੇ ਚਾਹੁੰਦਾ ਮੇਰੇ ਸਾਲੇ ਕੋਈ ਨਹੀਂ ਕੋਈ ਨਹੀਂ ਪਰ ਲੁਕਾਉਣਾ ਹੀ ਪਊਗਾ ਉਹ ਮਾ ਚੜ੍ਹਾ ਦੇਣਗੇ ਗੱਡੀ ਸਰਦਾਰ ਮੈਨੂੰ ਵੱਡੇ ਆਇਆ ਬਾਬਾ ਆਇਆ ਆ ਭਗਤਾ ਮੈਂ ਇੱਥੇ ਬੈਠਾ ਕੋਡੋ ਬਾਬਾ ਮਾਸ ਬਹੁਤ ਚੜਿਆ ਤੇਰੇ ਕੋਲੇ ਹਰਜਾ ਤੇ ਕੱਢੀ ਸੀ ਉਹਦੀ ਖਾ ਕੇ ਆਇਆ ਲੱਗਦਾ ਮੈਨੂੰ ਬੱਕਰੀ ਨੇ ਚੱਕਰ ਪਾਇਆ ਸਾਰਾ ਐਵੇਂ ਨੀ ਕਹਿੰਦੇ ਹੁੰਦੇ ਹੁਣ ਚੋਰ ਮਾਲਾ ਫੇਰਦਾ ਤੇ ਸਾਧ ਚੋਰੀ ਕਰਦਾ ਬੱਕਰੀ ਨੇ ਚੱਕਰ ਪਾਇਆ ਸਾਰੇ ਜੋ ਬੱਕਰੇ ਬਣੇ ਫਿਰਦੇ ਆ ਬੱਕਰੀ ਖਾ ਕੇ ਆਇਆ ਪਾਪਾ ਤੇ ਜੁੱਤੀ ਉਹ ਜੁੱਤੀ ਛੱਟ ਪਰੇ ਜੁੱਤੀ ਤੋਂ ਕੀ ਰਹਿਣਾ ਆਇਆ ਤੇ ਪਾਪਾ ਤੂੰ ਉਹ ਵੇਖ ਯਾਰ ਮਾਰਤਾ ਹੋਇਆ ਤੇਰੀ ਨੂੰ ਤੇ ਤਾਂ ਬਿੱਚੀਆਂ ਖੋਈਆਂ ਲੱਗਦੀਆਂ ਮੇਰੇ ਨਾਲ ਉਹ ਜਾਦੇ ਪਾਪਾ ਐਕਸਰਾ ਕਰਦਾ ਕੋਈ ਇੱਥੇ ਐਕਸਰਾ ਬਾਬਾ ਛੋਟੀ ਬਹੁਤ ਮੋਟੀ ਸੀ ਬਾਬਾ ਕਿੰਨੀਆਂ ਪੱਜੀਆਂ ਤੇਰੇ ਤਾਂ ਗਿਣਤੀ ਨੀ ਪਤਾ ਨੀ ਬਾਬਾ ਮੇਰੇ ਵੀ ਅਣਗਿਣਤੀ ਦਾ ਇੱਕ ਸੜਦਾ ਸੀ ਦੂਜਾ ਢਾ ਲੈਂਦਾ ਸੀ ਇੱਕ ਸੜਦਾ ਸੀ ਦੂਜਾ ਢਾ ਲੈਂਦਾ ਸੀ ਵਰਗੇ ਪਏ ਹੈ ਸਾਲੇ ਬਾਬਾ ਬੱਕਰੀਆਂ ਚੱਕ ਚੱਕ ਖਾਂਦੇ ਆ ਕੱਟਿਆਂ ਵਰਗੇ ਹੈਗੀ ਹੈ ਕੋਈ ਨੀ ਬਾਬਾ ਰੱਬ ਵੇਖਦਾ ਆਪਣਾ ਕੀ ਹੈ ਫੱਕਰਾਂ ਦਾ ਹੈਲੋ ਕੀਪੇ ਉਹ ਕਿਹੋ ਜਿਹਾ ਬੰਦਾ ਭੇਜਿਆ ਯਾਰ ਉਹਨੂੰ ਚਲਾਉਣਾ ਤਾਂ ਆਉਂਦਾ ਨੀਗਾ ਮੋਟਰਸਾਈਕਲ ਮੈਨੂੰ ਲੈ ਕੇ ਜਾ ਯਾਰ ਮੈਂ ਤਾਂ ਇੱਥੇ ਅਮਲੀਆਂ ਦੇ ਘਰਾਂ ਕੋਲੇ ਖੜਾ ਜਲਦੀ ਆ ਜਲਦੀ ਚਲਾ ਜਾ ਕਿਹੜਾ ਜਵਾਨ ਕਿਹਦੀ ਪਾਉਂਦਾ ਮੁੰਡਾ ਉਹ ਅੱਛਾ ਅੱਛਾ ਭੋਲਾ
ਉਹ ਠੀਕ ਆ ਬੋਲਿਆ ਕੋਈ ਗੱਲ ਨੀ, ਉਹ ਤਾਂ ਵੈਸੇ ਚੁੱਕ ਪੈ ਗਈ, ਚੁੱਕ ਪੈ ਗਈ, ਚੁੱਕ ਪਈ ਨੀ ਇਹਨੇ ਪਾਈ ਰੱਖੀ ਆ। ਇਹਨੂੰ ਪਤੰਦਰ ਨੂੰ ਕਿਵੇਂ ਪਤਾ ਲੱਗ ਗਿਆ ਸਰਦਾਰਾਂ ਨਾਲ ਮੈਚ ਪੈ ਗਿਆ, ਕਿਤੇ ਜਵਾਕਾਂ ਨੂੰ ਵੀ ਨਾ ਪਤਾ ਲੱਗ ਜਾਏ। ਚਾਚਾ ਸਿੱਧਾ ਜਾ ਕੇ ਤੁਰਪਾ ਸੁਣਾਇਆ, ਸਿੱਧਾ ਕਿਵੇਂ ਤੁਰਾ ਮੇਰੇ ਪੁੱਤ ਨੇ। ਕਿਵੇਂ ਲੰਮੀਆਂ ਤਾਣੀ ਪਿਆ ਸੰਤਿਆ? ਕੁਛ ਨੀ ਚਾਚਾ ਯਾਰ। ਬਹਿ ਚਾਚਾ, ਉਹ ਯਾਰ ਨਾ ਤਰੀੜੀ ਜੀ ਵੱਜ ਗਈ। ਉਹ ਮੇਰੀ ਗੱਲ ਸੁਣ, ਪਾਣੀ ਦੀ ਵਾਰੀ ਤਾਂ ਆਪਾਂ ਨੂੰ ਮਿਲੂਗੀ ਹੁਣ 2 ਘੰਟੇ ਲੇਟ। ਅੱਛਾ, ਉਹ ਸਰਦਾਰਾਂ ਨੇ ਸੀਰੀ ਨੇ ਪਤੰਦਰ ਨੇ ਪਾਣੀ ਵੱਢ ਲਿਆ। ਉਹ ਮੁੜ ਕੇ ਸਰਦਾਰ ਕਹਿੰਦਾ ਯਾਰ ਤੁਸੀਂ 2 ਘੰਟੇ ਲੇਟ ਲਾ ਲਓ, ਇਹ ਟਾਈਮ ਨਹੀਂ ਦੇਖਣ ਆਉਂਦਾ ਇਹਨੂੰ ਘੜੀ ਦਾ। ਚੱਲ ਬਹਿ ਜਾ ਕੋਈ ਨਹੀਂ, ਚੱਲ ਕੋਈ ਗੱਲ ਨਹੀਂ ਚਾਚਾ, ਲਾ ਲੈਂਦੇ ਆਪਾਂ, ਚੱਲਦੀ ਹੈ ਬਸ। ਉਹ ਛੋਟੇ ਆਟੇ ਉੱਟੇ ਦਾ ਕੋਈ ਕੀਤਾ ਇੰਤਜ਼ਾਮ? ਉਹ ਚਾਚਾ ਰੋਟੀ ਵੀ ਬਣੀ ਪਈ ਆ, ਤੂੰ ਆਟੇ ਦੀ ਗੱਲ ਕਰਦਾ? ਆਟਾ ਤਾਂ ਘਰੇ ਹੈ ਨਹੀਂ ਸੀ, ਰੋਟੀ ਕਿੱਥੋਂ ਬਣਾ ਲਈ? ਉਹ ਕਰ ਲੈ ਚਾਚਾ ਇੰਤਜ਼ਾਮ ਯਾਰ ਆਪਾਂ, ਤੂੰ ਟੈਨਸ਼ਨ ਕਿਹਦੋਂ ਲਈ ਆ? ਜਾ ਚਾਚੇ ਵਾਸਤੇ ਪਾ ਕੇ ਲਿਆ, ਨਾਲੇ 2-4 ਰੋਟੀਆਂ ਲੈ ਕੇ ਆਈ ਚਾਚਾ। ਰੋਟੀ ਲਿਆ ਤੇ ਨਾਲੇ ਬਾਟੇ ਚ। ਹਾਂ ਰੋਟੀ ਖਾ ਚਾਚਾ ਤੂੰ ਹੈਂ। ਉਹ ਨਾਲੇ ਮੇਰੀ ਗੱਲ ਸੁਣੋ। ਅੱਛਾ, ਉਹ ਬੜਾ ਘਬਰਾਇਆ ਹੋਇਆ ਆਉਂਦਾ ਸੀ ਪੂਰਾ ਗਰਮ ਜੋਸ਼ ਚ। ਕੌਣ? ਉਹ ਸੂਬਾ ਬੱਕਰੀਆਂ ਵਾਲਾ। ਅੱਛਾ, ਉਹ ਕਹਿੰਦਾ ਤੁਹਾਡੇ ਮੁੰਡੇ ਸਾਡੀ ਬੱਕਰੀ ਲੈ ਆਇਆ ਚੱਕ ਕੇ। ਉਹ ਜਾ ਚਾਚਾ ਜੀ, ਆਪਾਂ ਬੱਕਰੀ ਕੀ ਕਰਨੀ ਉਹਦੀ, ਭੁਲੇਖਾ ਪੈ ਗਿਆ ਹੁਣ, ਭੁਲੇਖਾ ਪੈ ਗਿਆ ਉਹਨੂੰ। ਮੇਰੀ ਸੁਣ ਲਓ ਗੱਲ, ਜੇ ਕੋਈ ਗੱਲ ਹੈਗੀ ਆ ਤਾਂ ਮੈਨੂੰ ਸੱਚੋ ਸੱਚ ਦੱਸ ਦਿਓ, ਕੱਲ ਨੂੰ ਕੋਈ ਸੱਥ ਪੰਚਾਇਤ ਦੇ ਵਿੱਚ ਗੱਲ ਦੇਣੀ ਆ ਜਾਂਦੀ ਹੈ? ਉਹ ਨਹੀਂ ਨਹੀਂ ਚਾਚਾ ਯਾਰ, ਆਪਾਂ ਨੂੰ ਦੱਸ ਕੀ ਗੱਲ। ਉਹ ਆਇਆ ਸੀ ਇੱਥੇ ਸਾਡੇ ਕੋਲ, ਹੋ ਕੇ ਗਿਆ ਉਹ, ਕਰ ਗਿਆ ਗੱਲ ਸਾਡੇ ਨਾਲ। ਕੀ ਕਹਿ ਗਿਆ ਉਹ? ਉਹ ਸਮਝਾਤਾ ਉਹਨੂੰ ਸਾਰਾ, ਅਸੀਂ ਉਹਨੂੰ ਕਹਿਤਾ ਕਿ ਅਸੀਂ ਨਹੀਂ ਚੱਕੀ ਬੱਕਰੀ, ਆਪਾਂ ਨੂੰ ਕੀ ਲੋੜ ਆ ਚਾਚਾ ਯਾਰ ਬੱਕਰੀ ਚੱਕਣ ਦੀ? ਚਾਹ ਚੂ ਪਿਆ ਕੇ ਭੇਜਿਆ ਚੰਗੀ। ਚੱਲ ਛੱਡ ਯਾਰ, ਚਾਚੇ ਨੂੰ ਦੱਸ ਹੀ ਦਿੰਦੇ। ਚਾਚਾ ਮੇਰੀ ਸੁਣ ਗੱਲ, ਕੱਲ੍ਹ ਸਾਡੇ ਤੋਂ ਨਹੀਂ ਹੋਇਆ ਕੋਈ ਹੱਲ, ਅਸੀਂ ਆਸੇ ਪਾਸੇ ਬਥੇਰਾ ਦੇਖਿਆ, ਫਿਰ ਯਾਰ ਕਰਦੇ ਵੀ ਕੀ ਯਾਰ, ਜੀ ਜਾ ਕਰੀ ਜਾਂਦੇ, ਮੈਂ ਫਿਰ ਬੱਕਰੀ ਚੱਕ ਲਈ। ਮੇਰੇ ਸਾਲਿਓ, ਕੋਈ ਚੱਜ ਦਾ ਕੰਮ ਨਾ ਕਰਿਓ, ਆ ਹੁਣ ਜੇ ਅਗਲਾ ਥਾਣੇ ਜਾਵੜਾ ਜਾਂ ਸੱਥ ਪੰਚਾਇਤ ਚ ਸੱਦ ਲੈ, ਕੀ ਮੂੰਹ ਦਿਖਾਵਾਂਗੇ ਉਹਨੂੰ? ਉਹ ਨਹੀਂ ਚਾਚਾ, ਉਹਨੂੰ ਤਾਂ ਪਤਾ ਹੀ ਨਹੀਂ, ਉਹਨੂੰ ਪਤਾ ਹੀ ਨਹੀਂ, ਉਹਨੂੰ ਹੁਣ ਦੱਸੇ ਨਹੀਂ ਉਹਨੂੰ, ਉਹ ਤਾਂ ਬਸ ਆ ਗਿਆ, ਗਿਆ ਚਾਹ ਚੂ ਪੀਤੀ, ਚਾਹ ਪਾਣੀ ਪੀਤਾ ਹੁਣੇ ਉੱਠ ਗਿਆ ਉਹ। ਕਿਸੇ ਨਾਲ ਵਰਤਨ ਜੋਗੇ ਨਾ ਛੱਡੋ ਤੁਸੀਂ। ਉਹ ਚਾਚਾ ਯਾਰ ਤੂੰ, ਉਹਨੇ ਤੂੰ ਪਾਣੀ ਲਾਇਆ, ਮੈਂ ਕਿਹਾ ਤੂੰ ਦੱਸ ਕਿੰਨੇ ਵਜੇ ਵਾਰੀ ਆਪਣੀ। ਉਹ ਤੈਨੂੰ ਕਿਹਾ ਰੋਟੀ ਖਵਾ ਦੇ, ਰੋਟੀ ਲਿਆ ਕੇ ਯਾਰ ਚਾਚੇ ਵਾਸਤੇ, ਭੱਜ ਕੇ ਜਾ ਚਾਚਾ, ਤੂੰ ਅੰਦਰ ਬੈਠ, ਰੋਟੀ ਆਉਂਦੀ ਤੇਰੇ ਵਾਸਤੇ ਕੋਈ। 4-5 ਘੰਟੇ ਨੂੰ ਜਾਣਾ ਪਾਣੀ ਲਾਉਣ। ਠੀਕ ਠੀਕ, ਕੋਈ ਨਹੀਂ, ਕਰਦੇ ਗੱਲ ਆਪਾਂ, ਰੋਟੀ ਖਾ ਕੇ, ਰੋਟੀ ਖਾ ਲਓ, ਰੋਟੀ ਖਾ। ਤੁਹਾਡੇ ਪੈਂਦੀਆਂ ਦੇਖੀ ਜੇ ਕੋਈ ਗੱਲ ਬਣ ਗਈ ਤਾਂ? ਨਹੀਂ 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 ਚਾਚਾ, ਹੁਣ ਨਹੀਂ ਕੁਛ ਕਹਿੰਦੇ ਸਾਹ, ਕੀ ਨਾ ਪੁੱਛਣਾ, ਬਣਾ ਦੀ ਬਗਲੀ ਪਤੰਦਰ ਦੀ ਇੱਥੇ ਬੱਕਰੀ ਵਾਲਾ ਸੂਪ ਆ, ਸੂਬਾ ਸੁਪਨੇ ਚ ਵੀ ਨਹੀਂ ਆਉਂਦਾ ਇੱਥੇ। ਲੈ ਵੇ ਚਾਚਾ, ਮੈਂ ਰੋਟੀ ਦੇ ਕੇ ਹੁਣ ਤੇ ਫੜਾ ਦਾ ਯਾਰ, ਆਪਾਂ ਨਾ ਸਾਹ ਦਾ ਤਾਂ ਕੰਮ ਠੀਕ ਸੀ, ਚੱਲ ਕੋਈ ਗੱਲ ਨਹੀਂ, ਦੇਖਦੇ ਜਿਹੜਾ ਕੁਛ ਬਣਦਾ। ਕੋਈ ਨਹੀਂ ਕੋਈ, ਤੂੰ ਆਰਾਮ ਕਰ, ਘੰਟਾ ਘੜੀ ਉਹ 2 ਮਾੜਾ ਮੋਟਾ ਦੇਖ ਲੈ ਯਾਰ, ਕੋਈ ਪਿਆ ਦਾ ਨਾ ਮਾੜਾ ਮੋਟਾ ਕਰ ਦੇ। ਉਹ ਪਾਣੀ ਪੂਣੀ ਦੇਤਾ ਚਾਚੇ ਨੂੰ? ਸਾਹ ਚਾਚੇ ਨੂੰ ਲੱਸੀ ਫੜਾ ਦੇ ਡੋਲੂ ਚ ਪਾ ਕੇ, ਚੱਕ ਕੇ ਫਿਰ ਮੈਨੂੰ ਗੱਲ ਦੱਸ, ਪਾਣੀ ਦੀ ਵਾਰੀ ਤਾਂ ਆਪਣੀ 2 ਘੰਟੇ ਪਹਿਲਾਂ ਹੁੰਦੀ ਆ, ਤੇ ਲੇਟ ਕਿਵੇਂ ਅੱਜ? ਕੀ ਦੱਸਾਂ ਤੈਨੂੰ,
ਤੁਸੀਂ ਐਵੇਂ ਝਗੜਾ ਪਾ ਲੈਣਾ। ਵਾਰੀ ਤਾਂ ਯਾਰ ਆਪਣੀ ਬਿਸ਼ਨੇ ਸਰਦਾਰ ਕਹਿਣੇ ਵੱਢ ਲਈ ਆਏ ਕਿਵੇਂ ਬਿਸ਼ਨੇ ਸਰਕਾਰ ਕਹਿੰਦੇ ਵੱਢ ਲਈ ਯਾਰ ਚਾਚਾ ਓਏ ਡਾਂਗ ਮੰਗਾ ਯਾਰ ਤੂੰ ਉਹ ਨਹੀਂ ਸਮਝਾ ਨਹੀਂ ਓ ਨਹੀਂ ਨਹੀਂ ਯਾਰ ਚਾਚਾ ਐ ਨਹੀਂ ਨੋ ਨੋ ਇਹ ਕੰਮ ਨਹੀਂ ਚੱਲਦਾ ਚਾਚਾ ਇਹ ਕੰਮ ਨਹੀਂ ਚਾਚਾ ਆ ਕਹੀਦਾ ਤੇਰੇ ਕੋਲ ਕੋਈ ਕੰਮ ਨਹੀਂ ਇਹ ਸਾਨੂੰ ਖੜਾ ਹੁਣ ਇਹ ਫੜਾ ਦੋ ਇਹ ਅਸੀਂ ਯਾਰ ਇਹ ਡਾਂਗ ਡਾਂਗ ਪਿਆ ਬਾਹਰ ਜਾ ਨਹੀਂ ਲੱਗਿਆ ਬਿਸ਼ਨਾ ਸਰਦਾਰ ਓ ਸੰਤਿਆ ਹਾਂ ਚਾਚਾ ਮੇਰੀ ਗੱਲ ਸੁਣ ਤੂੰ ਸਿਆਣਾ ਆ ਆਪਾਂ ਸਾਰੀ ਗੱਲ ਨੂੰ ਪਿਆਰ ਨਾਲ ਹੱਲ ਕਰਨਾ ਚਾਚਾ ਮੇਰੀ ਸੁਣ ਲਾ ਗੱਲ ਪਿਆਰ ਪਿਓਰ ਨਾਲ ਕੋਈ ਗੱਲ ਨਹੀਂ ਕਰਨੀ ਅਸੀਂ ਤਾਂ ਕਰਾਂਗੇ ਇਹਦੇ ਨਾਲ ਗੱਲ ਨਹੀਂ ਸਮਝਿਆ ਨਹੀਂ ਨਹੀਂ ਤੂੰ ਮੇਰੀ ਸੁਣ ਗੱਲ ਤੂੰ ਘਰੇ ਵੜ ਜਾ ਠੀਕ ਆ ਨਾ ਅਸੀਂ ਆਪੇ ਦੇਖਾਂਗੇ ਐਵੇਂ ਤੇ ਇਹ ਚਾਚਾ ਹੈਗਾ ਪੜਿਆ ਲਿਖਿਆ ਐਵੇਂ ਯਾਰ ਵਿੱਚ ਆਊਗਾ ਇਹਦੇ ਸਿਰ ਕੋਈ ਕੇਸ ਕੂਸ ਪੈ ਗਿਆ ਤੇ ਐਵੇਂ ਮੁੜ ਕੇ ਜ਼ਿੰਦਗੀ ਖਰਾਬ ਹੋ ਜਾਊਗੀ ਤੇ ਚੱਲ ਤੂੰ ਘਰੇ ਮੁੜ ਜਾ ਤੂੰ ਤੂੰ ਮੁੜ ਜਾ ਘਰੇ ਯਾਰ ਘਰੇ ਤੈਨੂੰ ਭੁੱਲ ਭੱਲ ਆਇਆ ਕਿਤੇ ਚਾਚਾ ਪੂਰੀ ਰੱਖਦਾ ਬਣਾ ਕੇ ਥੋੜਾ ਲਵਾ ਦੇ ਚਾਚਾ ਇਹ ਜਾ ਵੀ ਪਾ ਦੇ ਮੋੜੀ ਜੀ ਮੇਰਾ ਵੀ ਵਿੱਚ ਹੀ ਮਨ ਨਹੀਂ ਮੈਂ ਕਿਧਰ ਹੱਥ ਲਵੇਗਾ ਦੁਖਣ ਲੱਗ ਗਿਆ ਗੱਲ ਸੁਣੋ ਇੱਧਰ ਬਣੀ ਦਾ ਮੇਰੀ ਚੁੱਪ ਕਰਦਾ ਬਸ ਲੜਦੇ ਆਪਾਂ ਚੁੱਪ ਕਰਦਾ ਬਸ ਲੜਨਾ ਨੀ ਗਾ ਚੱਲ ਚੱਕ ਹੈ ਤਾਂ ਅੱਗ ਦੀਆਂ ਨਾਲ ਹੀ ਦੇਖੋ ਕੀ ਕੱਟਣਗੇ ਸਭ ਮੈਂ ਵੀ ਇੱਕ ਦੋ ਲਾ ਲੈਂਦਾ ਜੇ ਕਿਤੇ ਲੜਾਈ ਲੜੂਈ ਹੁੰਦੀ ਤਾਂ ਪਰ ਦੇਖੋ ਚਾਚਾ ਨਾਲ ਹੈਗਾ ਸਿਆਣਾ ਹੈਗਾ ਚੰਗਾ ਪੁੱਤ ਚੜਨਾ ਨਹੀਂ ਤਾਂ ਮੇਰੀ ਸੁਣ ਲੱਗਾ ਗੱਲ ਪਿਆਰ ਨਹੀਂ ਕਰਨੀ ਆ ਤੂੰ ਇੱਥੇ ਖੜ ਜਾ ਬਸ ਅਸੀਂ ਆਪੇ ਵੇਖ ਨਹੀਂ ਮੈਂ ਤੁਹਾਡੇ ਨਾਲ ਹੀ ਚੱਲਦਾ ਤੂੰ ਇੱਥੇ ਬਹਿ ਜਾ ਐਵੇਂ ਚਾਚਾ ਤੂੰ ਚਾਚਾ ਲੜਨੀ ਨਹੀਂ ਆ ਤੂੰ ਵਿੱਚ ਬੋਲੇਂਗਾ ਮੇਰੀ ਗੱਲ ਸੁਣ ਚੱਲ ਚੰਗਾ ਧਿਆਨ ਨਾਲ ਉਹ ਸੁੱਖੇ ਹਾਂ ਬਾਈ ਚੱਲ ਤੁਸੀਂ ਕਿਹੜਾ ਲੜਨਾ ਮੇਰੀ ਗੱਲ ਸੁਣੋ ਤੂੰ ਉਹ ਪਰਲੇ ਪਾਸੇ ਦੀ ਹੋ ਜਾ ਤੇ ਮੈਂ ਮੂਹਰਲੇ ਪਾਸੇ ਦੀ ਘੇਰਦਾ ਉਹਨੂੰ ਮੈਂ ਜਾਣਾ ਉਧਰ ਹਾਂ ਠੀਕ ਹੈ ਵੈਸੇ ਪਿਆਰ ਨਾਲ ਪੁੱਛੂਗਾ ਜੇ ਆਖੇ ਲੱਗ ਗਿਆ ਤਾਂ ਉਹ ਲੱਗਦਾ ਚੰਦ ਚੜਾਉਣਗੇ ਸੂਰਜੇ ਹਟਦੇ ਨਹੀਂ ਤਲਦੇ ਨਹੀਂ ਅੱਜ ਇਹ ਸੁਖੇ ਹਾਂ ਬਾਈ ਬਣ ਲੱਗ ਗਿਆ ਹਾਂ ਲੱਗ ਗਿਆ ਲੱਗ ਗਿਆ ਫਿਰ ਉਹ ਕੈਰਾ ਦੇਖਿਆ ਅੱਛਾ ਅੱਛਾ ਠੀਕ ਆ ਬਾਈ ਠੀਕ ਆ ਬੇਫਿਕਰ ਹੋ ਜਾ ਚਾਹ
ਪਾਣੀ ਵੱਢੀ ਜਾਂਦਾ। ਉਹ ਖੜ ਜਾ ਆਉਣ ਕੇ ਤੇਰੀ ਭੈਣ ਨੂੰ, ਉਹ ਖੜ ਜਾ ਆਉਣ ਕੇ ਤੈਨੂੰ ਮੈਂ ਬੜਾ ਪਾਣੀ ਤੈਨੂੰ। ਸਹੇਲੀ ਕਾਮਲੀ ਤਾਂ ਦੁਸ਼ਮਣ ਨਾਮਲੀ ਕਦੇ ਨੀ ਬਣਾਈ ਦਾ ਬਾਈ, ਮੈਂ ਕੰਮ ਕਰਤਾ ਚਾਚਾ ਤੈਨੂੰ ਨੀ ਹੁਣ ਬੁਲਾਉਂਦਾ, ਸਾਰਾ ਆਪਾਂ ਹੁਣ ਵਧੀਆ ਲਾਇਆ ਕਰਾਂਗੇ। ਪਤਾ ਨੀ ਕੀ ਆ ਚਾਚਾ ਜੀ, ਖਿਡਾਉਣਾ ਚੱਕੀ ਫਿਰਦੇ ਵੇਖ। ਇੱਕ ਮਿੰਟ ਮੈਂ ਸਰਦਾਰਾਂ ਦੇ ਘਰ ਨੀ ਚੱਲ ਪਿਆ, ਉਹ ਤਾਂ ਮੈਂ ਉਧਰੋਂ ਮਸਾਂ ਬਚ ਗਿਆ। ਹੁਣ ਮੇਰਾ ਕਾਲ ਦਾ ਨਿਕਲ ਗਿਆ ਚਾਚਾ, ਚਲੋ ਮੇਰੇ ਸਾਲਿਆਂ ਨੇ ਪੁੱਤੇ ਹੀ ਬਾਲਾ ਪਹਿਲਾਂ ਤਾਂ। ਉਹ ਚਾਚਾ ਉਹ ਮੇਰੇ ਸਾਲਿਆਂ ਉਹਨਾਂ ਦਾ ਨਾ ਕੁੱਤਾ ਪੈ ਗਿਆ ਮੈਨੂੰ। ਅੱਛਾ ਬਚ ਗਏ? ਬਚ ਗਏ ਕੀ, ਕਣਕਾਂ ਵਿੱਚ ਦੀ ਆਇਆ ਸੀ ਭੱਜ ਗਏ, ਖਾਲੇ ਖੂਲੇ ਵਿੱਚ ਹੀ ਡੰਗਦੇ ਘੰਟੇ ਆਏ ਆ। ਉਹ ਬਾਪੂ ਸੁਣਾ ਬੰਦ ਪਿਆ, ਜਦੋਂ ਉਹਨੇ ਠਾਹ ਕੀਤੀ ਮੈਂ ਤਾਂ ਸਰਦਾਰਾਂ ਦੇ ਘਰ ਨੂੰ ਚੱਲ ਪਿਆ, ਉਧਰੋਂ ਮੈਂ ਆਪ ਮਸਾਂ ਬਚ ਕੇ ਆਇਆ। ਮਸਾਂ ਕਿਤੇ ਕੰਜਰ ਦੇ ਕੋਈ ਹੋਰ ਨਾ ਠਾਹ ਵਾਲੀ ਚੀਜ਼ ਰੱਖੀ ਬੈਠੇ ਹੋਣ। ਚਾਚਾ ਠਾਹ ਕੀ ਕਰਤਾ ਉਹਨੇ, ਮੈਂ ਲੜਨਾ ਨੀ, ਲੜਾਈ ਚੰਗੀ ਨੀ ਹੁੰਦੀ। ਖੁੱਜਾਂ ਮਾਰੀਆਂ ਚਾਚਾ ਬਾਲੀਆਂ। ਉਹ ਤੂੰ
ਬੈਠੀ ਜਾਂਦੀ ਆ। ਆਪਣਾ ਪਾਣੀ ਤਾਂ ਛੱਡ, ਉਹ ਆਪਦਾ ਪਾਣੀ ਵੀ ਨਹੀਂ ਲਾਉਣ ਆਉਂਦੇ ਹੁਣ। ਚਲ ਉਹ ਛੋਟਾ ਵੀ ਬੈਠਾ। ਹਾਂਜੀ ਚਾਚਾ। ਓਏ ਉਹ ਬੈਠਾ ਓਏ, ਉਹ ਅੱਗ ਵੀ ਲਾਈ ਬੈਠਾ ਚਾਚਾ। ਹਾਂ ਓਏ ਅੱਗ ਵੀ ਲਾਈ ਬੈਠਾ। ਚੱਕੋ 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 ਕੰਦਰ ਦੇ ਮਾਰਦਾ ਓਏ। ਹੋਰ ਕਿਵੇਂ ਡੰਗਦੇ ਫਿਰਦੇ ਅੱਜ? ਕੀ ਗੱਲ ਓ ਯਾਰ, ਪੈਰ ਅੜਕ ਗਿਆ ਚਾਚਾ ਦੇ ਯਾਰ। ਇੱਕ ਤਾਂ ਨਸ਼ੇ ਦੀ ਤੋੜ ਬਹੁਤ ਲੱਗੀ ਪਈ ਆ। ਬਣਾਤੀ ਰੇਲ ਉਹਦੀ ਗੰਜੇ ਨਾਲ। ਹਾਂ ਅੱਛਾ ਅੱਛਾ, ਪਾਣੀ ਬਣਿਆ? ਪਾਣੀ ਲਾਤਾ? ਪਾਣੀ ਤਾਂ ਲੱਗ ਜੂ ਯਾਰ। ਉਹ ਪਤਾ ਨੀ ਕੀ ਖੜਕਾ ਜਿਹਾ ਬੜਾ ਹੋਇਆ, ਮੇਰੇ ਤਾਂ ਦਿਲ ਨਿਕਲ ਗਿਆ, ਭੱਜ ਆਏ ਉੱਥੋਂ। ਸਰਪੰਚ ਕਿੱਥੇ ਟੱਕਰੂਗਾ? ਇੰਨੀ ਠੰਡ ਆ ਯਾਰ, ਤੂੰ ਨੰਗੇ ਪੈਰੀ ਤੁਰਿਆ ਕਰਦਾ। ਵਾਹ ਪੁੱਛਣਾ ਪਾਤਾ, ਕੀ ਗੱਲ ਹੋ ਗਈ? ਇਧਰੋਂ ਆਇਆ? ਇਧਰੋਂ ਅਮਲੀਆਂ ਦੇ ਘਰੇ ਗਿਆ ਸੀ, ਉੱਥੋਂ ਜਾ ਕੇ ਉੱਥੋਂ ਆਇਆ। ਅੱਛਾ, ਤੂੰ ਤਾਂ ਨਹੀਂ ਇੰਜਨ ਉੰਜਨ ਕਰਦਾ? ਨਹੀਂ ਜੀ, ਕੋਈ ਸਰ ਮੈਨੂੰ ਐਂ ਦੱਸ ਪਤਾ ਸਰਪੰਚ ਦਾ ਘਰ ਕਿੱਥੇ ਹੈ? ਮੇਰੇ ਪਿੰਡ ਵਾਲੇ ਦਾ? ਉਹ ਘਰ ਤਾਂ ਪਿੰਡ ਦੇ ਵਿਚਾਲੇ ਆ ਜਾਵਾਂ। ਅੱਛਾ, ਮਿਲਣਾ ਸੀ ਯਾਰ ਸਰਪੰਚ, ਉਹ ਹੁਣੇ ਹੀ ਲੰਘਿਆ ਮੇਰੇ ਕੋਲ ਦੀ। ਮੂਹਰੇ ਮੂਹਰੇ ਤੇਰੇ ਆਉਣ ਤੋਂ ਪਹਿਲਾਂ ਹੁਣੇ ਹੀ ਲੰਘ ਕੇ ਗਏ ਆ। ਦੋ ਜਣੇ ਸੀਗੇ, ਉਹ ਸਾਹਮਣੇ ਮੋਟਰ ਉਹਨਾਂ ਦੀ, ਉਹ ਉੱਥੇ ਖੇਤ ਗਏ ਹੋਣੇ। ਹੋਰ ਤਾਂ ਕਿੱਧਰ ਜਾਣਾ? ਉੱਧਰ ਉੱਥੇ ਸਾਹਮਣੇ। ਹਾਂ ਹਾਂ, ਉਹ ਨੀ ਦੇ ਬੰਦੇ ਜੇ ਦੋ ਖੜੇ, ਉਹ ਸਰਪੰਚ ਹੀ ਆ, ਉਹ ਚਿੱਟਾ ਕੁੜਤਾ ਪਾਇਆ ਜਿਹਨੇ। ਠੀਕ ਆ, ਚੱਲ ਚੰਗਾ ਭਗਤਾ। ਹੋਰ ਕੋਈ ਚਾਹ ਚੂ ਪਿਆਵਾ? ਬਸ ਬਸ, ਮਿਹਰਬਾਨੀ, ਮਿਲਦੇ ਆ ਫਿਰ। ਕੀ ਦੱਸਾਂ ਕੰਤਿਆ, ਤੂੰ ਥਾ ਕਰਨ ਵਾਲੀ ਚੀਜ਼ ਸੀ ਉਹ। ਬਹੁਤ ਖੜਤਾ ਕੀਤਾ ਯਾਰ ਉਹਨੇ ਤਾਂ ਮੇਰਾ। ਇਹ ਗੱਲ ਚ ਪਾਇਆ ਚ ਜਾਏ, ਉਹ ਉਹ ਪਿਸਤੌਲ ਸੀਗਾ, ਉਹ ਅਨਪੜੋ ਪਿਸਤੌਲ ਸੀਗਾ ਉਹ। ਅੱਛਾ, ਪਿਸਤੌਲ ਸੀ ਉਹ? ਉਹ ਤੁਹਾਡੇ ਕੰਮ ਦੀ ਚੀਜ਼ ਨਹੀਂ, ਐਵੇਂ ਪੰਗੇ ਤਾਂ ਲਈ ਗਏ ਉਹਨਾਂ? ਉਹ ਕਿਸੇ ਦੇ ਗੋਲੀ ਗਾਲੀ ਤੇ ਨਹੀਂ ਮਾਰਤੀ? ਨਹੀਂ 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 ਨਹੀਂ, ਕੁਛ ਨਹੀਂ ਮਾਰਿਆ। ਤੂੰ ਐਂ ਗੱਲ ਚਾਹ ਬਣਾ ਯਾਰ ਮਾੜੀ ਜੀ, ਉਹ ਚਾਹ ਤਾਂ ਮੈਂ ਬਣਾ ਲੈਣਾ। ਸਰੀਰ ਟੁੱਟੀ ਜਾਂਦਾ। ਚਾਹ ਬਣਾ ਕੰਤਿਆ, ਵਧ ਗਿਆ ਜੀ। ਉਹ ਚਾਚਾ ਜਿਹੜਾ ਡੋਡੇ ਹੀ ਪਾਲਾ ਯਾਰ ਅੱਜ ਬੱਚੀ ਯਾਰ, ਬੜਾ ਸਰੀਰ ਟੁੱਟੀ ਜਾਂਦਾ। ਸੰਤਿਆ ਅੱਜ ਡੋਡੇ ਹੈ ਨਹੀਂ ਆਪਣੇ ਕੋਲੇ, ਡੋਡੇ ਖਤਮ ਹੋ ਗਏ। ਫਿਰ ਤੂੰ ਐਂ ਕਰ, ਜਰਦੇ ਦੀ ਪੁੜੀ ਜਿਹਦੇ ਸਾਨੂੰ। ਹਾਂ ਜਰਦਾ ਲਾ ਲਓ, ਲਾ ਲਓ, ਲਾ ਜਰਦਾ ਲਾ ਲਾ ਲੈ ਲਓ। ਓਏ ਕੰਤਿਆ, ਉਹ ਮੈਂ ਨਹੀਂ ਲਾਉਂਦਾ, ਤੂੰ ਲਾ ਲਾ ਯਾਰ। ਤੂੰ ਐਂ ਕਰ, ਚਾਹ ਚ ਪਾ ਲਾ। ਅੱਛਾ ਅੱਛਾ, ਚਾਹ ਚ ਪਾ ਲਾ। ਹਾਂ ਪਾ ਲੈਣਾ, ਹਾਂ ਪਾ ਲਾ ਜਾ ਚਾਹ ਚ ਪਾ ਲਾ। ਤੁਹਾਡੇ ਸਰਪੰਚ ਕੌਣ ਆ ਬਾਈ? ਆ ਵੀ ਦੱਸ। ਸਰਪੰਚ ਮੈਂ ਤੁਹਾਡੇ ਪਿੰਡ ਆਇਆ ਸੀਗਾ, ਤੇ ਉਹ ਅਮਲੀਆਂ ਨੇ ਭੈ ਨਹੀਂ ਜਾਤੀ। ਕੀ ਹੋ ਗਿਆ? ਨੰਗੇ ਪੈਰ ਹੀ ਕਰਤਾ ਜਮਾ ਸਾਧ ਨੂੰ। ਅੱਛਾ, ਬੁਰਾ ਹਾਲ ਤੇ ਮੈਂ ਕੁੱਟਿਆ ਹੀ ਬਹੁਤ ਯਾਰ। ਚਾਚਾ ਜਾਗਰ ਤਾਂ ਸਿਆਣਾ ਯਾਰ, ਉਹ ਤਾਂ ਚੱਲ ਜੇ ਜੇ ਹੈਗੇ ਹੈਗੇ। ਚੱਲ ਕੋ ਨਹੀਂ ਕਰਦੇ ਆਪਣੇ ਬਾਗ ਚ ਜਾ ਸਾਰਾ ਜਾ ਕੇ ਅੱਗੇ ਘਰੇ ਪਰ ਲਾਂਬਾ ਜਾ ਗਿਆ। ਜਾ ਜਾ ਬੈ ਕਈ ਤਾਂ ਸੰਤਿਆ ਉੱਥੇ ਹੀ ਰਹਿ ਗਈ। ਉਹ ਜਦੋਂ ਉਹਨੇ ਠਾ ਕੀਤਾ ਨਾ, ਕਈ ਕੋਈ ਤਾਂ ਸਾਰਾ ਕੁਛ ਆਪਾਂ ਉੱਥੇ ਛੱਡਿਆ। ਫਿਰ ਮੈਂ ਐਂ ਕਰਦਾ ਬਈ,
ਸੇਕ ਤਾਂ ਮੈਂ ਲਿਆ, ਤੁਸੀਂ ਬਣਾਓ ਚਾਹ ਤੇ ਮੈਂ ਨਾ ਕਹੀ ਲੈ ਕੇ ਆਉਣਾ। ਠੀਕ ਆ, ਜੇ ਹੋਇਆ ਤਾਂ ਚੱਕ ਲਿਆਉਂਗਾ, ਕੋਈ 100-150 ਦਾ ਹੋਊਗਾ ਹੀ ਉਹ। ਵੱਟਾਂਗੇ ਕੋਈ 4 ਰੁਪਏ, ਕੋਈ ਦੋ ਦਿਨ ਆਟਾ ਹੀ ਆਊ। ਗ੍ਰਾਮ ਜਾਣਾ ਸੀ ਪਹਿਲਾਂ ਹੀ ਲੈ ਗਈ ਅੱਡੇ, ਪਤਾ ਹੀ ਨਹੀਂ ਲੱਗਦਾ ਕੁਛ। ਮੈਂ ਤੜਕੇ ਦੇ ਕਹਿੰਦੇ ਤਿਆਰ ਹੋ ਜਾ ਤਿਆਰ ਹੋ ਜਾ, ਕਹਿੰਦੀ ਮੇਰੇ ਟੈਨਸ਼ਨ ਹੈ। ਮੈਂ ਕਿਹਾ ਤੇਰੀ ਟੈਨਸ਼ਨ ਦਾ ਭੈਣਾ ਹੀ ਆ ਗਏ, ਟਾਲੀ ਥੱਲੀ ਲੋਟ ਹੋਊਗੀ। ਮੈਂ ਆਉਣਾ ਚੰਗਾ, ਗੱਲ ਸੁਣ। ਉਹ ਇਹਦੇ ਪਤੰਦਰ ਤੇ ਕਿੱਕ ਮਾਰ ਕੇ ਬਹਿ ਜਾਂਦੇ ਆ ਜੀ, ਕਦੇ ਸਰਬਤ ਸੁਰਬਤ ਵੀ ਕਰਾ ਦਾ। ਓਏ 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 ਮਾਰ ਤਾਂ ਚਾਚਾ, ਓਏ ਲੱਤ ਵੱਜੀ ਮੇਰੀ। ਓਏ ਉਹ ਕੀ ਹੋ ਗਿਆ? ਪਤੰਦਰ ਨੂੰ ਪੈਟਰੋਲ ਆ ਇਹਦੇ ਚ। ਨਹੀਂ 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 ਚਾਚਾ, ਇਹ ਨੀ ਹੁੰਦਾ ਚਾਚਾ ਸਟਾਰਟ ਯਾਰ। ਇਹਦੀ ਗੱਲ ਸਰਬਤ ਸੁਰਬਤ ਕਰਾਈ ਆ ਕਦੇ? ਆ ਮੀਟਰ ਵੇਖ ਭੰਨਿਆ, ਆ ਮੇਰੇ ਸਾਹਮਣੇ ਲੈਟ ਦਾ ਵੇਖ ਬੁਰਾ ਹਾਲ। ਜਾ ਕੇ ਲਾਸਟ ਸਟੈਂਡ ਕੰਤਿਆ ਇਹਦਾ ਕੀ ਇਹਨੇ ਕਵਾੜ ਬਣਾ ਛੱਡਿਆ ਸਾਲਿਆਂ ਨੇ। ਉਹ ਇਹਦੇ ਗਾਗਾ ਦੋ ਪੈਣ ਵਾਲੇ ਆ, ਤੋੜਤਾ ਇਹਨਾਂ ਨੇ। ਇਹ ਤੇ ਲਾ ਦੋ 4 ਰੁਪਏ ਗਾਲ ਲੋ ਇਹਨੂੰ। ਓਏ ਜੇ ਡੋਡੇ ਡਾਡੇ ਤਾਂ ਲੋਈ ਬੜਾ ਚਾਚਾ, ਇਹ ਮਾਰ ਤਾਂ ਚਾਚਾ ਥੱਲੇ ਆ ਗਿਆ, ਇੰਨਾ ਭਾਰਾ ਯਾਰ ਚਾਚਾ ਉਹ। ਲੈ ਕਰ ਲੋ ਗੱਲ ਕੱਲੀਆਂ ਤਾਰਾਂ। ਰੁਕ 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 ਫਤਰੋ, ਗੱਲ ਹੋ ਗਈ। ਰੁਕ 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 ਫਤਰੋ, ਕੀ ਗੱਲ ਹੋ ਗਈ ਬਾਬਾ? ਲੱਗਦਾ ਪਤਾ ਤੇਰਾ ਵਿਆਹ ਨਹੀਂ ਹੋਇਆ। ਕਿਉਂ, ਤੈਨੂੰ ਕਿਵੇਂ ਪਤਾ? ਤੇਰੇ ਲੱਛਣ ਨਹੀਂ ਨਾ ਠੀਕ ਆ। ਲੱਛਣਾਂ ਨੂੰ ਬਾਬਾ ਆਈ ਕੀ ਕਰਦਾ, ਨਾਲੇ ਤੇਰੀ ਜੁੱਤੀ ਦਵਾ ਕੇ ਲੋਣਾ, ਨਾਲੇ ਤੇਰੀ ਬਗਲੀ। ਸਰਪੰਚ ਨੂੰ ਲੈ ਕੇ ਚੱਲੇ ਉਹਨਾਂ ਕੋਲੇ ਆਉਂਦੀਆਂ ਕੋਲੇ, ਡਾਂਗ ਚੱਕ ਲਿਆਵਾਂ। ਓਹੋ
ਚਾਚਾ ਜਾਗਰ ਆ ਤੇਰੇ ਮੁੰਡਿਆਂ ਦੇ ਲਾਂਬੇ ਬਹੁਤ ਲਾ ਕੇ ਦੱਸ ਕਿਹੜਾ ਕਿਹੜਾ ਨਮੇੜਾ ਹੁਣ ਕੀ ਕਰਤਾ ਸਰਪੰਚ ਆ ਇਹਨਾਂ ਨੇ ਆ ਸਾਰ ਗੁੱਟਿਆਂ ਨਾਲੇ ਆਟਾ ਗੋਲੇ ਨਾਲੇ ਜੁੱਤੀ ਲਾ ਲਈ ਆ ਸੂਬੇ ਦੀ ਬੱਕਰੀ ਚੱਕ ਲਿਆਂਦੀ ਇਹ ਤਾਂ ਬਹੁਤ ਮਾੜਾ ਕੀਤਾ ਇਹਨਾਂ ਨੇ ਹੁਣ ਦੱਸ ਕੀ ਹੱਲ ਕਰਾਂ ਇਹਨਾਂ ਦਾ ਨਿੱਤ ਨਾ ਕੋਈ ਰੌਲਾ ਇਹਨਾਂ ਓਏ ਕੰਤਿਆ ਕਿੱਥੇ ਓਏ ਸਰਪੰਚਾ ਦੇਖ ਜੇ ਇਹ ਕਰਤੂਤ ਮੇਰੇ ਮੁੰਡਿਆਂ ਨੇ ਕੀਤੀ ਆ ਤਾਂ ਤੇਰੇ ਸਾਹਮਣੇ ਸਤਰੌਲ ਖੇਡੂ ਸਾਹਮਣੇ ਸਤਰੌਲ ਲਿਆ ਕੱਢ ਕੇ ਕਿੱਥੇ ਬੈਠੇ ਆ ਇਹ ਮੈਂ ਹੁਣੇ ਦੇਖਦਾ ਸਰਪੰਚ ਓਏ ਕੰਤਿਆ ਕਿੱਧਰ ਮਰੇ ਆ ਮੇਰੇ ਸਾਲਿਓ ਆ ਬੈਠਾ ਪੱਟੇ ਲਾਏ ਪਏ ਡਿੱਗਿਆ ਹੋਊਗਾ ਕਿਤੇ ਡਿੱਗਿਆ ਹੋਣਾ ਚਾਚਾ ਇਹ ਡਿੱਗਿਆ ਇਹ
ਜੁੱਤੀ ਇਹਨਾਂ ਕੋਲ ਆ, ਜੁੱਤੀ ਇਹਨਾਂ ਕੋਲ ਮਿਲੂ ਸਬੂਤ ਆ। ਉਹ ਪੱਟੇ ਲਵਾਈ ਫਿਰਦਾ ਸਰਪੰਚ ਦੇ ਖਿਲਾਫ, ਤੋਂ ਡਿੱਗਾ ਦੱਸ ਦੇ ਚਾਚਾ। ਬੜੀ ਬੜੀ ਜਾਗਰਾ, ਤੈਨੂੰ ਕੀ ਆਖ ਗਏ ਚਾਚਾ? ਜੁੱਤੀ ਜੁੱਤੀ ਲੱਗ ਦੇ ਬਾਬੇ ਦੀ। ਇੱਕ ਮਾਲ ਮਾਡਰ ਕਰਦਾ ਵੀ ਇਹ ਕਹਿੰਦਾ ਹੈ ਵੋਟੇ ਆ ਸਾਡੀ ਨਲੀਗੜ੍ਹ। ਬਹਿ ਜਾ ਬਾਬਾ, ਬਹਿ ਜਾ। ਓ ਬਈ ਬਾਬੇ ਦੀ ਜੁੱਤੀ, ਓ ਬੈਠਾ ਬਾਬਾ, ਮੈਨੂੰ ਫੜਾਈਏ ਨਾ ਬਾਬੇ ਨੂੰ, ਫੜਾ ਬਾਬੇ ਨੂੰ। ਕਿਵੇਂ ਦੇਣ ਵਾਲੇ ਹਨ ਜੁੱਤੀ ਸਾਰੇ ਜਮੂਏ ਜੇ ਮੇਰੇ ਬਾਪਾ। ਕੋਈ ਚੱਜ ਦਾ ਕੰਮ ਕੀਤਾ ਹੋਵੇ ਤਾਂ ਨਾ ਭੈਣ, ਅਸਾਂ ਦਾ ਕੀ ਕਸੂਰ ਸੀ ਵਿਚਾਰੇ ਦਾ, ਕਿਹੜਾ ਸਾਧ ਕੁੱਟਤਾ? ਇੱਕ ਹਜ਼ਾਰ ਬੱਕਰੀਆਂ ਵਾਲਾ ਬੈਠਾ, ਹੁਣ ਕਿਹੜਾ ਕਿਹੜਾ ਮਸਲਾ? ਅਸੀਂ ਬੱਕਰੇ ਬੁੱਕਰੇ ਤਾਂ ਨਹੀਂ ਚੱਕੀ ਜਾਂਦਾ। ਆ ਸਰਪੰਚ ਵੀ ਜਵਾਬ ਦੇ ਜਾਂਦਾ ਵੀ ਤੇਰੇ ਮੁੰਡੇ ਇਹੋ ਜਿਹੇ ਕੰਮ ਕਰਦੇ ਆ। ਅਸੀਂ ਨਹੀਂ, ਅਸੀਂ ਬੱਕਰੀ ਤਾਂ ਨਹੀਂ ਚੱਕੀ ਚਾਚਾ, ਅਸੀਂ ਇਹ ਤੋਂ ਮਾਫੀ ਮੰਗ ਲੈਂਦੇ ਆ ਬਾਬੇ ਤੋਂ। ਮੰਗੋ ਤਾਂ ਮਾਫੀ, ਬਾਬੇ ਸਰਪੰਚ ਆਈ ਜਾਵੇ ਤਾਂ ਮਾਫੀ ਮੰਗੋ। ਮਾਫੀ ਮੰਗਦੇ ਆ ਤੈਨੂੰ ਦੇ ਲੈ ਵੇ। ਹਏ ਮਾਫੀ ਮੰਗਦੇ ਤੇ ਆ, ਕੋਈ ਮਾਫੀ ਮੰਗਣ ਦਾ ਤਰੀਕਾ ਹੁਣ, ਮਾਫੀ ਮੰਗਣ ਦਾ ਤਰੀਕਾ ਹੁਣ ਬੇ ਤੂੰ ਖੜੋ ਬਾਬਾ, ਖੜੋ ਨਹੀਂ ਹਲਾ ਦੀ ਤੂੰ ਤਾਂ ਕਿ ਹਿੱਲੀ ਪਈ ਹੁਣ ਫੇਰ ਸੜਦਾ ਇਹਨਾਂ ਨੇ। ਆਲਾ ਵੇਖ ਲੈ ਜਾ ਕੇ ਲੱਛਣ ਇਹਨਾਂ ਨੇ। ਏ ਬਾਬਾ ਖੜਾ ਹੋ ਰਿਹਾ ਨਹੀਂ, ਹੋਰ ਕੁੱਟੂਗਾ ਚਾਚਾ। ਮੰਗਦੇ ਮਾਫੀ ਬਾਬੇ ਨੂੰ, ਫੜ ਕੇ ਰੱਖੀ ਬਾਬੇ ਨੂੰ, ਬਾਬੇ ਨੂੰ ਫੜਿਆ। ਉਹ ਜਾਗਰਾ ਮਾਫੀਆਂ ਵਾਲੇ ਲੱਛਣ ਹੈ ਨਹੀਂ ਇਹਨਾਂ ਦੇ। ਨਹੀਂ ਸਰਪੰਚ, ਹੁਣ ਸਾਡੇ ਤੋਂ ਹੋ ਗਈ ਗਲਤੀ, ਛੋਟਾ ਨੈਟ ਦਾ ਹੀ ਆ ਕੰਮ। ਉਹ ਨਹੀਂ ਸਰਪੰਚ, ਅਸੀਂ ਹੁਣ ਨਹੀਂ ਕਰਦੇ। ਏ ਭਾਈ ਪੱਕਾ, ਤੂੰ ਮੈਂ ਐ ਦੱਸ ਮੂਲਿਆ ਹੀ ਹੈ, ਇਧਰ ਤੂੰ ਮਾਫੀ ਮੰਗ ਰਹੀ ਬਾਬੇ ਤੋਂ, ਮੇਰੀ ਭੈਣ ਜਮੀਨ ਨਾਲੋਂ ਵੱਲ ਲੈ ਕੇ ਜਾ ਕੇ। ਉਹ ਕਾਹਨੂੰ ਸੂਬਿਆ, ਕੋਈ ਜ਼ਰੂਰੀ ਤਾਂ ਨਹੀਂ ਤੇਰੀ ਨਾਲੋਂ ਇਹਨਾਂ ਨੇ ਚੱਕੀ ਆ? ਤੇਰੀ ਨਾਲੋਂ ਕੋਈ ਤੇਰਾ ਆਂਢੀ ਗੁਆਂਢੀ ਵੀ ਤਾਂ ਚੱਕ ਸਕਦਾ। ਨਹੀਂ ਨਹੀਂ ਇਹਨਾਂ ਨੇ ਚੱਕੀ, ਮੈਂ ਪਤਾ ਮਾਂ ਮੋਟਾ ਇਹਨਾਂ ਨੇ ਚੱਕੀ ਆ। ਉਹ ਸੂਬੇ ਇਹ ਮੰਨਦੇ ਨਹੀਂ ਚਾਚੇ ਮੇਰੇ, ਦੱਸੋ ਇਹਨਾਂ ਚੱਕੀ ਦਾ ਸਿੱਧੇ ਬੰਦੇ ਬਣ ਕੇ ਦੱਸੋ ਚਾਚਾ। ਏਡੇ 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 ਬੱਚੇ, ਏਡੇ ਏਡੇ ਬੱਚੇ ਵਿਚਾਰੀ ਦੇ, ਏਡੇ ਏਡੇ ਸਿੱਧਾ ਹੋ ਕੇ ਦੱਸਦੇ ਸੰਤਿਆ, ਮੈਨੂੰ ਥੋੜੇ ਚ ਕੋਈ ਮਲਵਾ ਲੱਗਦਾ ਹੈ ਚਾਚਾ। ਅਸੀਂ ਤਾਂ ਨਹੀਂ ਚੱਕੀ, ਮੇਰੇ ਮੈਨੂੰ ਕੁੱਤੇ ਆ ਮੈਨੂੰ ਜਾ ਲੈ। ਚੱਲ ਕੋਈ ਨਹੀਂ ਸੁਭੇ, ਹੋੜਾ ਚੱਲ ਤੇਰਾ ਵੀ, ਚੁੱਪ ਕਰ ਕਰਦੇ ਆ ਹੱਲ। ਅਸੀਂ ਬੱਕਰੀ ਨਹੀਂ ਚੱਕੀ, ਆਪਾਂ ਬੱਕਰੀ ਦਾ ਜ਼ੋਰ ਕੁੱਟਾ ਸੀ ਨਾ, ਬੱਕਰੀ ਨਹੀਂ ਚੱਕੀ ਤੇ ਮੇਰਾ ਕੀ ਬਣੂ ਜੀ ਸਰਪੰਚ? ਮੇਰਾ ਵੀ ਕਰੋ ਕੀ ਹੱਲ ਹੈ? ਚੱਲ ਉਰਾ ਆ ਸੁਭੇ, ਸੁਭੇ ਉਰੇ ਆ, ਇੱਧਰ ਆ ਤੂੰ। ਹਾਂ ਆ ਗਰਾ ਆ ਗਰਾ, ਤੇਰਾ ਵੀ ਨਮੇੜ ਸੁਭੇ ਦੀ ਮਈਆ ਚੋਤੇ ਭੈਣ ਤੋਂ। ₹2000 ਲੋਹੜੀ ਦਾ ਦੇਣਾ ਆਪਾਂ, ਲੋਹੜੀ ਮਨਾਉਣੇ ਆ,
ਤੇ ਮੈਂ ਨਾ ਉਹਨਾਂ ਦੇ ਸੀਰੀ ਕੋਲੇ ਜਾ ਕੇ ਆਉਣਾ, ਨਾਲੇ ਜਾ ਕੇ ਆਉਣਾ ਦੂਜੇ ਮੈਂਬਰ ਕੋਲੇ ਜਿਹਦੇ ਨਾਲ ਆਪਣਾ 'ਚ ਪੰਗਾ ਪਿਆ ਸੀਗਾ, ਤੇ ਮੈਂ ਉਹਨਾਂ ਦੇ ਸ਼ੀਰੀ ਨੂੰ ਬੁਲਾ ਲਿਆ ਮਾੜਾ ਜਿਹਾ। ਉਹ ਤੁਹਾਡੇ ਲੋਹੜੀ ਕੌਣ ਮਾਉਣ ਆਊਗਾ ਇੱਥੇ ਘਰੇ? ਉਹ ਆਊ ਚਾਚਾ, ਉਹ ਆਊਗਾ, ਜਾਣਾ ਮੈਂ ਜਾ ਕੇ, ਹੁਣੀ ਜਾ ਕੇ ਆਉਣਾ ਗਾ ਮੈਂ, ਮੈਂ ਆਉਣਾ। ਤੁਸੀਂ ਉਹਨੇ ਲੋਹੜੀ ਲਾੜੀ ਬਾਲੋ, ਅੱਗ ਬਾਲੋ, ਮੈਂ ਆ ਗਿਆ ਚਾਚਾ। ਮੈਨੂੰ ਤਾਂ ਲੱਗਦਾ ਭੈਣ ਜਾਵੇ ਮੇਰੀ ਰਾਣੋ ਵੱਢਣਗੇ ਲੋਹੜੀ। ਉਹ ਚਾਚਾ ਤੇਰੀ ਰਾਣੋ ਨਹੀਂ ਚੱਕੀ ਅਸੀਂ ਚਾਚਾ, ਤੈਨੂੰ ਮਤਲਬ ਤੂੰ ਤਾਂ ਐਵੇਂ ਕਰੀ ਜਾਂਦਾ ਬਸ। ਕੋਈ ਨੀ ਮੈਂ ਚਾਚਾ ਆਉਣਾ, ਸਰਪੰਚ ਸਾਹਿਬ ਤੁਸੀਂ ਰਹੋ ਇੱਥੇ, ਮੈਂਬਰ ਬੈਠ ਬੈਠੇ, ਮੈਂ ਬੁਲਾ ਕੇ ਲਿਆਉਣਾ, ਮੈਂ ਕੋਈ ਢੋਲਕੀ ਢਾਲਕੀ ਦਾ ਇੰਤਜ਼ਾਮ ਕਰਦਾ। ਚੱਲ ਬੈਠੋ ਸਰਪੰਚ, ਮੈਂ ਆ ਗਿਆ ਬਾਬਾ, ਸਹੀ ਹੋ ਗਿਆ ਬੈਠੋ, ਇੱਥੇ ਬਣਾਉਣਾ ਉਹ ਭਾਈ ਮੇਰਾ ਸਾਲਾ। ਅੱਜ ਫੇਰ ਤੂੰ ਆਪਣੇ ਆਣ ਕੇ ਭੁੱਲ ਗਿਆ ਤੂੰ? ਓ ਨਹੀਂ 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 ਭਾਈ, ਅੱਜ ਕੀ ਗੱਲ ਹੋ ਗਈ ਤੈਨੂੰ? ਮੈਂ ਬਾਈ ਲੜਨ ਨਹੀਂ ਆਇਆ ਤੇਰੇ ਨਾਲ। ਤਾਂ ਫੇਰ ਕਿਵੇਂ ਆ? ਅੱਜ ਬਾਈ ਲੋਹੜੀ ਆ, ਮੈਂ ਕਿਹਾ ਯਾਰ ਗੁੱਸਾ ਗਿਲਾ ਛੱਡ। ਓ ਕਿਉਂ ਚੇਡਾ ਕਰਦਾ ਉਮਲੀਆਂ ਦੇ ਕਾਦ ਗਾ ਲੋੜੀਆਂ, ਰੰਨ ਨਹੀਂ ਕੰਨ ਨਹੀਂ ਮੁੰਡਾ ਜੰਮੇ? ਓ ਨਹੀਂ ਬਾਈ ਯਾਰ ਮੇਰੀ ਗੁੱਸਾ। ਓ ਤੂੰ ਐਵੇਂ ਚੇਡਾ ਨਾ ਕਰ, ਮੈਨੂੰ ਪਤਾ ਤੁਹਾਡੀਆਂ ਲੋੜੀਆਂ ਦਾ ਉੱਥੇ ਹੋਰ ਕੁਛ ਨਹੀਂ ਤੁਹਾਡੇ ਕੋਲੇ। ਓ ਬਾਈ ਅਸੀਂ ਲੋਹੜੀ ਮਨਾਈ ਅੱਜ, ਅੱਜ ਸਰਪੰਚ ਵੀ ਘਰੇ ਆਇਆ। ਸੱਚੀ ਸੱਚੀ ਸਰਪੰਚ ਵੀ ਘਰੇ ਆਇਆ, ਤੇ ਬਾਈ ਮੈਂਬਰ ਨੂੰ ਵੀ ਸੱਦ ਲਾ। ਉਹ ਅਸੀਂ ਤਾਂ ਅੰਬਲੀ ਬੰਦੇ ਆ ਯਾਰ, ਸਾਡਾ ਕੁਛ ਨੀ ਪਤਾ ਲੱਗਦਾ, ਅਸੀਂ ਖਾਧੀ ਪੀਤੀ ਚ ਮਾੜਾ ਮੋਟਾ ਹੋ ਜਾਂਦਾ ਗਾ। ਸਾਡੀ ਗੱਲ ਦਾ ਗੁੱਸਾ ਨਾ ਕਰਿਆ ਕਰ ਬਾਈ, ਤੇ ਤੂੰ ਸਾਡੇ ਹੁਣ ਨਾਲ ਚੱਲ, ਇਹ ਕਹੀ ਤੂੰ ਚੱਲ ਨਾਲ ਹੀ ਲੈ ਚੱਲ। ਤੂੰ ਝੇੜ ਨਾ ਕਰੀ, ਨਹੀਂ ਨਹੀਂ ਬਾਈ ਦੇਖ ਲੈ ਫਿਰ, ਨਹੀਂ ਭੈੜੀ ਹੋਊ ਪਹਿਲਾਂ ਨਾਲੋਂ ਵੀ। ਨਹੀਂ ਬਾਈ ਜਮਾ ਨੀ, ਉਹ ਵੀ ਆ ਗਿਆ, ਉਹ ਸਰਪੰਚ ਵੀ ਆ ਬੈਠਾ। ਸੱਚੀ ਯਾਰ ਅਮਲੀਆ ਤੂੰ ਤਾਂ ਅੱਜ ਰੌਣਕ ਲਾ ਸੀ। ਮੈਂ ਬੁਲਾ ਕੇ ਲਿਆ ਬਾਈ। ਕੀ ਹਾਲ ਆ? ਉਹ ਠੀਕ ਆ ਬਾਈ, ਠੀਕ ਆ। ਫੇਰ ਵਿੱਚ ਕੋਈ ਢੋਂਜ ਡਾਉਣੀ ਹੈ। ਲੋਹੜੀ ਵੀ ਪਾਲੀ, ਮਹਿਮਾਨ ਵੀ ਤੁਸੀਂ ਸੱਦ ਲਏ, ਸਾਰੇ ਸਰਪੰਚ ਵੀ ਬੈਠਾ, ਕੋਈ ਖਾਣ ਪੀਣ ਨੂੰ ਤਾਂ ਚੱਕ ਲਓ, ਮੂੰਗਫਲੀਆਂ ਵਗੈਰਾ ਕਿ ਸੁੱਕੀ ਲੋਹੜੀ ਵਿਖਾਉਂਗੇ ਸਾਨੂੰ? ਉਹ ਨਹੀਂ ਬਈ, ਉਹ ਤੂੰ ਆਏਗਾ ਤੂੰ ਚੱਕ ਕੇ ਲਿਆ, ਤੇ ਮੈਂ ਕਹਾਂ ਅੰਦਰੋਂ ਕੋਈ ਚੀਜ਼ ਲਿਆਵਾਂ ਚੱਕ ਕੇ। ਲਿਆ ਲਿਆ ਪਤਾ ਨਹੀਂ ਸੱਪ ਕੱਢੂ, ਮੈਨੂੰ ਲੱਗਦਾ ਕੁਝ ਲਿਆਊਗਾ। ਉੱਤੇ ਬਹਿ ਜਾਓ, ਬਹਿ ਜਾਓ, ਮੈਂ ਲਿਆਂਦਾ ਸੀ ਬਾਬਾ। ਤੈਨੂੰ ਦੱਸਦੇ ਆ ਇਹ ਢੋਲਕੀ ਦੀ ਬਹੁਤ ਲੰਬੀ ਕਾੜੀ ਆ, ਲੋਹੜੀ ਦੀਆਂ ਲੱਖ ਲੱਖ ਵਧਾਈਆਂ। ਕਮਾਲ ਕਰਦੀ ਚਾਚਾ, ਹੋਰ ਲੈਣਾ ਹੋ ਲਿਆ ਮੈਨੂੰ ਵੀ ਦੇ ਦੇ ਯਾਰ ਥੋੜੀਆਂ, ਵੱਖਰੇ ਨਾ ਮੰਗੀ ਪਰ। ਚਾਚਾ ਲੋਹੜੀ ਤੇ ਨਾ ਰੌਣਕ ਮੇਲਾ ਹੋ ਰਿਹਾ ਅੱਜ। ਹਾਂ ਹੈ, ਮੈਂ ਵਜਾਉਣਾ ਚੌਂਕਾ ਤੇ ਤੂੰ ਵਜਾ ਢੋਲਕੀ ਤੇ ਬੋਲੀਆਂ ਸੁਣਾਜੇ। ਚੱਲ ਠੀਕ ਆ ਸਭ, ਤੇ ਬੋਲੀ ਪਾਓ। ਪਹਿਲੀ ਬੋਲੀ ਪਾਉਣਾ ਮੈਂ। ਉਹ ਬੱਲੇ ਹਾਂ ਬਾਈ, ਠੀਕ ਆ ਬਈ ਸਰਪੰਚ।
ਸੂਪਿਆ ਖਿੱਚ ਕੇ ਬੜਾ ਜਾ ਸੱਲਾ ਮੈਨੂੰ ਬੋਲੀ ਬੋਲੀ ਆਉਂਦੀ ਨਹੀਂ ਸਾਨੂੰ ਮੈਂ ਕਿਹਾ ਮਾੜਾ ਜਿਹਾ ਸੁਣਾ ਦੇਣਾ ਟੱਪਾ ਜਾ ਸੁਣਾ ਦੇ ਸੂਪਿਆ ਚਾਚਾ ਖੜੀ ਤੱਕ ਦੀ ਰਹੇਗੀ ਨਵੇਂ ਬੱਚਿਆਂ ਨੂੰ ਕਹੇਗੀ ਜਾਂਦਾ ਉੱਡੇ ਹਵਾ ਤੇ ਬਾਪੂ ਤੇਰਾ ਨੀ ਅਮਲ ਹੀ ਕਿਹੜੇ ਕਰਦੇ ਆ ਹੱਥੇ ਹਪਾ ਬਣਦੀ ਅੱਜ ਤੱਕ ਲੈ ਬਈ ਆਪਾਂ ਤਾਂ ਲਿਆਉਂਦੀਆਂ ਨੇਰੀਆਂ
ਗੱਲ ਸੁਣ ਤੂੰ ਮੇਰੀ। ਸਮਝ ਨਹੀਂ ਆਈ ਹੈ, ਲੱਡੂ ਖਾ ਗਿਆ ਆਪ, ਪੰਜੀਰੀ ਖਾ ਗਿਆ ਆਪ, ਸਵਾਦ ਲੈ ਗਿਆ ਆਪ, ਹੁਣ ਮੈਨੂੰ ਕਹਿੰਦਾ ਵਧਾਈ ਕਾ ਦੀ। ਨਵਾਂ ਹੀ
ਸਿਆਪਾ ਖੜਾ ਹੁੰਦਾ ਸਾਰੇ ਇੱਕੇ ਕੰਮ ਹੀ ਲੱਗੇ ਪਏ ਆ ਵੇਣਾ ਮੈਂ ਜਵਾਕਾਂ ਇਹਨੂੰ ਕੀ ਕਰੀ ਜਾਂਦਾ ਉਹ ਸੰਤਿਆ ਉਹ ਬੰਤਿਆ ਉਹ ਕੰਤਿਆ ਉਹ ਕੰਤਿਆ ਕੀ ਗੱਲ ਹੋ ਗਈ ਕਿਵੇਂ ਖਬਰ ਪੱਟੀ ਆ ਨਾ ਮੂੰਹ ਜਿਹਾ ਬੰਨੀ ਫਿਰਦਾ ਅੱਜ ਫੇਰ ਮੈਨੂੰ ਲੱਗਦਾ ਜਾਣਾ ਬਣਾ ਕੇ ਆ ਗਿਆ ਉਹ ਚਾਚਾ ਕੀ ਹੋ ਗਿਆ ਸੌਖਾ ਅੱਜ ਕਿਸੇ ਵੀਰ ਨਾਲ ਪੰਗਾ ਤਾਂ ਨੀ ਪੈ ਗਿਆ ਉਹ ਕੀ ਹੋਵੇ ਉਹ ਚਾਚਾ ਉਹ ਬਈ ਕਿਵੇਂ ਮੂੰਹ ਬੰਨੀ ਬੈਠਾ ਚਾਚਾ ਉਹ ਮੱਖੀਆਂ ਮੁੱਖੀਆਂ ਨੇ ਲੜ ਗਈਆਂ ਚਾਚਾ ਕਿਤੇ ਆਪਣੇ ਕਿਹੜਾ ਚਾਚਾ ਚ ਮੁੰਡਾ ਹੋਇਆ ਕਿਸੇ ਦੇ ਗੱਲ ਸੁਣ ਲਾ ਸੰਤਿਆ ਸਾਰੀ ਦੁਨੀਆ ਫਾਹੇ ਚੜੀ ਆ ਜਮਾ ਸਾਰੀ ਦੁਨੀਆ ਚਾਚਾ ਮੈਨੂੰ ਗੱਲ ਵੀ ਦੱਸ ਕੀ ਹੋਈ ਆ ਪਤਾ ਵੀ ਲੱਗੇ ਆਪਾਂ ਨੂੰ ਉਹ ਗੱਲ ਕੀ ਆ ਕੋਈ ਨਵੀਂ ਬਿਮਾਰੀ ਆਈ ਆ ਨਵੀਂ ਬਿਮਾਰੀ ਕਿਹੜੀ ਕਿਹੜੀ ਬਿਮਾਰੀ ਚਾਚਾ ਉਹ ਬਿਮਾਰੀ ਦਾ ਨਾਂ ਤਾਂ ਕੋਈ ਨਾਂ ਥੇ ਪਤਾ ਬਸ ਕੱਲਾ ਇੰਨਾ ਪਤਾ ਹੈ ਕਹਿੰਦੇ ਬਈ ਨਿੰਮ ਬਾਰ ਚ ਬੰਨੋ ਅੱਛਾ ਬਿਮਾਰੀ ਨਹੀਂ ਘਰੇ ਆਉਂਦੀ ਉਹ ਮੂੰਹ ਮਾਂ ਬੰਨੋ ਨਾਲੇ ਮੂੰਹ ਮਾਂ ਬੰਨੋ ਆਪੇ ਬੰਨ ਲੈਨੇ ਚਾਚਾ ਮੂੰਹ ਤਾਂ ਬੰਨ ਲੈਨੇ ਕੋਈ ਸੇਵਾ ਕਰਕੇ ਤੇਰੀ ਹੋਰ ਰੋਟੀ ਪਾਣੀ ਦੀ ਚਾਚਾ ਮੇਰੀ ਸੁਣ ਗੱਲ ਉਹ ਯਾਰ ਚਾਚਾ ਕਹੀ ਜਾਂਦਾ ਤੁਸੀਂ ਨਿੰਮ ਬੰਨ ਲਓ ਯਾਰ ਉਹ ਨਿੰਮ ਦੱਸ ਕੀ ਕਰਾਉਣਾ ਯਾਰ ਨਿੰਮ ਖੜੇ ਨੂੰ ਕੀ ਆਖਣਾ ਨਿੰਮ ਬਾਹਰ ਚ ਬੰਨੇ ਤੋਂ ਹੀ ਕੰਮ ਕਰਦੀ ਹੈ ਲੈ ਚਾਚਾ ਓਏ ਕੀ ਪਤੰਦਰਾ ਇਹ ਰੱਸੀ ਆ ਤਾਂ ਤੇਰੀ ਚਾਚੀ ਦਾ ਨਾਲਾ ਹੀ ਚੱਕੀ ਫਿਰਦਾ ਚਾਚਾ ਮਾਰਦਾ ਗਿਆ ਫਿਰ ਇਹਦੇ ਨਾਲ ਨੂੰ ਬੰਨੇਗਾ ਓਏ ਨਾਲਾ ਚਾਚਾ ਆਏ ਚੜ ਯਾਰ ਤੂੰ ਨਿੰਮ ਤੋਂ ਆ ਉਹ ਤੋੜ ਮਾੜੇ ਚ ਬੂਟੇ ਦੇ ਹੱਥ ਇਹ ਆ ਮੇਰੀ ਗੱਲ ਸੁਣ ਮਾਂ ਗਲਤ ਕਰਨਾ ਮੇਰੀ ਗੱਲ ਸੁਣਾ ਚਾਚਾ ਇੱਥੇ
ਚਾਚਾ ਆ ਚੱਲੂ ਰੱਸੀ। ਹਾਂ ਹੁਣ ਕਿੱਥੋਂ ਸਿਆ ਗਈ? ਉਹ ਲੱਭ ਕੇ ਲਿਆਂਦੀ ਚਾਚਾ, ਉੱਥੇ ਪਈ ਸੀਗੀ। ਹਾਂ ਚੱਲ ਲੈ ਕੇ ਚੱਲ ਉਹਨਾਂ ਕੋਲੇ ਬੰਨਾਉਣੇ। ਚਲੋ ਆ ਜਾਓ ਤੋੜ ਉਹਨੂੰ ਕਹਿ ਸਹੀਆਂ ਤੋੜ, ਥੋੜਾ ਲੰਮਾ ਲੰਮਾ ਤੋੜ, ਲੰਮਾ ਲੰਮਾ ਤੁਹਾਡੀ ਲੜਾਈ ਸੁਣ ਕੇ ਆ ਗਿਆ ਤੇ ਭਰਾਵਾ ਮੇਰਾ ਪੈਸਾ ਬਹੁਤ ਬਣਿਆ ਪਿਆ, ਇੰਨਾ ਟਾਈਮ ਹੈ ਨੀ ਮੇਰੇ ਕੋਲ। ਸੁਖਿਆ ਹੁਣ ਤਾਂ ਮੈਂ ਤਾਂ ਚੜਿਆ ਹੀ ਆ। ਚੱਕ ਲੜਦਾ ਕਿਵੇਂ ਸੁਪਿਆ? ਸੁਪਿਆ ਠੀਕ ਆ ਭਰਾਵਾ, ਮੈਂ ਤੁਹਾਡੇ ਫਸ ਜਾਣਾ ਅੱਗੇ। ਉਹਨੇ ਕੋਈ ਨੀ ਅੱਗ ਸੇਕਾ ਦੇ, ਮੈਂ ਪਹਿਲਾਂ ਸੱਤਾਂ ਨਹੀਂ ਲਟਾਈਆਂ, ਤੂੰ ਮੈਨੂੰ ਅੱਗ ਸੇਕਾ ਦੇ। ਮੈਂ ਬੰਨਦਾ ਰੋ ਬੰਨ ਲੈ। ਆ ਜਾ ਯਾਰ, ਤੂੰ ਛੋਟਿਆ ਯਾਰ, ਤੂੰ ਨਾ ਆਪਣਾ ਮੈਂ ਬਣਾ। ਮੇਰੇ ਪੈਰ ਮਾਰਿਆ ਅੱਗ ਸੇਕ ਸੁਪਿਆ, ਅੱਗ ਸੇਕ ਭਰਾਵਾ। ਸੁਪਿਆ ਕਿਵੇਂ ਆ? ਠੀਕ ਆ ਠੀਕ ਆ ਭਾਈ ਠੀਕ ਆ। ਲੱਤ ਨੂੰ ਠੀਕ ਆ? ਠੀਕ ਆ ਠੀਕ ਆ। ਉਹ ਮੇਰੇ ਸਰ ਚ ਮਾਰੀ ਪੈਰ ਨੇ, ਤੁਸੀਂ ਉਹਨੂੰ ਪੁੱਛਿਆ ਹੀ ਨੀ? ਚਾਚਾ ਤੈਨੂੰ ਸਾਵਾ ਤੂੰ ਨਿੰਮ ਤੇ ਚੜ ਜਾ। ਮਾਰਦਾ ਬਿਮਾਰੀ ਨਾਲ ਮੈਂ ਭਰਾਵਾ ਬੰਦ, ਚਾਚਾ ਤੂੰ ਬਹਿ ਖੜ ਜਾ ਸਾਡੇ ਕੋਲ। ਮਾਰਤਾ ਸੀ
ਉੱਚਾ ਚੜਿਆ ਨੀ ਤੂੰ ਚਾਚਾ ਤੂੰ ਆ ਜਾ ਤੂੰ ਆ ਜਾ ਕਰੀ ਜਾਂਦਾ ਤੂੰ ਦੱਸ ਚੱਲ ਬੈਠ ਧੁੱਪ ਸੇਕ ਤੂੰ ਹੀ ਕਰੀ ਜਾਂਦਾ ਦੱਸ ਹੁਣ ਜਾ ਕੇ ਸਾਹ ਸਾਹ ਪਿਆ ਹੁਣ ਨੀ ਆਉਂਦੀ ਬਿਮਾਰੀ ਪੂਰੀ ਹੁਣ ਠੀਕ ਹੈ ਚਾਚਾ ਹਾਂ ਚਾਚਾ ਚਾਹ ਦੱਸ ਬਣਾ ਲਗੇ ਚੱਲ ਚੰਗਾ ਸੂਬਿਆ ਚੰਗਾ ਧੰਨਵਾਦ ਤੇਰਾ ਇਹਨਾਂ ਨੇ ਕੀ ਕਰਨਾ ਭਲਾ ਹੋਵੇ ਭੋਲੇ ਉਹ ਦੇਖੀ ਪੁੱਤ ਨਿੰਮ ਬੰਨਿਆ ਲੱਗਦਾ ਆਣਾ ਛਿੰਦੇ ਸੋਹਣੀ ਵਧਾਈ ਲਵਾਂਗੇ ਜ਼ਮੀਦਾਰਾਂ ਦੇ ਆ ਪੁੱਤ ਪੁੱਛਦੇ ਆ ਬੇਟਾ ਉਹ ਘਰੇ ਉਹ ਤਾਂ ਉਹਨਾਂ ਦੇ ਕੀ ਹੋਇਆ ਪਤਾ ਨੀ ਬਾਬਾ ਜੀ ਉਹ ਨਿੰਮ ਬੰਨਿਆ ਬੇਟਾ ਪਤਾ ਨੀ ਔਰ ਤੂੰ ਪੜ੍ਹਾਈ ਕਰਦਾ ਬੇਟਾ ਹਾਂਜੀ ਰਾਜੀ ਦਾ ਭਲਾ ਹੋਵੇ ਪਰਮਾਤਮਾ ਰਾਜੀ ਰੱਖੇ ਰੰਗ ਭਾਗ ਲਾਵੇ ਲੰਮੀਆਂ ਉਮਰਾਂ ਕਰੇ ਪੜ੍ਹ ਲਿਖ ਕੇ ਅਫਸਰ ਬਣ ਜਾ ਮਾਂ ਪਿਓ ਦਾ ਨਾਂ ਰੋਸ਼ਨ ਕਰਨਾ ਭਲਾ ਬੇਟਾ ਬਾਬਾ ਤੈਨੂੰ ਬਸ ਉਹ ਤਾਂ ਬਸ ਕੋਈ ਨਾ ਕਮਾਈ ਕਰ ਲੈ ਆ ਕੀ ਬੇਟਾ ਇਹ ਤਾਂ ਬਸ ਵੈਸੇ ਹੀ ਰੱਖੇ ਨਾ ਪੁੱਤ ਮਾੜੀ ਸੰਗਤ ਛੱਡੋ ਛੱਡ ਸਿੱਟ ਪਰਾਂ ਠੀਕ ਹੈ ਨਾ ਕਿੰਨਾ ਮਾੜਾ ਹੁੰਦਾ ਨਾ ਪੁੱਤ ਨਾ ਇਹ ਜਾੜਾ ਖਰਾਬ ਕਰ ਦੂ ਤੇਰੀਆਂ ਦੰਦ ਖਰਾਬ ਕਰ ਦੂਗਾ ਮੇਰੇ ਸੋਹਣਾ ਪੁੱਤ ਬਣ ਕੇ ਕਦੇ ਵੀ ਨਾ ਲਾਈ ਚੰਗਾ ਭਲਾ ਬੇਟਾ ਚੱਲ ਭੋਲੇ ਨਵਾਂ ਸਾਲ ਵੀ ਮਾੜਾ ਹੀ ਜਿਹੜਾ ਭੈਣ ਚ ਪਹਿਲਾਂ ਬੱਕਰੀ ਚਕਾਲੀ ਮੁੜ ਕੇ ਅਮਲੀਆਂ ਤੋਂ ਢੋਈ ਕਟਾ ਲਈ ਮੈਨੂੰ ਲੱਗਦਾ ਅਮਲੀਆਂ ਦੇ ਹੁੰਦੇ ਇਹਦੇ ਭੈਣ ਦੇ ਨਾ ਸੂਬਿਆ 2024 ਚ ਖਰੋੜੀਆਂ ਤੇ ਕਰ ਦੇਣਗੇ ਸਾਰੇ ਮੇਰੇ ਇੱਥੇ ਕਿਸੇ ਨੂੰ ਪੁੱਛਦੇ ਆ ਭੋਲੇ ਆਪਾਂ ਆ ਆਉਂਦਾ ਕਮਲਾ ਜਾ ਇੱਕ ਵੇ ਬਾਈ ਭਲਾ ਹੋਵੇ ਵੀ ਤੂੰ ਐਂ ਕਿਉਂ ਡਿੱਗਿਆ ਜਾ ਲੱਗਦਾ ਆਈ ਬਾਬਾ ਜੀ ਹੈ ਸਰੀਰ ਨਹੀਂ ਬਣੇ ਹੈ ਸਰੀਰ ਨਹੀਂ ਬਣੇ ਹੋਰ ਸਰੀਰ ਕਿਵੇਂ ਬਣੂ ਤੇਰਾ ਬਾਬਾ ਜੀ ਚੰਗਾ ਛੱਡ ਪਰ ਹੁਣ ਦੱਸ ਉੱਧਰ ਕੀ ਹੋਇਆ ਬਾਬਾ ਜੀ ਮੈਂ ਮੁੰਡਾ ਹੋਇਆ ਅੱਛਾ ਕਿੰਨੇ ਕੁ ਦਿਨਾਂ ਦਾ ਹਾਂ ਤਾਂ ਬਾਬਾ ਜੀ ਮੈਂ ਪਤਾ ਨਹੀਂ ਅੱਛਾ ਪੁੱਤ ਤੈਨੂੰ ਰੌਣਕਾਂ ਦਿਖਾਉਂਗੀ ਤੈਨੂੰ ਚਾਹ ਪਿਆਉਂਗੀ ਚੱਲ ਵੇ ਨਾਲ ਚੱਲ ਤੁਰਿਆ ਭਲਾ ਹੋਵੇ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਰੰਗ ਭਾਗ ਲੱਗਣ ਮੇਰੇ ਵੀਰਾਂ ਨੂੰ ਛਿੰਦਿਆ ਸੋਹਣੀ ਵਜਾਈ ਚੰਗਾ ਢੋਲਕੀ ਸੋਹਣਾ ਗਾਣ ਵਜਾਣ ਕਰਨ ਤਕੜੇ ਜੱਟਾਂ ਦਾ ਘਰ ਮੈਂ ਬਹੁਤ ਦੂਰੋਂ ਆਈਆਂ ਵੀ ਨਾਲ ਚੱਲੇਗਾ ਵੀ ਨਾਲ ਚੱਲੇਗਾ ਕਿਉਂ ਸੋਹਣਾ ਵਿਆਹ ਕਰਾਉਂਗੀ ਤੇਰਾ ਅਮਲੀਆ ਬਾਬਾ ਮੈਂ ਦੂੜੀ ਦਾ ਸੋਹਣਾ ਵਿਆਹ ਕਰਾਉਣਾ ਮੇਰੇ ਵਰਗੀ ਬੋਟੀ ਲਿਆ ਕੇ ਦੋਗੀ ਨਹੀਂ ਨਹੀਂ ਬਾਬਾ
ਮਾਲਕ ਦੇ ਸੁਣੀ ਅੱਜ ਸਾਡੇ ਵੀ ਵਿਹੜੇ ਦੇ ਚਰਨ ਪਾਏ ਆ ਮਹੰਤਾ ਨੇ। ਬਹੁਤ ਲੰਮਾ ਸਮਾਂ ਹੋ ਗਿਆ ਸੰਤਿਆ, ਸਾਡੇ ਤਾਂ ਵਿਹੜੇ ਦੇ ਵਿੱਚ ਕਦੇ ਮਹੰਤਾਂ ਦੇ ਚਰਨ ਨਹੀਂ ਪਏ। ਅੱਜ ਹੋ ਸਕਦਾ ਕੋਈ ਆਪਣੇ ਘਰੇ ਵੀ ਕੋਈ ਬੂਟਾ ਲੱਗ ਜੇ। ਆ ਗਏ ਬਾਬਾ ਜੀ, ਪਰਮਾਤਮਾ ਰਾਜੀ ਰੱਖੇ, ਸਰਦਾਰ ਸਤਿ ਸ੍ਰੀ ਅਕਾਲ, ਸਾਰਿਆਂ ਨੂੰ ਵਧਾਈਆਂ। ਪਰਮਾਤਮਾ ਰਾਜੀ ਰੱਖੇ, ਰੰਗ ਪਾਗ ਲਾਵੇ, ਕੌੜੀ ਵੇਲ ਵਾਂਗੂ ਵਧਾਵੇ ਮੇਰੀ ਵੀਰਾਂ ਨੂੰ। ਰਾਜੀ ਰੱਖੇ ਪਰਮਾਤਮਾ, ਰਾਜੀ ਰਹੋ, ਭਲਾ ਹੋ, ਭਲਾ ਬੁੱਤ ਭਲਾ ਹੋਵੇ, ਰਾਜੀ ਰੱਖੇ। ਔਰ ਸਰਦਾਰ ਜੀ, ਪੁੱਤ ਕਿੰਨੇ ਦਿਨ ਦਾ ਹੋ ਗਿਆ? ਮੈਨੂੰ ਕੋਈ ਸਮਝ ਨਹੀਂ ਲੱਗੀ ਬਾਬਾ ਜੀ। ਲੈ ਦੇਖੋ ਹੁਣ ਅਣਜਾਣ ਬੰਦਾ ਵਧਾਈ ਦੇਣ ਦਾ ਮਾਰਾ ਸਰਦਾਰ, ਕੋਈ ਨੀ 50,000 ਰੁਪਇਆ ਲੈ ਕੇ ਜਾਊਂਗੀ ਪੂਰਾ, ਆਏ ਨੀ ਛੱਡਦੀ ਤੈਨੂੰ ਮੈਂ। ਆ ਰਾਜੇ ਪੂਰਾ ਨੱਚ ਕੇ ਜਾਊਂਗੀ, ਬੈਠ ਭੋਲੇ ਕਰ ਰਣਕਾ ਸ਼ੁਰੂ ਲਾ। ਬੈ ਜਾਮਲੀ ਤੂੰ ਕਿੱਥੇ ਚੱਲਿਆ, ਬੈਠ। ਚਾਚਾ ਵੀ ਨਾਲ ਆ ਗਿਆ, ਲੈ ਦੱਸ ਚਾਚਾ ਇੱਧਰ ਆ ਜਾ। ਭਲਾ ਹੋਵੇ, ਰਾਜੀ ਰੱਖੇ ਪਰਮਾਤਮਾ, ਬੈਠ ਬੈਠ ਡੱਟ ਕੇ ਬਖਸ਼ੇ ਦੇ ਪੁੱਤਰਾ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ, ਦੇ ਪੁੱਤਰਾ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ, ਚੁੱਟੀਆਂ ਹੋਣ ਮਖਾਤਾ ਮਾਲਕਾ ਦੇ ਸਭ ਨੂੰ, ਦੇ ਪੁੱਤਰਾ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ, ਦੇ ਪੁੱਤਰਾ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ, ਜੋ ਵੀ ਤੇਰੇ ਮਾਲਕਾ ਦੇ ਸਭ ਨੂੰ, ਦੇ ਪੁੱਤਰਾ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ, ਦੇ ਪੁੱਤਰਾ ਦੀਆਂ ਦਾਤਾਂ ਮਾਲਕਾ ਦੇ ਸਭ ਨੂੰ, ਭਲਾ ਹੋਵੇ ਰਾਜੀ ਰੱਖੇ ਪਰਮਾਤਮਾ। ਜੈ ਬਾਬਿਆਂ ਦੀ, ਜੈ ਹੋ ਬਾਬਾ ਜੀ, ਜੈ ਹੋ ਤੁਹਾਡੀ। ਕਿਹੜੇ ਮਾਰਦਾ ਫਿਰੇ ਨੀ ਮੁੱਛਾ ਝਾੜਦਾ ਫਿਰੇ, ਜਿਹੜੇ ਮਾਰਦਾ ਫਿਰੇ ਨੀ ਮੁੱਛਾ ਝਾੜਦਾ ਫਿਰੇ, ਮੈਨੂੰ ਬੈਠੀ ਨੂੰ ਤਰੀਜ ਨੱਚ ਤਾੜਦਾ ਫਿਰੇ, ਸੰਗ ਦੀ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ, ਸੰਗ ਦੀ ਮੈਂ ਪਾਣੀ ਪਾਣੀ ਹੋ ਗਈ ਮਿੱਤਰਾ, ਕੁੜੀਆਂ ਚ ਗੱਲਾਂ ਜਦੋਂ ਹੋਣ ਲੱਗੀਆਂ, ਜਦੋਂ ਚੀਰੇ ਵਾਲੇ ਆਵੇ ਅੱਖ ਲੜ ਗਈ, ਸੱਤ ਦੀ ਨੇ ਪੂਰੀਆਂ ਬਣਾ ਲੈ ਛੱਡੀਆਂ, ਬਿਠਾ ਕੇ ਚਿਤਕਾਰੀ ਅੰਬਰਾਂ ਤੇ ਲਾਵ ਡਾਰੀਆਂ ਬਖਬ ਚੁੰਨੀ ਦੇ ਬਣਾ ਕੇ, ਚਿਤਕਾਰੀ ਅੰਬਰਾਂ ਤੇ ਲਾਵ ਡਾਰੀਆਂ ਬਖਬ ਚੁੰਨੀ ਦੇ ਬਣਾ ਕੇ, ਅਮਲੀਆਂ ਦੇ ਕਹਦਾ ਖੜਕਾ ਦੜਕਾ ਹੋਈ ਜਾਂਦਾ, ਕੀ ਰੌਣਕ ਵੇਖੀਏ ਚੱਲ ਕੇ। ਅੰਬਰਾਂ ਤੇ ਲਾਵ ਡਾਰੀਆਂ ਬਖਬ ਚੁੰਨੀ ਦੇ ਬਣਾ ਕੇ, ਚਿਤਕਾਰੀ ਅੰਬਰਾਂ ਤੇ ਲਾਵ ਡਾਰੀਆਂ ਬਖਬ ਚੁੰਨੀ ਦੇ ਬਣਾ ਕੇ, ਜੇ ਤੂੰ ਲੌਂਗ ਵੇ ਮੈਂ ਲੈ ਕੇ ਤੇਰੇ ਪਿੱਛੇ ਹਾਂ ਗਵਾਚੀ, ਸ਼ਿਕੇ ਦੀ ਮਾਈ ਕੁੜੀ ਕੱਜੇ ਦੀ ਕਾਵਾ, ਮੈਂ ਜੰਬੇ ਦੇ ਪਹਾੜਾ ਵਾਲੀ ਛਾਮ ਇਹਨਾਂ ਦਾ ਕਿਵੇਂ ਹੋ ਗਿਆ ਨਾਮ ਵੇ ਮੁੰਡਿਆ, ਇਹਨਾਂ ਦੇ ਲੱਗਦਾ ਮੁੰਡਾ ਜੰਮਤਾ, ਕਮਾਲ ਹੋ ਗਈ ਅਮਲੀਆਂ ਦਾ ਪਤਾ ਹੀ ਨਹੀਂ ਲੱਗਿਆ, ਵੇਖੀਏ ਸਹੀ ਜਾ ਕੇ ਕੀ ਕਰਦੇ ਫਿਰਦੇ ਅਮਲੀ। ਹੁਣ ਸੋਨੇ ਦੇ ਆ ਕੰਗਣਾ ਵੇ ਸੋਦਾ ਇੱਕੋ ਜਿਹਾ, ਇਸ਼ਕ ਵਾਲੇ ਵੇੜੇ ਸਜਣਾ ਬੁੱਟਾ ਪਿਆਰ ਵਾਲਾ ਲਾਇਆ ਏ ਪੱਤੇ ਪਾਸ।
ਛੜਿਆਂ ਦੇ ਯਾਰ ਰੌਣਕ ਮੇਲਾ ਲੱਗਿਆ ਪਿਆ। ਰੰਗ ਨਹੀਂ ਕੰਨ ਨਹੀਂ ਆਹ ਨਵਾਂ ਹੀ ਚੰਦ ਚੜਾਤਾ। ਚੱਲਦੇ ਪੁੱਤ ਦੇਖ ਤਾਂ ਲਈਏ ਆ ਕੀ ਚੰਦ ਚੜਾਤਾ ਇਹਨਾਂ ਨੇ। ਆਹ ਕੀ ਅਮਲਿਆਂ ਦੇ ਵਿਹੜੇ ਰੌਣਕ ਮੇਲਾ ਲੱਗਿਆ ਪਿਆ। ਚਾਂਦੀ ਦੀਆਂ ਸੋਨੀਆਂ ਕੜਾਈਆਂ ਝਾਂਜਰਾਂ, ਚਾਂਦੀ ਦੀਆਂ ਸੋਨੀਆਂ ਕੜਾਈਆਂ ਝਾਂਜਰਾਂ, ਵਿਹੜੇ ਵਿੱਚ ਮਿਲੇ ਅੱਜ ਟੋਏ ਰਾਤੀ ਜਿਹੜੇ ਅੰਬਰਾਂ ਚ ਤਾਰੇ ਡੈਗਦੇ, ਰਾਤੀ ਜਿਹੜੇ ਅੰਬਰਾਂ ਚ ਤਾਰੇ ਡੈਗਦੇ, ਤਾਰੇ ਮੇਰੀ ਚੁੰਨੀ ਚ ਪਰੋਏ ਵੇਖ ਲੈ। ਚਾਂਦੀ ਦੀਆਂ ਸੋਨੀਆਂ ਕੜਾਈਆਂ ਝਾਂਜਰਾਂ, ਸ਼ਰਾਬ ਦੀਆਂ ਮੇਰੇ ਦੋਨੋਂ ਨੈਣ ਵੇ, ਬੋਤਲਾਂ ਸ਼ਰਾਬ ਦੀਆਂ ਮੇਰੇ ਦੋਨੋਂ ਨੈਣ ਵੇ, ਤੇਰਿਆਂ ਨੈਣਾਂ ਦੇ ਵਿੱਚ ਡੁੱਬੇ ਮੇਰੇ ਨੈਣ ਵੇ, ਤੇਰਿਆਂ ਨੈਣਾਂ ਵਿੱਚ ਡੁੱਬੇ ਮੇਰੇ ਨੈਣ ਵੇ। ਕਾਲੇ ਜਿਹੜੇ ਜੁੱਤੀ ਨੂੰ ਲਵਾਏ ਕੁੰਗਰੂ, ਕੜੀ ਨੂੰ ਤੂੰ ਕੱਲੇ ਕੱਲੇ ਹੋਏ ਵੇਖ ਲੈ। ਚਾਂਦੀ ਦੀਆਂ ਸੋਨੀਆਂ ਕੜਾਈਆਂ ਝਾਂਜਰਾਂ, ਵਿਹੜੇ ਵਿੱਚ ਮਿਲੇ ਅੱਜ ਟੋਏ, ਵਧਾਈਆਂ ਸਦਾ ਜੀ ਭਲਾ ਹੋਵੇ, ਲਿਆ ਵਧਾਈ ਪੂਰਾ।
50,000 ਰੁਪਏ ਲੈ ਕੇ ਜਾਊਂਗੀ। ਮੰਤ ਜੀ, ਹਾਂਜੀ, ਤੁਸੀਂ ਆਏ ਸਾਡੇ ਵਿਹੜੇ ਚਰਨ ਪਾਏ। ਹਾਂਜੀ, ਧੰਨ ਭਾਗ ਹੈ ਸਾਡਾ ਵਿਹੜਾ ਵੀ ਪਵਿੱਤਰ ਹੋਇਆ। ਭਲਾ ਹੋਵੇ। ਪਰ ਸਾਨੂੰ ਕੋਈ ਸਮਝ ਨਹੀਂ ਆਈ ਮੰਤ ਜੀ, ਵਧਾਈ ਕਿਸ ਗੱਲ ਦੀ? ਹੁਣੇ ਦੱਸਦੀ ਆ, ਸਮਝਾਣ ਦਈ ਆ। ਦੇਖ, ਵਧਾਈ ਦੇਣ ਦਾ ਮਾਰਾ ਹੁਣ ਦੇਖ ਕਹਿੰਦਾ ਮੈਨੂੰ ਸਮਝ ਨਹੀਂ ਆਈ। ਹੈ ਲੱਡੂ ਖਾ ਗਿਆ ਆਪ, ਪੰਜੀਰੀ ਖਾ ਗਿਆ ਆਪ, ਸਵਾਦ ਲੈ ਗਿਆ ਆਪ, ਹੁਣ ਮੈਨੂੰ ਕਹਿੰਦਾ ਵਧਾਈ ਕਾਹਦੀ? ਕਾਹਦੀ ਵਧਾਈ ਮੰਤ ਜੀ, ਵਧਾਈ ਕਿਸ ਗੱਲ ਦੀ? ਵਧਾਈ ਮੈਨੂੰ ਐ ਤਾਂ ਦੱਸ ਦੋ। ਵਧਾਈ ਮੈਂ ਤੇਥੋਂ ਲੈਣੀ ਆ ਤੇਰੇ ਮੁੰਡੇ ਦੀ, ਹੋਰ ਕਾਹਦੀ ਵਧਾਈ ਲੈਣੀ ਆ ਮੈਂ ਤੇਥੋਂ? ਓਏ ਸੰਜਾ, 50,000 ਰੁਪਏ ਲੈ ਕੇ ਜਾਊਂਗਾ। ਬਾਬਾ ਜੀ, ਮੈਂ ਤਾਂ ਆਪ ਉਦੋਂ ਦਾ ਇਹ ਸੋਚੀ ਜਾਂਦਾ, ਇਹਨਾਂ ਉਮਲੀਆਂ ਕੋਲੇ ਰਨ ਨੀ ਕਰਨ ਨੀ ਮੁੰਡਾ ਜੰਮਦਾ, ਮੈਂ ਤਾਂ ਆਪ ਦਵਾ ਦਗ ਦੌੜਿਆ ਆ ਭੱਜਿਆ ਆ। ਮਿੰਟ ਰੋਕ, ਮੈਂ ਮੁੰਡਿਆਂ ਨੂੰ ਪੁੱਛਾਂ ਕਰੀ। ਓਏ ਸੰਤਿਆ, ਆ ਜਾ ਚਾ। ਮੁੰਡਾ ਕਿਹਦੇ ਹੋਇਆ ਤੇਰੇ ਤਾਂ ਨਹੀਂ? ਤੇਰੇ ਹੀ ਹੋਇਆ ਹੋ ਸੰਤਿਆ। ਚਾਚਾ, ਆਪਣੇ ਮੁੰਡੇ ਕਾਹਦੇ? ਆਪਣੇ ਤੇ ਬਿੱਲੀ ਸੂ ਕੇ ਪਛਤਾਉਂਦੀ ਆ। ਲੈ ਸੁਣ ਲਾ। ਨਾ, ਮੈਂ ਤਾਂ ਸੁਣ ਕੇ ਆਈ ਸੀ ਇੱਥੇ, ਵਧਾਈ ਹੋ ਤੇਰੇ ਮੁੰਡਾ ਹੋਇਆ, ਮੈਂ ਤਾਂ ਹੀ ਵਧਾਈ ਲੈਣ ਆਈ, ਮੈਂ ਵਧਾਈ ਲੈ ਕੇ ਜਾਊਂਗੀ। ਮੰਤ ਜੀ, ਤੁਸੀਂ ਆਏ ਜੀ ਆਇਆਂ ਨੂੰ, ਭਲਾ ਹੋਵੇ। ਰੌਣਕ ਮੇਲਾ ਲਾਇਆ, ਵਧੀਆ ਲੱਗਿਆ। ਰਾਜੀ ਰਹੋ, ਅਸੀਂ ਤੁਹਾਨੂੰ ਹੁਣ ਖਾਲੀ ਹੱਥ ਤਾਂ ਨਹੀਂ ਮੋੜਦੇ। ਠੀਕ ਹੈ, ਪਰ ਇੱਕ ਵਾਰੀ ਮੈਨੂੰ ਐ ਜ਼ਰੂਰ ਦੱਸ ਦੋ ਮੰਤ ਜੀ, ਵੀ ਤੁਹਾਨੂੰ ਆਖੀ ਕਿਹੜੇ ਇਹ ਗੱਲ ਵੀ ਅਮਲੀ? ਤੁਹਾਡੇ ਪਿੰਡ ਦਾ ਮੁੰਡਾ ਹੀ ਸੀ, ਕਿੱਧਰ ਗਿਆ ਨੀ? ਕਿੱਧਰ ਗਿਆ ਉਹ? ਯੋ ਜਾਂਦਾ ਭੱਜਿਆ ਮੁਲਾ, ਫੜ ਫੜ ਵੇ ਉਰੇ ਆਵੇ, ਖਸਮਾਂ ਨੂੰ ਖਾ ਲਿਆ। ਓਹੀ ਲੈ ਕੇ ਆਇਆ ਸੀ ਮੈਨੂੰ ਤੇਰੇ ਘਰੇ, ਕਹਿੰਦਾ ਹੁਣ ਮੁੰਡਾ ਹੋਇਆ ਸਰਦਾਰ ਦੇ, ਜੋੜੇ ਜੋੜੇ ਹੋਏ ਐ ਵਗੜ ਬਿੱਲੇ ਵਰਗੇ। ਇਹ ਤਾਂ ਮੇਰਾ ਸਾਲਾ, ਉਹ ਟੀਚਰ ਕਰ ਗਿਆ ਮੰਤਾ ਨੂੰ, ਸੂਬਾ ਟੀਚਰ ਕਰ ਗਿਆ। ਇਹ ਸੂਬੇ ਦੀ ਕਰਤੂਤਾਂ ਨਾਲ ਮੇਰਾ ਸਾਲਾ ਨਾਲ ਨਿੰਮ ਬਣਾ ਕੇ ਮਾਤਾ ਨੂੰ ਟੀਚਰ ਕਰ ਗਿਆ ਰੱਬ ਵਰਗੇ ਬੰਦੇ। ਚੱਲ ਕੋਈ ਨੀ ਭਾਈ, ਭਲਾ ਹੋਵੇ, ਪ੍ਰਮਾਤਮਾ ਰਾਜੀ ਰੱਖੇ ਸਭ ਨੂੰ। ਪਰਮਾਤਮਾ ਤੁਹਾਡੀ ਜਵਾਨ ਸੁਲੱਖਣੀ ਕਰੇ, ਸਾਡੇ ਘਰੇ ਵੀ ਬੂਟਾ ਲੱਗੇ। ਮੰਤ ਜੀ, ਹੁਣ ਅਸੀਂ ਤੁਹਾਨੂੰ ਖਾਲੀ ਹੱਥ ਤਾਂ ਜਾਣ ਨੀ ਦਿੰਦੇ। ਠੀਕ ਹੈ ਪੁੱਤ। ਨੰਬਰਦਾਰ, ਮੇਰੀ ਗੱਲ ਸੁਣ। ਆ ਮਾੜਾ ਜਾ ਪਵਿੱਤਰ ਕੀਤਾ, ਅੱਜ ਘਰੇ ਪੈਸਾ ਹੈ ਨੀ ਕੋਈ, ਪਰ ਇਹਨਾਂ ਨੂੰ ਅਸੀਂ ਖਾਲੀ ਹੱਥ ਨੀ ਮੋੜਨਾ ਚਾਹੁੰਦੇ। ਤੂੰ ਕੋਈ 2,2100 ਰੁਪਇਆ ਧਾਰਾ ਦੇ ਦੇ, ਮੈਂ ਤੈਨੂੰ ਮੋੜ ਦੂੰਗਾ। ਭਾਈ ਮੋੜ ਦੇ ਤਾਂ ਤੁਸੀਂ ਹੈ ਨਹੀਂ। ਨੰਬਰਦਾਰਾ, ਭਰੋਸਾ ਰੱਖ, ਤੈਨੂੰ ਮੋੜ ਦਾਂਗੇ, ਪਰ ਨੰਤਾਂ ਨੂੰ ਖਾਲੀ ਨਹੀਂ ਮੋੜਨਾ। ਨਹੀਂ ਨਹੀਂ, ਭਰੋਸਾ ਕਾਹਦਾ ਤੁਹਾਡੇ ਤੇ? ਨਹੀਂ ਨੰਬਰਦਾਰਾ, ਅੱਜ ਰੱਖ ਲਾ ਤੂੰ, ਇਹ ਭੁੱਲਣਾ ਨਾ ਜਾਈ। ਨਹੀਂ ਨੰਬਰਦਾਰਾ, ਨਹੀਂ ਭੁੱਲਦੇ, ਅਸੀਂ ਤੈਨੂੰ ਵਾਪਸ ਕਰ ਦਾਂਗੇ। ਚੱਲ ਫਿਰ, ਪੂਰਾ 50,000 ਲੈਣਾ ਮੈਂ ਤਾਂ। ਆ ਲੈ 2,000, ਪੂਰਾ ਆ ਲੈ 2,000, ਬਹੁਤ ਹੈ। ਧੰਨਵਾਦ ਨੰਬਰਦਾਰਾ ਤੇਰਾ, ਬਹੁਤ ਬਹੁਤ ਧੰਨਵਾਦ। ਮੋੜ ਦੀ ਬਾਈ, ਜ਼ਰੂਰ ਮੋੜ ਦਾਂਗੇ, ਜ਼ਰੂਰ ਮੋੜ ਦਾਂਗੇ। ਜੇ ਤੀ ਅੱਜ ਨੰਬਰਦਾਰਾ, ਮੈਂ ਅਗਲੇ ਘਰੇ ਜਾਣਾ ਵਧਾਈ ਲੈਣ ਵਾਸਤੇ, ਟਿੱਕੀ ਆਉਂਦੇ ਆ। ਕੰਤੇ, ਹਾਂ ਚਾਚਾ। ਕੰਤੇ, ਐ ਕਰ, ਪੇਟੀ ਖੋਲ। ਅੱਛਾ ਚਾਚਾ, ਫੇਰ? ਉਹਦੇ 'ਚ ਤੇਰੀ ਚਾਚੀ ਦੇ ਨਾ ਆਣ ਲੱਗ ਸੂਟ ਪਏ ਹੋਣੇ ਆ 2-4। ਸੋਨਾ ਤੇ ਲੈ ਕੇ ਆਏ ਤੇਰੇ ਵਰਗਾ, ਉਹ ਲਿਆ ਕੱਢ ਕੇ। ਚੱਲ ਲਿਆਉਣਾ ਚਾਚਾ। ਹਾਂ, ਭਲਾ ਹੋਵੇ। ਲਿਆ ਲਿਆ, ਖਾਲੀ ਨੀ ਮੋੜੀ ਦਾ ਹੁੰਦਾ।
ਰਾਜੀ ਰੱਖੇ ਮਿੱਠਾ ਰੱਖ ਲੈ ਪੁੱਤ ਨਾਲ ਪਾਲਾ ਹੋ ਰਾਜੀ ਬਾਬਾ ਜੀ ਮਾਤਾ ਰਾਜੀ ਰੱਖੇ ਰੰਗ ਭਾਗ ਲਾਵੇ ਸੋਨਾ 11,000 ਰੁਪਇਆ ਵੀ ਰੱਖ ਇਕਵੰਜਾ ਸੌ ਨੀ 51,000 ਨੀ ਤੂੰ 11,000 ਰੱਖ ਰਾਜੀ ਰੱਖੇ ਪਰਮਾਤਮਾ ਸਰਦਾਰੀ ਬਣੀ ਰੱਖੇ ਮੇਰੇ ਵੀਰਾਂ ਦੀ ਰਾਜੀ ਰੱਖੇ ਪੁੱਤ ਰੰਗ ਭਾਗ ਲਾਵੇ ਪਰਮਾਤਮਾ ਕੌੜੀ ਵੇਲ ਵਾਂਗੂ ਵਧਾਏ ਪਰਮਾਤਮਾ ਸਭ ਨੂੰ ਸਭ ਦੀ ਮੁਰਾਦ ਪੂਰੀ ਕਰੇ ਪਰਮਾਤਮਾ ਅੱਲਾ ਤਾਲਾ ਲੈ ਭੋਲੇ ਭਲਾ ਹੋਵੇ ਰਾਜੀ ਰੱਖੇ ਪਰਮਾਤਮਾ ਨੇ ਦਾਨੇ ਓਨੇ ਨਿਆਣੇ ਮੁੰਡੇ ਤੇ ਮੁੰਡਾ ਠਾ ਮੁੰਡੇ ਤੇ ਮੁੰਡਾ ਠਾ ਤੇ ਮੁੰਡੇ ਤੇ ਮੁੰਡਾ ਠਾ ਉਹ ਕਿੱਧਰ ਪਤੰਦਰਾ ਪੁੱਛਦਾ ਨਹੀਂ ਦਾਦਾ ਨਹੀਂ ਲਾਣੇਦਾਰ ਬਾਰ ਚ ਬੈਠਾ ਕੁੜੀਆਂ ਬੁੜੀਆਂ ਵਾਲਾ ਘਰ ਹੈ ਉਹ 3 ਸਾਲ ਹੋ ਗਏ ਮੈਨੂੰ ਇੱਥੇ ਆਉਂਦੇ ਨੂੰ ਮੈਨੂੰ ਪਤਾ ਕਿਹੜਾ ਕੁੜੀਆਂ ਬੁੜੀਆਂ ਦਾ ਘਰ ਹੈ ਕਿਵੇਂ ਤੇਰੀ ਕਾਟੋ ਆਪਣੇ ਕਾਟੋ ਬਾਈ ਫੁੱਲਾਂ ਤੇ ਫੁੱਲਾਂ ਤੇ ਆ ਕਰਦਾ ਐਸ਼ ਜਾਵਾਂ ਜਾਵਾਂ ਤੇ ਆਉਣੀਆਂ ਕਿ ਤੂੰ ਕੀ ਆਣਾ ਉਹ ਇਹਨਾਂ ਦੀ ਵੀ ਕਾਟੋ ਫੁੱਲਾਂ ਤੇ ਚੜਾਉਣੇ ਆ ਬਾਈ ਭਾਸ਼ਾ ਮੇਰੀ ਗੱਲ ਸੁਣ ਲੈ ਇੱਕ ਕਰਾਈ ਬੜਾ ਕੱਚਾ ਜਵਾ ਦੂਰ ਆ ਗਏ ਮੇਰਾ ਹੀ ਬੜੇ ਆ ਬੜੀ ਦੂਰ ਤੱਕ ਕਰਾ ਸਕਦਾ ਕਿਹੜਾ ਸੌਖੇ ਆ ਤਸੱਲੀਆਂ ਹੋ ਜਾਂਦੀਆਂ ਜੱਸੀ ਘਰ ਜਾਂਦੀ ਆ ਰਾਂਝੇ ਦਾ ਘਰ ਇੱਧਰ ਦੱਸਦੇ ਸੀ ਕਿਹੜੇ ਪਾਸੇ ਆ ਰਾਂਝਾ ਕਿਹੜਾ ਰਾਂਝਾ ਜਿਹਨੂੰ ਉਹ ਮੁੰਡੇ ਅਮਲੀ ਅਮਲੀ ਕਹਿੰਦੇ ਆ ਜਿਨ੍ਹਾਂ ਨੂੰ ਅਮਲੀ ਅੱਛਾ ਉਹ 3,000 ਮੁੰਡੇ ਆ ਉਹ ਤੂੰ ਐ ਕਹਿ ਅਮਲੀਆਂ ਦੇ ਜਾਣਾ ਹਾਂ ਮੈਨੂੰ ਲੱਗਦਾ ਸੁੱਖਿਆ ਕੁਛ ਕਰਨਾ ਪਊਗਾ ਕਿ ਮੈਂ ਕਿਹੜੇ ਮੁੰਡੇ ਨੂੰ ਕਰਾਉਣਾ ਸਾਗ ਮੁੰਡੇ ਨੇ ਕਰਾਉਣਾ ਉਹਨਾਂ ਦੇ ਅੱਛਾ ਅੱਛਾ ਉਹ ਠੀਕ ਆ ਠੀਕ ਆ ਉਹ ਬੰਦੇ ਤਾਂ ਚੰਗੇ ਆ ਬੰਦਿਆਂ 'ਚ ਕੋਈ ਖੋਟ ਨਹੀਂ ਬਸ ਮਾੜਾ ਮੋਟਾ ਤੈਨੂੰ ਪਤਾ ਮਾਲ ਪੱਤੇ ਬਿਨਾਂ ਚਾਰਜ ਨਹੀਂ ਹੁੰਦੇ ਜਾਂ ਮਾੜਾ ਮੋਟਾ ਕਲੇਸ਼ ਕਲੂਸ਼ ਜਿਹਾ ਚੱਲਦਾ ਰਹਿੰਦਾ ਬੰਦੇ ਬਹੁਤ ਵਧੀਆ ਯਾਰ ਗੱਲ ਹੀ ਕੋਈ ਨਹੀਂ ਪੈਲੀ ਪੁਲੀ ਹੈਗੀ ਆ ਬੰਦਿਆਂ ਕੋਲੇ ਪਰ ਐਂ ਨਹੀਂ ਪਤਾ ਕਿੰਨਾ ਕੁ ਚਿਰ ਹੈ ਕਿੰਨੀ ਪੈਲੀ ਹੈਗੀ ਆ ਕੋਈ ਡੂੜਕ ਕਿੱਲੀ ਰਹਿ ਗਈ ਹੋਣੀ ਹੈ ਅਮਲੀਆਂ ਤੈਨੂੰ ਪਤਾ ਉਹ ਨਹੀਂ ਨਹੀਂ ਐਂ ਕੋਈ ਗੱਲ ਨਹੀਂ ਯਾਰ ਐਂ ਬਹੁਤ ਵਧੀਆ ਗੱਲ ਹੈ ਚੱਲ ਕੋਈ ਗੱਲ ਨਹੀਂ ਜਿਵੇਂ ਮਰਜ਼ੀ ਆ ਉਹ ਮੈਨੂੰ ਘਰ ਦੱਸ ਦਿਓ ਉਹਨਾਂ ਦਾ ਯਾਰ ਕਿੱਥੇ ਹੀ ਹੈ ਅੱਛਾ ਲੱਗਦਾ ਤੂੰ ਗਾਂਧੀ ਦੇ ਸਿਰ 'ਤੇ ਖਰਬੂਜਾ ਖੜਾਉਣ ਨੂੰ ਫਿਰਦਾ ਔਖੇ ਲੱਗਦਾ ਕੰਮ ਮੈਨੂੰ ਇਹ ਕੋਈ ਗੱਲ ਨਹੀਂ ਕੋਸ਼ਿਸ਼ ਕਰਕੇ ਵੇਖ ਲੈਂਦੇ ਹਾਂ ਚਲੋ ਉਹ ਗਾਂਧੀ ਵਾਲੇ ਘਰ ਵਸਦਾ ਹੋ ਜਾਊਗਾ ਆਪਣੇ ਉਂਗਲ ਆਹੋ ਚੱਲ ਆਪਾਂ ਨੂੰ ਤਾਂ ਕੀ ਹੈ ਚੰਗੀ ਗੱਲ ਹੈ ਜੇ ਹੋ ਜੂ ਤਾਂ ਹਾਂ ਚੱਲ ਮੈਨੂੰ ਘਰ ਦੱਸ ਦੇ ਯਾਰ ਘਰ ਉਹਨਾਂ ਦਾ ਉਹ ਦਿਸੀ ਜਾਂਦਾ ਨਾ ਪਰੇ ਉਹ ਮੋੜ ਹੈ ਉਸ ਮੋੜ ਤੋਂ ਤੂੰ ਬਸ ਨਾ ਸੱਜੇ ਮੁੜ ਜੀ ਉਹ ਪਹਿਲਾ ਘਰ ਉਹਨਾਂ ਦਾ ਹੀ ਹੈ ਉਹ ਟੁੱਟੇ ਜੇ ਦਰਵਾਜ਼ੇ ਉਹਨਾਂ ਦਾ ਹੀ ਆ ਹਾਂ ਨਾਲੇ ਅਮਲੀਆਂ ਦਾ ਦੂਰੋਂ ਹੀ ਪਤਾ ਲੱਗ ਜਾਂਦਾ ਠੀਕ ਹਾਂ ਚੱਲ ਠੀਕ ਆ ਬਾਈ ਠੀਕ ਆ ਬਾਈ ਹਾਂ ਤੂੰ ਨਰੇ ਜੀ ਕਿਤੇ ਤੂੰ ਕਰਾ ਲਾ ਉਂਗਲ ਖੱਟੀ ਨਾਲੇ ਪਹਿਲਾਂ ਕਈਆਂ ਨੇ ਕਰਾ ਲੀਆਂ ਨਾਲੇ ਸੁੱਖ ਨਾਲ ਸੁੱਖਾ ਕਦੇ ਝੂਠ ਨਹੀਂ ਬੋਲਦਾ ਪਤੀਲੇ
ਮੁੰਡੇ ਤੇ ਅਮਲੀ ਨੂੰ ਅਗਲਾ ਦੋਨੇ ਪਾਸੋਂ ਖੜਕਾਉਂਦਾ। ਆਹਾ ਘਰ ਹੀ ਦੱਸਿਆ ਸੀਗਾ ਬਾਈ, ਰਾਂਝੇ ਦਾ ਘਰ ਆਹੀ ਆ, ਇੱਧਰ ਹੀ ਆ, ਇੱਧਰ ਹੀ ਆ। ਇਹਨਾਂ ਦਾ ਪਹਿਲੇ ਇਹਨਾਂ ਨੂੰ ਬੰਨਿਆ ਪਿਆ ਯਾਰ, ਮੈਂ ਤਾਂ ਰਸਤਾ ਕਰਾਉਣ ਨੂੰ ਆਇਆ ਸੀ। ਚੱਲ ਵੇਹਣੇ ਆ ਦੂਜੇ ਦਾ ਕਰਾਰਾ ਆ ਬਾਈ, ਘਰੇ ਆ। ਕੌਣ ਬਾਈ? ਆ ਗਏ ਆ ਗਏ। ਓ ਹੋਰ ਬਾਈ ਠੀਕ ਆ ਬਾਈ? ਓ ਪਤੰਦਰਾ ਰਾਂਝਾ ਰਾਂਝਾ ਕਰੀ ਜਾਂਦਾ, ਰਾਂਝਾ ਤਾਂ ਸਾਡੇ ਜਵਾਕਾਂ ਦੇ ਪੜਦਾਦੇ ਦਾ ਨਾਂ। ਓਏ ਮੈਨੂੰ ਤਾਂ ਨਾ ਹੀ ਲੋਦਾ ਰਾਂਝੇ ਨਾਂ ਦੇ, ਤੈਨੂੰ ਕਿਹਨੇ ਦੱਸਤਾ ਪਤੰਦਰਾ ਰਾਂਝਾ ਤਾਂ ਸਾਡੇ ਜਵਾਕਾਂ ਦੇ ਪੜਦਾਦੇ ਦਾ ਨਾਂ? ਹੋਰ ਸੁਣਾ। ਠੀਕ ਆ ਬਾਈ ਵਧੀਆ। ਕਿਵੇਂ ਆਇਆ ਸੀ ਬਾਈ? ਦੱਸਦਾ ਤੈਨੂੰ, ਕੰਮ ਵੀ ਦੱਸਦੇ ਆ। ਮੈਂ ਨਾਲਲੇ ਪਿੰਡੋਂ ਆਇਆ। ਨਾਲਲੇ ਪਿੰਡੋਂ ਆਇਆ, ਠੀਕ ਆ। ਵਧਾਈਆਂ ਬਾਈ ਤੈਨੂੰ। ਉਹ ਕਾਹਦੀਆਂ ਵਧਾਈਆਂ? ਆ ਨਿੰਮ ਜਿਹਾ ਬੰਨਿਆ ਪਿਆ। ਉਹ ਨਿੰਮ ਤਾਂ ਪਤੰਦਰਾ ਬਿਮਾਰੀ ਨਹੀਂ ਚੱਲੀ ਸੀ, ਉਹ ਜਿਹਦਾ ਕੋਈ ਨਾਮ ਬੂੰਦ ਦਾ ਨਹੀਂ ਪਤਾ, ਉਹ ਇਹ ਤਾਂ ਡਰਦਾ ਨਹੀਂ ਬਣ ਲਿਆ ਕਿਤੇ ਬਿਮਾਰੀ ਨਾ ਲੱਗ ਜੇ। ਠੀਕ ਆ, ਮੈਂ ਤਾਂ ਹੁਣ ਭੁਲੇਖਾ, ਮੈਂ ਤਾਂ ਹੋਰ ਹੀ ਸਮਝ ਗਿਆ ਸੀਗਾ। ਅੱਛਾ, ਮੈਂ ਕਿਹਾ ਚੱਲ ਜਵਾਜੂ ਵਿਆਹ ਲਏ, ਮੁੰਡਾ ਮੁੰਡਾ ਹੋ ਗਿਆ ਹੁਣ। ਨਹੀਂ ਨਹੀਂ, ਕਾਹਨੂੰ ਮੁੰਡਾ ਹੋਇਆ, ਇਹ ਤਾਂ ਬਿਮਾਰੀ ਤੋਂ ਬੰਨਿਆ ਸੀ। ਉਹ ਤਾਂ ਕੋਈ ਪਿੰਡ ਚੋ ਸੀਗਾ, ਉਹ ਤਾਂ ਵਿਚਾਰਾ ਕੋਈ ਮਹੰਤਾਂ ਨੂੰ ਵਿਚਾਰਿਆਂ ਨੂੰ ਕੋਈ ਟੀਚਰ ਕਰ ਗਿਆ, ਇੱਥੇ ਤਾਂ ਮਹੰਤ ਵੀ ਆ ਗਏ ਸੀ। ਨਿੰਮ ਦਾ ਤਾਂ ਬੜਾ ਤਗੜਾ ਮਸਲਾ ਬਣ ਗਿਆ ਸੀ। ਅੱਛਾ, ਹੋਰ ਚਲੋ ਹਜੇ ਰਹਿੰਦੇ ਆ ਬੱਚੇ, ਹੈ ਬੱਚੇ ਤਿੰਨੇ ਵਿਆਹੁਣ ਵਾਲੇ ਆ ਸੁੱਖ ਨਾਲ। ਚਲੋ ਕੋਈ ਗੱਲ ਨਹੀਂ, ਕਰਦੇ ਹਾਂ ਹੱਲ, ਇਸੇ ਮਸਲੇ 'ਚ ਮੈਂ ਆਇਆ ਸੀ ਤੁਹਾਡੇ ਕੋਲ। ਅੱਛਾ, ਰਿਸ਼ਤਾ ਲੈ ਕੇ ਆਏ ਆ? ਠੀਕ ਆ, ਦੱਸ ਪਈ ਸੀਗੀ ਮੈਨੂੰ ਤੁਹਾਡੀ। ਰਿਸ਼ਤਾ ਲੈ ਕੇ ਆਏ? ਤਿੰਨ ਤਾਂ ਮੁੰਡੇ ਨੇ ਨੌਜਵਾਨ ਬਰਸ਼ਾਂ ਵਰਗੇ, ਤੇ ਮੈਂ ਆਪ ਵੀ ਹਜੇ ਉਹੀ ਆ, ਮੇਰਾ ਵੀ ਜੇ ਹੋ ਸਕੇ ਤਾਂ ਵੇਖ ਲਈ। ਕੋਈ ਗੱਲ ਨਹੀਂ, ਕਰਦਾਂਗੇ, ਸਾਰਿਆਂ ਦਾ ਮਸਲਾ ਹੱਲ ਕਰਾਂਗੇ ਆਪਾਂ, ਇਹ ਕੰਮ ਹੀ ਇਹ ਕਰਦੇ ਆ। ਉਹ ਕੰਤੇ, ਕੰਤੇ! ਹਾਂ ਚਾਚਾ। ਉਹ ਬਾਹਰ ਆ, ਗਿਆ ਇੱਧਰ ਆ। ਹਾਂ ਚਾਚਾ। ਆ ਪੈਰੀ ਹਸਲਾ ਬਾਈ ਦੇ ਪਹਿਲਾਂ ਦਾ ਵੱਡਾ। ਹਾਂ ਵਧੀਆ ਵਧੀਆ ਜੀ, ਠੀਕ ਆ। ਗੱਲ ਸੁਣ, ਨਾਲ ਤਾਂ ਪਾਣੀ ਦਾ ਗਲਾਸ ਲਿਆ। ਹਾਂਜੀ। ਤੇ ਨਾਲੇ ਚਾਹ ਬਣਾਓ ਵਧੀਆ ਜੀ। ਘੈਂਟ ਜੀ? ਹਾਂ ਘੈਂਟ ਜੀ ਚਾਹ ਬਣਾਓ। ਠੀਕ ਆ ਠੀਕ ਆ। ਹਾਂ ਕਾ ਮੁੰਡਾ ਆਪਣਾ ਹੈ? ਹਾਂ, ਇਹ ਛੋਟਾ ਹੈ, ਇਹਦਾ ਨਾਂ ਕੰਤਾ ਹੈ। ਠੀਕ ਆ। ਉਹ ਲੈ ਸੰਤਾ ਵੀ ਤੁਰਿਆ ਆਉਂਦਾ ਹੋਵੇ, ਉਹ ਆ ਗਿਆ ਸੰਤਾ ਵੀ। ਆ ਕੌਣ ਆ ਗਿਆ? ਨਾ ਤਾਂ ਇਹਨਾਂ ਦੇ ਬੱਕਰੀ ਚੱਕੀ ਆ, ਨਾ ਘੁਟਾਪਾ ਕੀਤਾ, ਇਹ ਮੇਰਾ ਸਲਾਹ ਕੌਣ ਹੈਗਾ? ਚੱਲ ਪੁੱਛਦੇ ਆ ਜਾ ਕੇ। ਇਹ ਬਾਈ ਆਇਆ ਨਾਲ ਲੈ ਪਿੰਡੋਂ। ਹਾਂ ਚਾਚਾ। ਵਿਚੋਲਾ ਆ ਬਾਈ, ਵਿਚੋਲਾ ਰਿਸ਼ਤਾ ਲੈ ਕੇ ਆਇਆ। ਹਾਂ ਉਹ ਬਾਈ ਸਤਿ ਸ੍ਰੀ ਅਕਾਲ ਬਾਈ, ਹੋਰ ਠੀਕ ਆ ਬਾਈ? ਵਧੀਆ ਵਧੀਆ ਬਾਈ ਵਧੀਆ। ਚਾਹ ਪਈ ਬਾਈ ਨੂੰ? ਚਾਹ ਬਣਾਈ ਜਾਂਦਾ ਕੰਤਾ, ਕੰਤੇ ਨੂੰ ਕਹਿਦਾ ਮੈਂ ਚਾਹ ਧਰ। ਉਹ ਕੰਤੇ ਜਲਦੀ ਚਾਹ ਲੈ ਕੇ ਆ ਤੂੰ, ਤੂੰ ਬਾਈ ਬੈਠ, ਮਾੜੇ ਸੈੱਟ ਕਰਕੇ ਆਉਣਾ। ਉਹ ਨਾਲੇ ਮੇਰੀ ਗੱਲ ਸੁਣ। ਹਾਂ ਚਾਚਾ। ਤੇ ਆਪਣਾ ਬੰਤਾ ਕਿੱਥੇ? ਬੰਤਾ ਬੰਤ ਚਾਚਾ ਤੂੰ ਛੱਡ ਬੰਤੇ ਨੂੰ ਯਾਰ, ਤੂੰ ਉਹ ਪਾਣੀ ਪੁਣੀ ਲਾਈ ਜਾਂਦਾ, ਮੈਂ ਆ ਗਿਆ ਤੇ 2 ਮਿੰਟ। ਵੱਡਾ ਮੁੰਡਾ? ਇਹ ਵੱਡਾ, ਇਹਦਾ ਨਾਂ ਸੰਤਾ, ਸੰਤਾ।
ਆ ਵੇਖ ਲਾ ਤੂੰ ਮੁੰਡੇ ਜਵਾਨ ਆ ਸੋਖਣਾ। ਇਹ ਕੀ ਕੰਮ ਕਰਦਾ? ਖੇਤੀਬਾੜੀ ਕਰਦੇ ਆ। ਅੱਛਾ, ਖੇਤੀਬਾੜੀ ਖੇਤੀਬਾੜੀ ਤਿੰਨੇ ਖੇਤੀਬਾੜੀ ਕਰਦੇ ਆ? ਬਸ ਖੇਤੀਬਾੜੀ ਕਰਦੇ ਆ, ਆਪਦਾ ਕੰਮ ਆ, ਨਾਲ ਕੋਈ ਹੋਰ ਕੰਮ ਨਹੀਂ ਕਰਦੇ? ਨਹੀਂ, ਲੋੜ ਹੀ ਨਹੀਂ ਪੈਂਦੀ। ਅੱਛਾ ਸੱਚਾ, ਠੀਕ ਆ ਬਾਈ, ਫੋਟੋਆਂ ਫਾਟੋਆਂ ਤਾਂ ਲੈ ਕੇ ਆਇਆ ਉਹ। ਮਸਾ ਕੱਢੇ ਅਸੀਂ ਤਾਂ ਇੰਨੇ ਦਿਨ ਚਾਚਾ। ਹੋਰ ਬਾਈ, ਉਹ ਚਾਚੇ ਨੂੰ ਪੁੱਛ, ਗੱਲ ਸੁਣ ਬਾਈ, ਜਮਾ ਨੀ ਸਰਦਾ ਵਿਆਹ ਬਿਨਾ, ਜਮਾ ਨੀ ਸਰਦਾ, ਆ ਠੰਡ ਅੱਧੀ ਟਪਾ ਲਈ ਅਸੀਂ। ਹੋਰ ਕੋਈ ਨੀ, ਤੂੰ ਮੈਨੂੰ ਫੋਟੋਆਂ ਦਿਖਾ ਬਾਈ, ਫੋਟੋਆਂ ਦਿਖਾ। ਉਹ ਕਾਲ ਨਾ ਕਰ, ਪਹਿਲਾਂ ਚਾਹ ਪਾਣੀ ਪੀਣ ਦੇ, ਸਾਰਾ ਕੁਝ ਕਰਦੇ ਆ, ਗੱਲਬਾਤ ਤਾਂ ਕਰ ਲਈਏ। ਕੁੜੀ ਕਿੱਥੋਂ ਆ? ਉਹ ਜਿੱਥੋਂ ਮਰਜ਼ੀ ਹੋਵੇ ਚਾਚਾ ਯਾਰ, ਬਸ ਆਪਾਂ ਨੂੰ ਨੀ ਪਤਾ, ਆਪਾਂ ਤਾਂ ਬਸ ਵਿਆਹ ਕਰਵਾ ਦਿਓ ਬਸ, ਹੋਰ ਨਹੀਂ। ਮੈਥੋਂ ਨੀ ਆ, ਧੱਕੇ ਧੁੱਕੇ ਖਾਈ ਜਾਂਦੇ ਇੱਥੇ, ਬੜਾ ਖਾ ਹੋਇਆ ਮੇਰਾ। ਤੂੰ ਚਾਰ ਰਿਸ਼ਤੇ ਕਰਾਉਣੇ? ਚਾਰ ਮੁੰਡੇ ਦਾ ਆਪਣੇ ਤਿੰਨ ਆ, ਚੌਥਾ ਕੌਣ ਆ? ਉਹ ਮੈਂ ਤੈਨੂੰ ਯਾਰ ਹਜੇ ਬੁੱਢਾ ਲੱਗਦਾ, ਮੈਂ ਜਵਾਨ ਆ, ਫਿਰ ਕੀ ਹੋ ਗਿਆ? ਕੋਈ ਗੱਲ ਨੀ, ਫਿਰ ਖਿਆਲ ਵੀ ਰੱਖੀ ਇਹਨਾਂ ਦਾ। ਹਾਂ, ਬੇਫਿਕਰ ਹੋ ਜਾ, ਤੇਰੇ ਗੂਠੇ ਸਣੇ ਖੱਟੀਆਂ ਕਰ ਦਾਂਗੇ ਸਾਰੀਆਂ। ਹਾਂ ਠੀਕ ਹੈ, ਦੱਸ ਤੂੰ ਰਿਸ਼ਤੇ ਕਰਾ। ਰਿਸ਼ਤੇ ਆਪਣੇ ਕੋਲ ਬਥੇਰੇ ਆ, ਕਰਾ ਦਾਂਗੇ ਤੈਨੂੰ। ਫੋਟੋ ਦਿਖਾ ਮੈਨੂੰ ਬਈ, ਫੋਟੋ ਫੋਟੋ ਵਿੱਚ ਫੋਟੋ ਤਾਂ ਲਿਆਉਂਦੀ ਆ? ਹਾਂ ਫੋਟੋ, ਹਾਂ ਸਾਰਾ ਕੁਝ ਆਪਣੇ ਕੋਲ, ਫੋਟੋ ਮਾ ਫੋਟੋ ਲਿਆਉਂਦੀ ਆ। ਲਿਆ ਉਰੇ ਫੜਾ, ਕੋਈ ਨਹੀਂ ਦਿਖਾਉਣ। ਲੈ ਵੀ ਪੁੱਛੋ ਲਿਆ ਫਿਰ ਪੀਨੇ ਜਾ। ਪੀਲੇ ਕੀ ਕਹਿਣਾ ਸੀ ਤੂੰ, ਮੈਨੂੰ ਨੀ ਪਤਾ ਗਾ। ਕਰਦਾਂਗੇ ਮੇਰੇ, ਮੈਨੂੰ ਤਾਂ ਸੁਣ ਲੱਗਦੀ ਆ। ਨਹੀਂ ਕੁਛ ਨੀ ਯਾਰ ਗੁੱਸੇ ਨਾ ਹੋ ਯਾਰ, ਗੁੱਸੇ ਨਾ ਹੋ। ਉਹ ਕੋਈ ਨੀ, ਜਵਾਕ ਸਾਨੂੰ ਨੀ ਪਤਾ, ਸਾਨੂੰ ਤਾਂ ਅਸੀਂ ਜਮਾ ਨੀ ਬੋਲਦੇ ਬਈ, ਚੁੱਪ ਜਮਾ ਮਰਜ਼ੀ ਦਾ। ਆ ਵੇਖ ਮੂੰਹ ਦੇਖ ਯਾਰ, ਗੁੱਸੇ ਦਾ ਹੋ। ਠੀਕ ਆ, ਗੱਲ ਆ ਕੋਈ, ਸੁਣੋ ਚੁੱਪ ਕਰਕੇ ਬਹਿ ਜਾਓ।
ਤੂੰ ਦੱਸ ਦੱਸ ਤੂੰ ਆ ਚਾਚਾ ਹਾ ਨੀਲੀ ਜੀ ਕੋਲੇ ਵਾਲੀ ਕੋਲੇ ਰੱਖ ਲਾ ਉਹਦੀ ਤੂੰ ਦੱਸ ਐਸੇ ਇੱਥੇ ਸੀ ਹੁਣ ਠੀਕ ਆ ਨਾ ਠੀਕ ਹੈ ਠੀਕ ਹੈ ਚਾਚਾ ਪਸੰਦ ਆ ਨਾ ਤੈਨੂੰ ਮੈਨੂੰ ਪਸੰਦ ਆ ਤੈਨੂੰ ਹਾਂ ਚਾਚਾ ਪਸੰਦ ਆ ਠੀਕ ਆ ਚਲੋ ਯਾਰ ਆਪਾਂ ਅੱਜ ਅਮਲੀਆਂ ਕੋਲ ਹੀ ਚੱਲ ਗਏ ਪੈਸੇ ਤਾਂ ਲੈ ਲਏ ਉਦੋਂ ਲੈ ਗਿਆ ਸੀ ਉਹ ਚੱਲ ਗੱਲ ਕਰਦੇ ਆ ਉਹ ਬਾਈ ਆ ਜਾ ਮੇਰੇ ਵਾਲੀ ਕਿੱਥੇ ਆ ਵਿਚੋਲੇ ਮੇਰੇ ਵਾਲੀ ਉਹ ਬਾਈ ਉਹ ਬਾਈ ਆ ਜਾਂਦਾ ਉਸ ਨੇ ਤਾਂ ਦੇਖੀ ਸੀ ਉਹ ਬਾਈ ਤੁਰੇ ਆਉਂਦਾਗਾ ਉਹ ਇੱਚੀ ਆ ਸਾਰੀਆਂ ਫੋਟੋਆਂ ਪੈਸੇ ਨਹੀਂ ਲਏ ਸੀ ਜਿੱਤੋਂ ਉਹ ਆਈ ਜਾਂਦਾ ਉਸ ਕੋਈ ਆ ਜਾਣ ਦੇ ਆ ਜਾਣ ਦੇ ਆ ਜਾਣ ਦੇ ਮੈਂ ਕਰਦਾ ਉਹਦੇ ਨਾਲ ਪੈਸੇ ਤੈਨੂੰ ਮੋੜ ਦਾਂਗੇ ਟੈਨਸ਼ਨ ਨਾ ਲੈ ਰਿਸ਼ਤੇਦਾਰ ਆਏ ਬੈਠੇ ਆ ਯਾਰ ਐ ਨੀ ਨਾ ਚੱਲਦਾ ਕੰਮ ਤੈਨੂੰ ਉਦੋਂ ਤੂੰ ਆਉਂਦਾ ਸੀਗਾ ਉਦੋਂ ਤਾਂ ਬੜਾ ਆਉਂਦਾ ਸੀ ਯਾਰ ਤੈਨੂੰ ਦੇ ਦੂੰਗਾ ਪੈਸੇ ਦੇ ਦੂੰਗਾ ਮੈਂ ਕੱਲ ਗਿਆ ਸੀ ਆੜਤੀਆਂ ਦੇ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਕਹਿੰਦੇ ਵੀ ਲੈ ਜੀ ਤੂੰ ਦਸ ਕੁ ਦਿਨਾਂ ਨੂੰ ਲੈ ਜੀ ਤੈਨੂੰ ਮੋੜ ਦਾਂਗੇ ਤੇ ਤੂੰ ਮੈਂ ਤਾਂ ਤੈਨੂੰ ਆਏ ਆਣਾ ਰਿਸ਼ਤੇਦਾਰ ਆਏ ਬੈਠੇ ਆ ਪੈਸੇ ਮੈਨੂੰ 500 ਰੁਪਇਆ ਹੋਰ ਦੇ ਕੇ ਜਾ ਯਾਰ ਪਹਿਲਾਂ ਵਾਲੇ ਤਾਂ ਤੂੰ ਦਿੱਤੇ ਨਹੀਂ ਹੋ ਤੈਨੂੰ ਉਹ ਵੀ ਮੋੜ ਦਾਂਗੇ ਨੰਬਰਦਾਰਾ ਉਹ ਐ ਨਹੀਂ ਨਾ ਚੱਲਦਾ ਕੰਮ ਕੀ ਆ ਕੋਈ ਹੱਲ ਹੀ ਹੋ ਜੇ ਪਿੱਛੋਂ ਨਾ ਆਇਆ ਮੁੰਡਿਆਂ ਦਾ ਕੋਈ ਵੇਖ ਲੈ ਭਈਆ ਕਰਨ ਆਇਆ ਚਲ ਹੁਣ ਫਿਰ ਆਹ ਲੈ 500 ਰੁਪਇਆ ਤੱਕ ਦੇਣ ਨੂੰ ਨਾ ਆੜਤ ਵਾਲੇ ਮੈਨੂੰ ਦੇ ਦੇਣਗੇ ਚੱਲ ਯਾਰ ਠੀਕ ਆ ਪਰ ਹੁਣ ਬਾਈ ਦੇ ਝੋਨਾ ਸਿੱਟਿਆ ਸੀ ਨਾ ਉਹ ਹਜੇ ਉਹਨਾਂ ਨੇ ਹਿਸਾਬ ਨਹੀਂ ਕੀਤਾ ਚੱਲ ਚਲਾ ਜਾਗਰਾ ਕੰਮ ਫਿਰ ਕੋਈ ਤਾਂ ਕੋਈ ਨਹੀਂ ਕੋਈ ਨਹੀਂ ਨਾਲੇ ਗੱਲ ਸੁਣ ਮੈਂ ਵਿਆਹ ਤੇ ਹੁਣੇ ਕਹਿਤਾ ਚੱਲ ਕੋਈ ਨਹੀਂ ਇੱਕੋ ਹੀ ਤਾਂ ਪਹਿਲਾਂ ਗੱਲ ਤਾਂ ਚਲਾ ਲਾ ਵਿਚੋਲਿਆਂ ਨਾਲ ਕੀ ਬਸ ਚੱਲ ਪਈ ਗੱਲ ਤਾਂ ਬਸ ਹੁਣ ਤਾਂ ਵਿਚੋਲਾ ਕਹਿੰਦਾ ਪੱਕਾ ਕਹਿੰਦਾ ਮੈਂ ਮੁੰਡਿਆਂ ਦੇ ਤਾਂ ਕਰਾਉਣੇ ਕਹਿੰਦਾ ਨਾਲ ਤੈਨੂੰ ਵੀ ਕਰਾ ਦੂੰਗਾ ਅੱਛਾ ਹਾਂ ਕਮਾਲ ਕਰ ਆ ਤੂੰ ਵੀ ਆ ਜੀ ਪੁੱਤ ਚੰਗਾ ਹਾਂ ਚੱਲ ਠੀਕ ਆ ਨੰਬਰ ਦਾ ਚੱਲ ਕੋਈ ਚੰਗਾ ਯਾਰ ਅਮਲੀਆਂ ਘਰੇ ਗਏ ਤੇ ਪੈ ਜੋ 500 ਰੁਪਇਆ ਹੋਰ ਕਵਾਏ ਇਹਨਾਂ ਨੇ ਕਾਹਦੇ ਦੇਣੇ ਆ ਪੈਸੇ ਮੋੜਨੇ ਆ ਇਹਦਾ ਖੱਜਲ ਖਰਾਬ ਹੀ ਕਰਦੇ ਆ ਨਾਲੇ ਇਹਨਾਂ ਨੂੰ ਕਿਹੜਾ ਡੋਲੇ ਕਰੂ ਯਾਰ ਵਿਚੋਲੇ ਦਾ ਹਜੇ ਕੀ ਪਤਾ ਕਰੂ ਨਾ ਕਰੂ ਉਹ ਤਾਂ ਐਵੇਂ ਕਹੀ ਜਾਂਦਾ ਵਿਚੋਲਾ ਮੈਨੂੰ ਵੀ ਇਹਨੂੰ ਬੁੱਢੇ ਨੂੰ ਕੌਣ ਦੇ ਦੇਊ ਮੁੰਡੇ ਦਾ ਵਿਆਹ ਹੀ ਨਹੀਂ ਜਾਂਦੇ ਅਮਲੀ ਬੰਦੇ ਆ ਇਹਨਾਂ ਕੋਲ ਪੱਲੇ ਕੁਛ ਹੈ ਨਹੀਂ ਮੇਰੇ ਪੈਸੇ ਦਾ ਮੁੱਕਰਨਾ ਉਹ ਐ ਕਰ ਵੀ ਵਿਚੋਲਿਆ ਆ ਲੈ ਤੇ ਕੁੜੀ ਵਾਲਿਆਂ ਕੋਲੇ ਜਾ ਆਈ ਮੈਨੂੰ ਭਾਗ ਸਿੰਘ ਐਵੇਂ ਨਹੀਂ ਕਹਿੰਦੇ ਮੈਂ ਕਈਆਂ ਦੇ ਭਾਗ ਖੋਲੇ ਆ ਉਹ ਮੇਰੇ ਵਾਲੀ ਫੋਟੋ ਦੇ ਗਿਆ ਮੈਨੂੰ ਹਾਂ ਤੇਰੇ ਕੋਲ ਹੀ ਆ ਹੈਗੀ ਆ ਹਾਂ ਠੀਕ ਆ ਜੀ ਸਰ ਵਾਹ ਵਿਚੋਲਾ ਸਾਹਿਬ ਪੱਕਾ ਠੀਕ ਆ ਭਾਗ ਸਿੰਘ ਕੋਈ ਗੱਲ ਨਹੀਂ ਹਾਂ ਟੈਨਸ਼ਨ ਨਾ ਲੈ ਤੇ ਕੰਮ ਛੇਤੀ ਕਰਨਾ ਕੋਈ ਗੱਲ ਨਹੀਂ ਜ਼ਰੂਰ ਹਾਂ ਆ ਉਂਗਲਾਂ ਦਾ ਮਾ ਫਿਕਰ ਨਾ ਕਰੀ ਫੋਟੋ ਮੈਂ ਹੀ ਦੇ ਗਿਆ ਸਾਨੂੰ ਨਹੀਂ ਨਹੀਂ ਕਰਾਂਗੇ ਹੱਲ ਸੱਚੀ ਹਾਂ ਪੂਰਾ ਭਾਗ ਸਾਹਿਬ ਉਂਗਲਾਂ ਅਗਲਾਂ ਦਾ ਫਿਕਰ ਨਾ ਕਰੀ ਸਾਰੀਆਂ ਕਰ ਦਾਂਗੇ ਖੱਟੀਆਂ ਕੋਈ ਗੱਲ ਨਹੀਂ ਹਾਂ
ਉਹ ਕਿਹੜਾ ਬਾਈ ਕਿਵੇਂ ਹਿੱਲ ਗਈਆਂ ਦਿੰਦਾ ਫਿਰਦਾ ਬਾਈ? ਮੀਟਰ ਮੂਟਰ ਕਿੱਥੇ ਆ ਤੁਹਾਡਾ? ਉਹ ਮੀਟਰ ਤਾਂ ਕਾਲਾ ਜਵਾਕਾਂ ਨੇ ਵੇਚਤਾ 1500 ਡੇਢ ਸੌ ਦਾ। ਓਏ ਇਹਨਾਂ ਨੂੰ ਸਮਝਾ, ਸਰਕਾਰੀ ਮੀਟਰ ਐ ਕਿਵੇਂ ਵੇਚ ਸਕਦੇ? ਪਹਿਲਾਂ ਇਹਨਾਂ ਨੂੰ ਤਾਂ ਮੈਂ ਬਾਅਦ ਚ ਸਮਝਾਊ, ਪਹਿਲਾਂ ਤੂੰ ਦੱਸ। ਬਿਨਾਂ ਪੁੱਛੇ ਜਦੋਂ ਲਾਣੇਦਾਰ ਬਾਰ ਚ ਬੈਠਾ ਤੂੰ ਆਵਾਜ਼ ਨੀ ਮਾਰੀ, ਸਿੱਧਾ ਅੰਦਰ ਵੜਿਆ। ਕੁੜੀਆਂ ਬੁੜੀਆਂ ਵਾਲਾ ਘਰ ਹੈ। ਉਹ 3 ਸਾਲ ਹੋ ਗਏ ਮੈਨੂੰ ਇੱਥੇ ਆਉਂਦੇ ਨੂੰ, ਮੈਨੂੰ ਪਤਾ ਕਿਹੜਾ ਕੁੜੀਆਂ ਬੁੜੀਆਂ ਦਾ ਘਰ ਹੈ। ਮੀਟਰ ਅੱਜ ਸਰਕਾਰੀ ਮੀਟਰ ਵੇਚਤੇ ਤੇ ਜੁਰਮਾਨਾ ਕੌਣ ਭਰੂ ਇਹਦਾ? ਉਹ ਜੁਰਮਾਨਾ ਕਿਹੜੇ ਭਰਨਾ, ਮੀਟਰ ਤਾਂ ਬਾਹਰ ਕੱਢ ਕੇ ਲਾ ਗਏ ਤੁਸੀਂ, ਕੀ ਪਤਾ ਹੁਣ ਕੌਣ ਲਾ ਗਿਆ। ਆਪ ਹੀ ਤਾਂ ਤੁਸੀਂ ਕਹੀ ਜਾਂਦੇ ਵੀ ਸਾਡੇ ਮੁੰਡੇ ਨੇ 150 ਰੁਪਏ ਚ ਵੇਚਤਾ। ਉਹ ਕੋਈ ਨਾ ਲੈਣ ਮੈਡਾ, ਆ ਜਾ ਤੂੰ ਗੁੱਸੇ ਨਾ ਹੋ, ਬੈਠ ਬੈਠ ਇੱਥੇ ਬੈਠ। ਇਹ ਘਰ ਲੈਣ ਮੈਡਾ ਪਹਿਲਾਂ ਕੁੜੀਆਂ ਬੁੜੀਆਂ ਵਾਲਾ ਹੈ ਨੀ ਸੀ, ਹੁਣ ਤਾਂ ਕੁੜੀਆਂ ਬੁੜੀਆਂ ਵਾਲਾ ਹੋ ਗਿਆ। ਤੇਰੇ ਆਉਣ ਤੋਂ ਪਹਿਲਾਂ ਅੱਗੇ ਅੱਗੇ ਵਿਚੋਲਾ ਗਿਆ, ਕਹਿੰਦਾ ਤੇਰੇ 3 ਮੁੰਡਿਆਂ ਨੂੰ ਰਿਸ਼ਤਾ ਕਰਾ ਦੋ 3 ਨੂੰ। ਉਹ ਹਜੇ ਤਾਂ ਵਿਚੋਲੇ ਹੀ ਗਿਆ, ਹਜੇ ਕੋਈ ਆਇਆ ਤਾਂ ਨਹੀਂ ਘਰੇ। ਉਹ ਜਦੋਂ ਵਿਚੋਲਾ ਆ ਗਿਆ ਕੁੜੀਆਂ ਆ ਗਈਆਂ, ਜੇ ਲੈਟ ਜਗਦੀ ਕਰੇਗਾ ਤਾਂ ਕੋਈ ਆਊਗਾ ਚਾਨਣੇ? ਉਹ ਲੈਟ ਤਾਂ ਜਗਦੀ, ਹੁਣ ਤੂੰ ਕਰਨੀ ਹੈ ਖਸਮਾ, ਮੈਂ ਕਰਨੀ ਹੈ। ਜੇ ਮੀਟਰ ਲਵਾਓਗੇ ਜੁਰਮਾਨਾ ਭਰੋਗੇ ਤਾਂ ਲੈਟ ਫੇਰ ਹੀ ਜਗੂਗੀ। ਤੂੰ ਜੁਰਮਾਨੇ ਜੁਰਮੂਨੇ ਨੂੰ ਛੱਡ, ਉਹ ਵਿਚਲਾ ਹੱਲ ਲੱਭ ਵਿਚਲਾ। ਵਿਚਲੇ ਹੱਲ ਵਾਲੀ ਗੱਲ ਨੀ ਰਹਿ ਗਈ ਹੁਣ, ਹੁਣ ਸਰਕਾਰਾਂ ਬਦਲ ਗਈਆਂ। ਉਹ ਕੀ ਹੁੰਦਾ ਉੱਥੇ, ਪੁਰਾਣਾ ਪੁਰਾਣਾ ਪਿਆ ਹੋਣਾ ਕੋਈ ਲਿਆ ਕੇ ਟੰਗ ਦੀ ਯਾਰ, ਉਹ ਵੀ ਕਿਸੇ ਗੱਲ ਨਾਲ ਲੱਗੂਗਾ। ਉਹ ਤੂੰ ਦੱਸ ਦੇ ਕਿਹੜੀ ਗੱਲ ਨਾਲ ਲੱਗੂ, ਉਵੇਂ ਲਾ ਦਾਂਗੇ। ਉਹ ਕੰਨ ਤੇ ਚਾਹ ਬਣਾਓ, ਚਾਹ ਬਾਈ ਵਾਸਤੇ। ਨਹੀਂ ਨਹੀਂ ਚਾਹ ਚੂਹ ਦੀ ਨਹੀਂ ਲੋੜ, ਇਹਨਾਂ ਚਾਹਾਂ ਨਾਲ ਨਹੀਂ ਮੀਟਰ ਲੱਗਣੇ। ਉਹ ਤੂੰ ਦੱਸ ਦੇ, ਆਹ ਤੁਹਾਨੂੰ ਮੈਂ ਦਿੰਦਾ ਇੱਕ ਸਲਿੱਪ ਕੱਟ ਕੇ, ਇਹਦੇ ਮੁਤਾਬਕ ਜਿਹੜਾ ਵੀ ਤੁਹਾਡਾ ਬਿੱਲ ਬਣਦਾ ਮੈਂ ਇੰਨਾ ਕਰ ਸਕਦਾ, ਕਿਸ ਤਰ੍ਹਾਂ ਹੀ ਭਰ ਦਿਓ, ਤੁਹਾਨੂੰ ਭਰਨਾ ਹੀ ਪੈਣਾ। ਉਹ ਨਹੀਂ ਨਹੀਂ ਐ ਨੀ ਕਰਨਾ, ਤੂੰ ਵਿਚਲਾ ਹੱਲ ਕੱਢ ਵਿਚਲਾ। ਉਹ ਸਾਰੇ ਮਹਿਕਮੇ ਵਿਚਲੇ ਹੱਲ ਕੱਢਦੇ ਆ ਫਸਮਾ। ਉਹ ਚੱਲ ਦੇਖਦੇ ਆ ਵਿਚਲਾ ਹੱਲ। ਹਾਂ ਹਾਂ ਦੇਖ ਲੈਨੇ ਆਪਾਂ। ਉਹ ਗੱਲ ਸੁਣ ਲੈਣ ਮੈਡਮ, ਬੈਠ ਮੇਰੇ ਕੋਲੇ ਬੈਠ ਇੱਥੇ, ਨਾਲੇ ਗੱਲ ਸੁਣ। ਹੁਣ ਮੁੰਡਿਆਂ ਦਾ ਸੁਧਾਰ ਪੂਰਾ ਹੋ ਜਾਣਾ। ਸਿਆਣੇ ਕਹਿੰਦੇ ਆ ਜੇ ਧੀ ਪੁੱਤ ਖਰਾਬ ਕਰਦਾ ਹੋਵੇ ਨਾ ਪੁੱਤ, ਤਾਂ ਉਹਦਾ ਵਿਆਹ ਕਰ ਦੇਗੇ। ਜਦੋਂ ਵਿਆਹ ਕਰਤਾ ਨਾ ਇਹਨਾਂ ਦਾ ਸੁਧਾਰ ਆਪੇ ਹੀ ਹੋ ਜਾਣਾ। ਸ਼ਾਮ ਨੂੰ 4 ਵਜੇ ਮੇਰੇ ਕੋਲ ਦਫ਼ਤਰ ਜਾ ਕੇ ਮਿਲ ਲਓ ਤੁਸੀਂ। ਠੀਕ ਆ ਲੜਮਾਨ ਸਾਹਿਬ, ਠੀਕ ਆ। ਇਹਨਾਂ ਲੋਕਾਂ ਨੇ ਨਾ ਕੁੜੀਆਂ ਨੂੰ ਤਾਂ ਨਸ਼ਾ ਛਡਾਉਣ ਦੀ ਦਵਾਈ ਸਮਝ ਛੱਡਿਆ, ਤੇ ਉਹੋ ਜਿਹੇ ਵਿਚੋਲਿਆਂ ਦੇ ਵੀ ਜੂਤ ਫਿਰਨੇ ਚਾਹੀਦੇ ਆ। ਉਹ ਕੀ ਸੋਚੀ ਇਹਨਾਂ ਲੜਮਾਨ? ਉਹ ਕੁਛ ਨੀ ਕੁਛ ਨੀ, ਚੱਲ ਗਏ ਅਮਲੀਆਂ ਨੇ ਕੱਲ੍ਹ ਬੜੀ ਰੌਣਕ ਲਾਈ ਹੈ ਨਜ਼ਾਰਾ ਯਾਰ, ਪਰ ਆਪਾਂ ਜਿਹੜਾ ਭੱਜਿਆ ਇਹ ਮੈਨੂੰ ਬੁਲਾਉਂਦਾ ਹੈ, ਜਾਣ 'ਚ ਘਾਟਾ ਵੀ ਹੈ ਕਿਤੇ ਖੁੱਲ੍ਹਣ ਭੈਣ ਵੀ ਹੈ ਵੀ ਤੂੰ ਘੱਲਿਆ ਸੀ। ਚੱਲ ਹੋਰ ਭਾਸ਼ਾ ਕੀ ਹਾਲ ਹੈ? ਠੀਕ ਹੈ ਸੁਧਾ, ਤੂੰ ਸੁਣਾ ਠੀਕ ਹੈ? ਕਿਵੇਂ ਝੋਲਾ ਝੋਲਾ ਟੰਗੀ ਫਿਰਦਾ? ਇੱਧਰ ਆਇਆ ਸੀ ਅਮਲੀਆਂ ਦੇ ਘਰੇ। ਅਮਲੀਆਂ ਦੇ ਘਰੇ? ਹਾਂ। ਕਿਵੇਂ ਤੇਰੀ ਕਾਟੋ? ਆਪਾਂ ਹੀ ਕਾਟੋ ਬਾਈ, ਫੁੱਲਾਂ ਤੇ ਫੁੱਲਾਂ ਤੇ ਕਰਦਾ ਐਸ਼ ਜਮਾ ਜਮਾ। ਤੇ ਆਉਣੀਆਂ ਕਿਵੇਂ ਤੂੰ ਕੀ ਲੈਣਾ? ਉਹ ਇਹਨਾਂ ਦੀ ਵੀ ਕਾਟ ਫੁੱਲਾਂ ਦੇ ਚੜਾਉਣੇ ਆ ਬਾਈ। ਭਾਸ਼ਾ ਮੇਰੀ ਗੱਲ ਸੁਣ ਲੈ, ਇੱਕ ਕਾਟੋ ਤਾਂ ਭਾਵੇਂ ਫੁੱਲਾਂ ਦੇ ਚੜਾ ਤੇ, ਐਂ ਤਾਂ ਕਹਿਣਾ ਤੇ ਭਾਨੀ ਮਾਰਨਾ ਐਵੇਂ ਕਾਹਨੂੰ ਡੋਬਦਾ।
ਜਨਾਨੀਆਂ ਨਾਲ ਹੀ ਲੱਦੀ ਹੁੰਦੀ ਆ ਸਾਰੀ। ਠੀਕ ਆ ਫਿਰ, ਹੋਰ ਠੀਕ ਆ, ਆ ਜਾਂਦਾ ਘਰੇ, ਕੋਈ ਗੱਲ ਨੀ, ਚਾਹ ਪਾਣੀ ਪੀ ਜਾਂਦਾ, ਚਾਹ ਪਾਣੀ ਕੋਈ, ਚੱਲ ਠੀਕ ਆ ਫਿਰ, ਬਹੁਤ ਟਾਈਮ ਹੋ ਗਿਆ। ਬਈ ਸਤਿ ਸ਼੍ਰੀ ਅਕਾਲ ਜੀ, ਅਤੇ ਤੁਸੀਂ ਸਾਡਾ ਪੰਜਵਾਂ ਭਾਗ ਅਮਲੀਆਂ ਦਾ ਲਾਣਾ ਸਾਰਿਆਂ ਨੇ ਜ਼ਰੂਰ ਦੇਖਿਆ ਹੋਵੇਗਾ। ਜਿਹੜੇ ਜਿਹੜੇ ਵੀਰਾਂ ਨੇ ਵੇਖਿਆ ਗਾ ਅਤੇ ਸਾਨੂੰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਇਹ ਸਾਡਾ ਜਿਹੜਾ ਅਮਲੀਆਂ ਦਾ ਜੋ ਐਪੀਸੋਡ ਚੱਲ ਰਹੇ ਨੇ ਤੁਹਾਨੂੰ ਕਿਵੇਂ ਲੱਗ ਰਹੇ ਆ, ਇਹਦੇ ਵਿੱਚ ਸਾਨੂੰ ਕੀ ਕਰਨ ਦੀ ਲੋੜ ਹੈ, ਇਸ ਤੋਂ ਇਲਾਵਾ ਕੋਈ ਹੋਰ ਕੋਈ ਨਵਾਂ ਟੋਪਿਕ ਜੋ ਤੁਹਾਡੇ ਦਿਮਾਗ 'ਚ ਆਉਂਦਾ ਗਾ ਅਮਲੀਆਂ ਬਾਰੇ ਹੋ ਗਿਆ, ਕੋਈ ਸਮਾਜ ਨੂੰ ਸੇਧ ਦੇਣ ਵਾਲਾ ਹੋਵੇ ਤਾਂ ਸਾਨੂੰ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਆ ਕਰੋ। ਇੱਕ ਸਾਨੂੰ ਇਹ ਜ਼ਰੂਰ ਦੱਸਿਆ ਕਰੋ ਕਿ ਸਾਡੇ 'ਚ ਜੋ ਵੀ ਗਲਤੀਆਂ ਹੁੰਦੀਆਂ ਸੀ ਉਸਨੂੰ ਨੈਕਸਟ ਟਾਈਮ ਸੁਧਾਰ ਸਕੀਏ। ਸੋ ਆਹ ਭਾਗ ਆ ਜਿਹੜਾ ਛੇਵਾਂ ਭਾਗ ਆ, ਤੁਹਾਨੂੰ ਇਹ ਵੀ ਜ਼ਰੂਰ ਦੱਸਿਓ ਕਿ ਤੁਸੀਂ ਤੁਹਾਨੂੰ ਇਹ ਕਿਵੇਂ ਲੱਗਿਆ ਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।